ਨੀਰੂ ਸੈਣੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਛਾਏ ਹੋਏ ਨੇ। ਭੰਗੜਾ ਪਾਉਂਦੇ ਹੋਏ, ਡਾਂਸ ਕਰਦੇ ਹੋਏ ਇਹਨਾਂ ਦੀਆਂ ਰੀਲਸ ਅਤੇ ਵੀਡੀਓਸ ਖੂਬ ਵਾਇਰਲ ਹੁੰਦੀਆਂ ਨੇ। ਮੁੰਡੇ ਖਾਸ ਕਰ, ਮਤਲਬ ਕਿ ਮੇਰੀ ਬੇਟੀਆਂ, ਮੈਂ ਲੱਕੀ ਹਾਂ, ਉਹ ਨਹੀਂ ਰੋਕਦੀਆਂ। ਸ਼ਾਇਦ ਮੇਰਾ ਬੇਟਾ ਹੁੰਦਾ, ਸ਼ਾਇਦ ਉਹ ਵੀ ਕਹਿੰਦਾ ਇਹ ਕੀ ਪਾਇਆ, ਉਹ ਕੀ ਪਾਇਆ, ਨਾਲ ਚੱਲਣਾ, ਇੰਝ ਕਰੋ। ਪਹਿਲੇ ਫਾਦਰ ਦਬਾਉਂਦੇ ਆ, ਫਿਰ ਬ੍ਰਦਰ ਦਬਾਉਂਦਾ, ਠੀਕ ਹੈ। ਘਰ ਦੇ ਬਜ਼ੁਰਗ ਸਾਰੇ, ਕੁੜੀ ਹੈ, ਕੁੜੀ ਹੈ, ਕੁੜੀ ਹੈ, ਵਾਟ ਇਜ਼ ਕੁੜੀ। ਵੀਡੀਓਜ਼ ਦੇਖ ਕੇ ਤੁਹਾਡੇ ਪੜੋਸੀ ਕੀ ਕਹਿੰਦੇ ਨੇ, ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਨੇ, ਪਰਿਵਾਰ ਕੀ ਸੋਚਦਾ ਤੁਹਾਡੇ ਬਾਰੇ? ਦੋਨੋਂ ਮੁੰਡੇ ਸਰਦਾਰ, ਚੰਗੇ, ਲੰਬੇ, ਚੌੜੇ, ਹੈਂ। ਮਤਲਬ ਕਿ ਤੁਸੀਂ ਕੀ, ਉਹ ਸਿਰਫ ਫੋਕੀ ਬਣਾਈ ਦੀ ਹੈ ਬਾਡੀ, ਤੁਸੀਂ ਤੁਹਾਡਾ ਮਤਲਬ ਸਿਰਫ ਉਹ ਇਹ ਵੱਧ ਜਾਣ, ਇਹ ਵੱਧ ਜਾਣ ਦੇਖਣ 'ਚ, ਕੁੜੀਆਂ ਪੱਟ ਜਾਣ, ਬਸ ਇੱਕੋ ਹੀ ਕਾਰਨ ਹੈ। ਪ੍ਰੋਸਟੀਚਿਊਟਸ ਨੇ, ਠੀਕ ਹੈ, ਆਈ ਵਾਂਟ ਕਿ ਵੀ ਉਹਨਾਂ ਨੂੰ ਸਟਰੀਮ, ਮੇਨ ਸਟਰੀਮ ਲਾਈਨ 'ਚ ਲਿਆਉਣਾ ਚਾਹੀਦਾ ਉਹਨਾਂ ਨੂੰ। ਜਿਹੜਾ ਉੱਥੇ ਰੈੱਡ ਲਾਈਟ ਏਰੀਆ 'ਚ ਪਹੁੰਚ ਗਈਆਂ, ਉਹ ਬਾਹਰ ਕਿਉਂ ਨਹੀਂ ਨਿਕਲ ਸਕਦੀਆਂ, ਉਸ ਧੰਦੇ ਤੋਂ ਬਾਹਰ ਕਿਉਂ ਨਹੀਂ ਆ ਸਕਦੀਆਂ? ਦੈਟ ਇਜ਼ ਵੈਰੀ ਪੇਨਫੁਲ ਫੋਰ ਮੀ। ਮੀਨਸ ਦੇ ਆਰ ਨੋਟ, ਦੇ ਆਰ ਫੋਰਸਡ ਨੋਟ ਟੂ ਯੂਜ਼ ਕੋਂਡੋਮਸ। ਉਹ ਵਿਚਾਰੀਆਂ ਕਿੱਥੇ ਜਾਣਗੀਆਂ? ਲਾਈਕ ਇਟ ਇਜ਼ ਸੋ ਪਿਟੀ, ਦੁਨੀਆ ਇੰਨੀ ਬੇਦਰਦ ਹੈ ਨਾ ਕੁਛ ਚੀਜ਼ਾਂ ਨਾਲ, ਦੇ ਆਰ, ਇਨਸਾਨੀਅਤ ਹੈ ਹੀ ਨਹੀਂ, ਇਨਸਾਨ ਸਭ ਤੋਂ ਗੰਦਾ ਜਾਨਵਰ। ਘੱਟ ਡਾਂਸ ਹੁੰਦਾ ਸੀ, ਹੌਲੀ ਹੌਲੀ ਕਰਦੇ ਕਰਦੇ ਜ਼ਿਆਦਾ ਡਾਂਸ ਹੋ ਗਿਆ, ਘੱਟ ਯੋਗਾ ਹੋ ਗਿਆ। ਦੁਨੀਆ ਤੇ ਕਹੇਗੀ, ਕਿਆ ਕਹੇਂਗੇ ਲੋਕ, ਸਭਸੇ ਬੜਾ ਰੋਗ। ਜਿਹੜਾ ਮੇਰੇ ਟੀਚਰ ਪੰਥੀ ਅੰਦਰ ਦੀ, ਉਹ ਮੈਂ ਉੱਥੇ ਝਾੜਨ ਲੱਗ ਜਾਂਦੀ ਸੀ, ਹਾਂ ਕਿ ਵੀ ਬੇਟਾ ਤੇਰੀ ਮੰਮੀ ਨੇ ਤੈਨੂੰ ਇੰਨਾ ਸਿਖਾਇਆ, ਜੇ ਤੈਨੂੰ ਤੇਰੀ ਮੰਮੀ ਸਾਹਮਣੇ ਕਦੀ ਡਾਂਸ ਨਹੀਂ ਕੀਤਾ, ਭੰਗੜਾ ਪਾਇਆ ਨਹੀਂ ਉਹਨਾਂ ਨੇ ਕਿਤੇ ਵਿਆਹ 'ਚ, ਤਾਂ ਫਿਰ ਤੂੰ ਕੀ ਕਹਿੰਦਾ, ਬਹਿ ਜਾਓ ਆਰਾਮ ਨਾਲ, ਹੈਂ, ਤੁਹਾਡੇ ਹੱਡ ਗੋਡੇ ਟੁੱਟ ਜਾਣਗੇ। ਸਾਇੰਸ ਪੜ੍ਹਾ ਕੇ ਮੈਨੂੰ ਜਿਹੜੀ ਬੱਚਿਆਂ ਨੂੰ ਖੁਸ਼ੀ ਮਿਲਦੀ ਹੈ, ਜਿਹੜਾ ਉਹਨਾਂ ਨੂੰ ਗਿਆਨ ਦੇ ਕੇ ਖੁਸ਼ੀ ਮਿਲਦੀ ਹੈ, ਅਤੇ ਇੱਕ ਦੂਸਰੀ ਦੁਨੀਆ ਮੇਰੀ। ਪਰ ਜਦੋਂ ਸਕੂਲ ਦੇ ਵਿੱਚ ਪੜ੍ਹਾਉਣ ਜਾਂਦੇ ਹੋ ਐਜ਼ ਅਧਿਆਪਕ, ਤਾਂ ਬੱਚੇ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਨੇ, ਉਹਨਾਂ ਦਾ ਨਜ਼ਰੀਆ ਕਿਵੇਂ ਹੁੰਦਾ ਹੈ, ਤੁਹਾਨੂੰ ਕਿਵੇਂ ਦੇਖਦੇ ਨੇ? ਵੈਸੇ ਮੈਂ ਚਾਹੁੰਦੀ ਤਾਂ ਨਹੀਂ ਹਾਂ, ਪਰ ਮੈਂ ਥੋੜ੍ਹੀ ਸਟ੍ਰਿਕਟ ਟੀਚਰ ਹਾਂ। ਪੁੱਛਾਂ ਬੇਟੀ ਕੌਨ ਸੀ ਡਰੈਸ ਡਾਲ, ਮਮਾ ਯੂ ਲੁੱਕ ਫੈਬੁਲਸ ਇਨ ਸ਼ਾਰਟ ਡਰੈਸਿਸ, ਚੱਲ ਜੀ। ਪ੍ਰੋ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ। ਪੰਚਕੂਲਾ ਦੇ ਰਹਿਣ ਵਾਲੇ ਨੀਰੂ ਸੈਣੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਛਾਏ ਹੋਏ ਨੇ। ਭੰਗੜਾ ਪਾਉਂਦੇ ਹੋਏ, ਡਾਂਸ ਕਰਦੇ ਹੋਏ ਇਹਨਾਂ ਦੀਆਂ ਰੀਲਸ ਅਤੇ ਵੀਡੀਓਸ ਖੂਬ ਵਾਇਰਲ ਹੁੰਦੀਆਂ ਨੇ। ਇਹਨਾਂ ਨੂੰ ਦੇਖ ਕੇ ਗੀਤ ਚੇਤੇ ਆਉਂਦਾ ਹੈ, ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ 'ਤੇ। ਥੈਂਕ ਯੂ ਬਾਈ ਦਾ ਵੇ, ਮੈਂ ਕੋਈ ਬੁੱਢੀ ਨਹੀਂ ਹੈਗੀ, ਮਸਾਂ ਹੀ 53 ਦੀਆਂ, ਹਾਲੇ 30-40 ਸਾਲ ਮੇਰੇ ਬੱਚੇ ਦੇ ਤੁਸੀਂ ਮੈਨੂੰ ਤੇ। ਮੈਂ ਕਿਹਾ ਜੀ ਦਿਲ ਹੋਣਾ ਚਾਹੀਦਾ ਜਵਾਨ, ਦਿਲ ਤਾਂ ਤੁਹਾਡਾ ਜਵਾਨ ਹੀ ਹੈ। ਦਿਲ ਦਾ ਕੀ ਮਤਲਬ ਹੈ, ਮੈਂ ਜਵਾਨ ਹੀ ਹਾਂ। ਵੈਸੇ ਜਿਹੜੀ ਤੁਸੀਂ ਉਮਰ ਦੇ ਵਿੱਚ ਹੈਗੇ ਹੋ, ਇਸ ਤੋਂ ਹੋਰ ਥੋੜ੍ਹਾ, ਹਾਂਜੀ, ਨੀਚੇ ਚਲੇ ਜਾਈਏ, ਭਾਵੇਂ 35 ਸਾਲ ਹੋਵੇ, ਭਾਵੇਂ 40 ਸਾਲ ਹੋਵੇ, ਲੋਕਾਂ ਦੇ ਗੋਡੇ ਦਰਦ ਹੋਣ ਲੱਗ ਪੈਂਦੇ ਨੇ। ਪਰ ਤੁਹਾਡੀਆਂ ਰੀਲਸ ਦੇ ਵਿੱਚ ਦੇਖਿਆ ਜਾਂਦਾ ਜਿਸ ਤਰੀਕੇ ਨਾਲ ਤੁਸੀਂ ਨੱਚਦੇ ਹੋ, ਉਹਨੂੰ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਨੇ, ਤੁਸੀਂ ਛਾਏ ਹੋਏ ਹੋ ਸੋਸ਼ਲ ਮੀਡੀਆ 'ਤੇ।
ਮੇਰੇ ਆਪਣੇ ਹਿਸਾਬ ਨਾਲ 30 ਅਤੇ 40 ਦੇ ਵਿੱਚ ਤਾਂ ਜੇ ਗੋਡੇ ਦਿਖਦੇ ਆ ਤਾਂ ਕੋਈ ਪ੍ਰੋਬਲਮ ਆ ਉਹਨਾਂ ਨੂੰ, ਫਿਰ ਗਲਤ ਗੱਲ ਹੈ, ਬਹੁਤ ਹੀ ਜ਼ਿਆਦਾ ਗਲਤ ਗੱਲ ਹੈ। ਇਹਦਾ ਮਤਲਬ ਉਹ ਆਪਣੀ ਉਹ ਸਿਹਤ ਵੱਲ ਔਰ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਔਰ ਸਭ ਤੋਂ ਜ਼ਿਆਦਾ ਇਗਨੋਰ ਖੁਦ ਨੂੰ ਕਰਕੇ ਰੱਖੇਦਾ। ਤੁਸੀਂ ਮਤਲਬ ਕਿ ਜ਼ਿੰਦਗੀ 'ਚ ਕੁਛ ਵੀ ਕਰਦੇ ਹੋ, ਕਿਹਦੇ ਵਾਸਤੇ ਕਰਦੇ ਹੋ? ਲਾਈਕ ਪੜ੍ਹਾਈ ਕੀਤੀ, ਮੈਰਿਜ ਕੀਤੀ, ਬੱਚੇ ਕੀਤੇ, ਜਾਂ ਜੋ ਵੀ ਆਪਣੀ ਬਿਜ਼ਨਸ ਕੀਤਾ, ਕਿਹਦੇ ਵਾਸਤੇ ਕਰਦੇ ਹੋ? ਖੁਦ ਵਾਸਤੇ ਕਰਦੇ ਹੋ। ਅਤੇ ਜੇ ਤੁਸੀਂ ਖੁਦ ਨੂੰ ਹੀ ਲੁੱਕ ਆਫਟਰ ਨਹੀਂ ਕਰ ਰਹੇ ਤਾਂ ਮੇਰੇ ਹਿਸਾਬ ਨਾਲ ਤਾਂ ਫਿਰ ਤੁਸੀਂ ਜ਼ਿੰਦਗੀ ਕੀ ਜੀ ਰਹੇ ਹੋ? ਅਤੇ ਸਭ ਤੋਂ ਪਹਿਲੇ ਆਪਣੀ ਸਿਹਤ, ਆਪਣਾ ਖਾਣ ਪੀਣ ਠੀਕ ਰੱਖੋ ਤਾਂ ਕਿ ਇਹ ਫਸਟ ਕਲਾਸ ਰਹੇ। ਨੋਟ ਓਨਲੀ, ਹਲੇ ਤਾਂ ਮੈਂ ਮਿਡਲ 'ਚ ਕਹਾਂਗੀ ਕਿ ਮੈਂ ਮਿਡਲ 'ਚ ਆਈ ਹਾਂ, ਹਲੇ ਕਾਫੀ ਟਾਈਮ ਪਿਆ ਤਾਂ ਤਾਂ ਤੱਕ ਕੀ ਕਰੋਗੇ? ਉਹ ਘਿਸਟ ਘਿਸਟ ਕੇ ਜਾਣਾ। ਲਾਈਕ ਮੇਰੇ ਹਿਸਾਬ ਨਾਲ ਤੁਹਾਡੀ ਇਹ ਜਿਹੜੀ ਬਰਥ ਹੋਇਆ ਹੈ ਡੈਥ ਤੱਕ ਜਾਣ ਵਾਸਤੇ ਇੱਕ ਵਹੀਕਲ ਤੁਹਾਨੂੰ ਮਿਲੇਗਾ, ਇਹ ਬੋਡੀ, ਠੀਕ ਹੈ ਨਾ, ਬਰਥ ਤੋਂ ਡੈਥ। ਅਤੇ ਤੁਸੀਂ ਉਹ ਟਰੈਵਲ ਕਿਸ ਤਰ੍ਹਾਂ ਕਰੋਗੇ ਜੇ ਤੁਹਾਡਾ ਵਹੀਕਲ ਦੀ ਪ੍ਰੋਪਰ ਸਰਵਿਸਿੰਗ ਨਹੀਂ ਹੈ, ਉਹ ਤੁਹਾਡਾ ਵਹੀਕਲ ਵਧੀਆ ਨਹੀਂ ਹੈ? ਮੇਰੇ ਹਿਸਾਬ ਨਾਲ A1 ਰਹਿਣਾ ਚਾਹੀਦਾ, ਦੈਟ ਇਜ਼ ਵਟ ਆਈ ਐਮ ਡੂਇੰਗ। ਮੈਨੂੰ ਆਪਣੇ ਆਪ ਨਾਲ ਬਹੁਤ ਪਿਆਰ ਹੈ, ਮੈਨੂੰ ਆਪਣੀ ਬੋਡੀ ਨਾਲ ਬਹੁਤ ਪਿਆਰ ਹੈ, ਆਪਣੀ ਆਤਮਾ ਨਾਲ ਬਹੁਤ ਪਿਆਰ ਹੈ। ਅਤੇ ਆਪਣੇ ਵਾਸਤੇ ਸੋਚਣਾ ਚਾਹੀਦਾ, ਜਦੋਂ ਤੁਸੀਂ ਆਪਣੇ ਵਾਸਤੇ ਸੋਚੋਗੇ ਤਾਂ ਆਪਣਿਆਂ ਵਾਸਤੇ ਵੀ ਸੋਚ ਪਾਓਗੇ। ਨੀਰੂ ਸੈਣੀ ਜਵਾਨ ਨੇ ਅਤੇ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖਦੇ ਨੇ? ਬਸ ਤੁਹਾਨੂੰ ਮੈਂ ਹੁਣੇ ਦੱਸਿਆ, ਇੱਕ ਤਾਂ ਐਕਸਰਸਾਈਜ਼, ਬੀ ਵੈਰੀ ਵੈਰੀ ਰੈਗੂਲਰ ਇਨ ਇਟ, ਔਰ ਦੂਜਾ ਖਾਣ ਪੀਣ। ਲਾਈਕ ਮੈਂ ਬਿਲਕੁਲ ਦੇਸੀ ਸਾਦਾ ਆਪਣਾ ਘਰ ਦਾ ਸਬਜ਼ੀ, ਰੋਟੀ, ਚਾਵਲ, ਦਾਲ, ਜਿਹੜੀ ਵੀ ਆਪਣੀਆਂ ਦਾਲਾਂ ਹੁੰਦੀਆਂ ਸਭ ਕੁਛ ਉਹਨਾਂ ਨਾਲ, ਮੈਂ ਨੋਨ ਵੈਜ ਵੀ ਲੈਂਦੀ ਹਾਂ, ਅੰਡੇ, ਮੀਟ, ਔਰ ਦੁੱਧ ਬਹੁਤ ਸ਼ੌਕੀਨ ਆ, ਡਰਾਈ ਫਰੂਟ ਦੀ ਬਹੁਤ ਸ਼ੌਕੀਨ ਆ, ਸਪਰਾਊਟਸ ਮੈਂ ਲੈਣੇ ਆ ਜ਼ਰੂਰ, ਅਤੇ ਬਾਹਰ ਦਾ ਮੈਂ ਬਿਲਕੁਲ ਨਹੀਂ ਖਾਂਦੀ। ਲਾਈਕ ਮੈਂ ਇਹ ਚੀਜ਼ਾਂ ਭਰ ਭਰ ਕੇ ਖਾਂਦੀ ਹਾਂ, ਸਲਾਦ, ਫਰੂਟਸ, ਲਾਈਕ ਮੇਰੀ ਡੇਲੀ ਦਾ ਡੋਜ਼ ਕਾਫੀ ਹੁੰਦਾ, ਲੇਕਿਨ ਬਾਹਰ ਰੇਹੜੀਆਂ ਨਹੀਂ ਖਾਣੀਆਂ, ਮਿਠਾਈ ਦੀ ਦੁਕਾਨ ਨਹੀਂ ਜਾਣਾ, ਬੇਕਰੀ ਦੀ ਦੁਕਾਨ ਨਹੀਂ ਜਾਣਾ, ਫਾਸਟ ਫੂਡ ਨਹੀਂ ਜਾਣਾ। ਸੋ ਚੀਟ ਡੇ ਮੇਰਾ ਹੁੰਦਾ ਹੈ ਮਹੀਨੇ 'ਚ ਇੱਕ ਵਾਰੀ, ਸੋ ਤੁਸੀਂ ਕਹਿ ਲਓ ਕਿ ਸਾਲ ਦੇ ਵਿੱਚ ਦੋ ਵਾਰੀ ਪੀਜ਼ਾ, ਦੋ ਵਾਰੀ ਚੰਗੀ ਕਸਰ ਕੱਢਦੇ ਹੋਣੇ ਤੁਸੀਂ? ਨਹੀਂ ਨਹੀਂ ਨਹੀਂ, ਨੋ ਨੋ ਨੋ, 1 or 2 ਪੀਸਿਸ, ਦੈਟਸ ਇਟ, ਦੈਟਸ ਇਟ। ਉਹ ਤੋਂ ਵੱਧ ਨਹੀਂ ਖਾਂਦੇ ਤੁਸੀਂ ਫਿਰ? ਮੈਨੂੰ ਮਤਲਬ ਕਿ ਚਾਹਤ ਹੀ ਨਹੀਂ ਹੈਗੀ, ਹਾਂ, ਸ਼ੌਕ ਹੀ ਨਹੀਂ ਹੈ। ਸਮੋਸਾ ਤਾਂ ਮੈਂ ਉਂਝ ਹੀ ਨਹੀਂ ਖਾਂਦੀ, ਉਹਦਾ ਤਾਂ ਕੋਈ ਚੀਡੇ ਵੀ ਨਹੀਂ ਹੈਗਾ, ਉਹ ਮੈਨੂੰ ਪਸੰਦ ਹੀ ਨਹੀਂ ਹੈਗੇ, ਮੋਮੋਜ ਪਸੰਦ ਹੀ ਨਹੀਂ ਹੈਗੇ, ਨਿਊਡਲਸ ਪਸੰਦ ਹੀ ਨਹੀਂ ਹੈਗੇ। ਅਤੇ 2-3 ਚੀਜ਼ਾਂ ਜੋ ਵੀ ਪਸੰਦ ਹੈਗੀਆਂ ਉਹ ਸਾਲ 'ਚ ਬਸ ਇੱਕ ਦੋ ਵਾਰੀ ਲੈ ਲੈਂਦੀ ਹਾਂ, ਦੈਟਸ ਇਟ। ਸੋਸ਼ਲ ਮੀਡੀਆ 'ਤੇ ਲੋਕ ਤੁਹਾਨੂੰ ਡਾਂਸ ਕਰਦੇ ਹੋਏ ਦੇਖਦੇ ਨੇ, ਤੁਹਾਡਾ ਡਾਂਸ ਵੀ ਖੂਬ ਪਸੰਦ ਕੀਤਾ ਜਾਂਦਾ ਹੈ, ਇਸ ਤੋਂ ਤੁਹਾਡੀ ਪਹਿਚਾਣ ਬਣੀ ਸੋਸ਼ਲ ਮੀਡੀਆ 'ਤੇ, ਤੁਸੀਂ ਕਦੋਂ ਡਾਂਸ ਕਰਨਾ ਸ਼ੁਰੂ ਕੀਤਾ ਅਤੇ ਤੁਹਾਨੂੰ ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਮੈਨੂੰ ਡਾਂਸ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣੀ ਚਾਹੀਦੀ ਹੈ? ਇਸ ਤਰ੍ਹਾਂ ਮੈਨੂੰ ਨਹੀਂ ਸਮਝ ਕਿ ਵੀ ਕਦੋਂ ਕੀ ਹੋਇਆ, ਆਪਣੇ ਆਪ ਹੀ ਹੁੰਦਾ ਚਲਾ ਗਿਆ ਮੇਰਾ। ਮੈਂ 2019 'ਚ ਮਿਸਿਸ ਇੰਡੀਆ ਦਾ ਕੰਟੈਸਟ ਕੀਤਾ ਸੀ ਅਤੇ ਉਹਦੇ 'ਚ ਮੈਂ ਲਾਈਕ ਮੋਸਟ ਫਿਟ, ਲਾਈਕ ਫਿਟਨੈਸ ਕਰਾਊਨ ਮੈਨੂੰ ਮਿਲਿਆ, ਮੋਸਟ ਐਕਟਿਵ ਦਾ ਕਰਾਊਨ ਮਿਲਿਆ। ਅਤੇ ਹਾਂ, ਏਜ ਸੀ ਫਰੋਮ 25 to 55, ਇਹ ਏਜ ਗਰੁੱਪ ਸੀ ਉਹਦੇ ਵਿੱਚ। ਲਾਈਕ ਆਈ ਵਾਜ਼ ਕੰਸਿਡਰਡ ਮੋਸਟ ਐਕਟਿਵ ਦੇਅਰ, ਔਰ ਉਹਦੇ ਵਿੱਚ ਟੈਲੈਂਟ ਰਾਊਂਡ ਹੁੰਦਾ, ਟੈਲੈਂਟ ਰਾਊਂਡ ਦੇ ਵਿੱਚ ਮੈਂ 2 ਡਾਂਸ ਤਿਆਰ ਕੀਤੇ ਆਪਣੇ, ਇੱਕ ਯੋਗਾ ਦੇ ਨਾਲ ਔਰ ਇੱਕ ਆਪਣਾ ਦੂਸਰਾ ਬਾਲੀਵੁੱਡ, ਔਰ ਉਹ ਦੋਨੋਂ ਹੀ ਬਹੁਤ ਐਪਰੀਸ਼ੀਏਟ ਹੋਏ ਔਰ ਉਹਨਾਂ ਨੂੰ ਮੈਕਸੀਮਮ ਮਾਰਕਸ ਮਿਲੇ ਮੇਰੇ ਟੈਲੈਂਟ ਰਾਊਂਡ 'ਚ ਵੀ, ਮੈਂ ਫਿਰ ਵਿਨ ਕੀਤਾ ਸੀ।
ਉੱਥੋਂ ਆਇਆ ਕਿ ਵੀ ਇਹਨੂੰ ਪ੍ਰੋਪਰ ਮੈਂ ਮੀਡੀਆ 'ਚ ਪਾ ਸਕਦੀ ਹਾਂ, ਜਿਹੜੀ ਆਪਣੀ ਐਵਲੀਏ ਸੀ, ਮੇਰੇ ਡਾਂਸਿਸ ਮੈਂ ਪਾਏ, ਕਾਫੀ ਐਪਰੀਸ਼ੀਏਟ ਹੋਏ। ਅਤੇ ਫਿਰ ਕੋਵਿਡ ਆ ਗਿਆ। ਕੋਵਿਡ ਤੋਂ ਬਾਅਦ 2021 'ਚ ਮੈਂ ਕਿਹਾ ਮੇਰਾ ਨਾ ਯੋਗਾ ਥੋੜ੍ਹਾ ਡਾਊਨ ਜਾ ਰਿਹਾ। ਮੈਂ ਆਪਣਾ ਸਕੂਲ ਦਾ ਬੱਚਾ ਜਿਹੜਾ ਯੋਗਾ ਦਾ ਨੈਸ਼ਨਲ ਲੈਵਲ ਦਾ ਪਲੇਅਰ, ਉਹਨੂੰ ਮੈਂ ਹਾਇਰ ਕੀਤਾ ਕਿ ਮੈਂ ਕਿਹਾ ਬੇਟਾ ਮੈਨੂੰ ਯੋਗਾ ਸਿਖਾਉਣ ਆਇਓ, ਅਤੇ ਨਾਲ ਮੇਰਾ ਬਰਥਡੇ ਆ ਰਿਹਾ, ਮੈਂ ਆਪਣੇ ਬਰਥਡੇ 'ਤੇ ਆਪਣੀ ਰੀਲ ਪਾਉਣੀ ਹੈ। ਇੱਕ ਮਤਲਬ ਕਿ ਤਾਂ ਰੀਲਸ ਨਹੀਂ ਸੀ ਕਿ ਵੀ ਆਪਣਾ ਡਾਂਸ ਪਾਉਣਾ ਹੈ, ਅਤੇ ਆਪਣਾ ਮੈਂ ਡਾਂਸ ਪਾਇਆ, ਆ ਜਾ ਨੱਚ ਲੈ, ਇਟ ਵਾਜ਼ ਐਪਰੀਸ਼ੀਏਟਡ। ਅਤੇ ਜਦੋਂ ਐਪਰੀਸ਼ੀਏਟ ਹੋਇਆ ਮੈਂ ਕਿਹਾ ਠੀਕ ਹੈ ਹੁਣ ਇੱਕ ਹੋਰ ਡਾਂਸ ਪਾ ਲੈਂਦੇ ਹਾਂ। ਅਤੇ ਪਰ ਅਸੀਂ ਬੜੇ ਸਲੋ ਪਾਉਂਦੇ ਸੀ, ਲਾਈਕ 15 ਦਿਨ 20 ਦਿਨ ਦੇ ਵਿੱਚ ਇੱਕ ਡਾਂਸ ਤਿਆਰ ਕਰਕੇ, ਅਦਰਵਾਈਜ਼ ਮੈਂ ਆਪਣੀ ਐਕਸਰਸਾਈਜ਼ ਕਰਦੀ ਸੀ, ਯੋਗਾ ਕਰਦੀ ਸੀ। ਲਗਾਤਾਰ ਪਾ ਰਹੇ ਤੁਸੀਂ ਤੇ ਘੱਟ ਡਾਂਸ ਹੁੰਦਾ ਸੀ, ਹੌਲੀ ਹੌਲੀ ਕਰਦੇ ਕਰਦੇ ਜ਼ਿਆਦਾ ਡਾਂਸ ਹੋ ਗਿਆ, ਘੱਟ ਯੋਗਾ ਹੋ ਗਿਆ। ਪਹਿਲਾਂ ਯੋਗਾ ਦੀਆਂ ਵੀਡੀਓਜ਼ ਪਾਉਂਦੇ ਰਹੇ ਅਤੇ ਹੁਣ ਡਾਂਸ ਦੀਆਂ? ਨਹੀਂ, ਯੋਗਾ ਵੀ ਨਾਲ ਨਾਲ ਚੱਲ ਰਿਹਾ। ਮੈਂ ਤੁਹਾਨੂੰ ਕਿਹਾ ਕਿ ਦੋ ਚੀਜ਼ਾਂ, ਇੱਕ ਫੂਡ ਔਰ ਇੱਕ ਆਪਣੀ ਹੈਲਥ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਫੋਰ ਮੀ। ਮਤਲਬ ਕਿ ਮੈਨੂੰ ਜਿੱਦਾਂ ਹੈਲਥ ਦੇ ਵਿੱਚ ਕੀ ਹੈ, ਤੁਸੀਂ ਕਾਰਡੀਓ ਕਰੋਗੇ, ਠੀਕ ਹੈ, ਸਟਰੈਂਥ ਟ੍ਰੇਨਿੰਗ ਕਰੋਗੇ, ਆਪਣਾ ਇੰਡੋਰੈਂਸ ਦੇਖੋਗੇ, ਫਲੈਕਸੀਬਿਲਟੀ ਦੇਖੋਗੇ, ਇਹ ਸਾਰੀਆਂ ਚੀਜ਼ਾਂ ਮਿਕਸ ਐਂਡ ਮੈਚ ਕਰਕੇ ਮੈਂ ਕੋਈ ਇੱਕ ਚੀਜ਼ ਆ ਰਹੀ ਨਹੀਂ ਕਿ ਵੇਟ ਹੀ ਚੁੱਕੇ ਜਾਣੇ ਹੈ, ਇਸ ਤਰ੍ਹਾਂ ਨਹੀਂ ਹੈ, ਪਰ ਉਹ ਵੀ ਚੁੱਕਣੇ ਜ਼ਰੂਰੀ ਹੈ। ਅਤੇ ਕਾਰਡੀਓ ਵਿੱਚ ਤੁਸੀਂ ਸਾਈਕਲਿੰਗ ਕਰ ਲਓ, ਵਾਕਿੰਗ ਕਰ ਲਓ, ਰਨਿੰਗ ਕਰ ਲਓ, ਠੀਕ ਹੈ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਮਤਲਬ ਕਿ ਤੁਸੀਂ ਦਿਨ 'ਚ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 5-6 ਕਿਲੋਮੀਟਰ ਜ਼ਰੂਰ ਚੱਲਣਾ ਚਾਹੀਦਾ। ਫਿਰ ਤੁਸੀਂ ਆਪਣੀ ਫਲੈਕਸੀਬਿਲਟੀ ਵਾਸਤੇ ਯੋਗਾ ਕਰੋ ਜਾਂ ਕੋਈ ਐਕਸਰਸਾਈਜ਼ ਕਰੋ, ਸਟ੍ਰੈਚਿੰਗ ਜ਼ਰੂਰ ਕਰੋ। ਸਟ੍ਰੈਚਿੰਗ ਨਾਲ ਤੁਹਾਡੀ ਮਸਲ ਕੁਆਲਿਟੀ ਵੱਧਦੀ ਹੈ। ਲਾਈਕ ਤੁਸੀਂ ਇਹ ਕਹੋਗੇ ਕਿ ਜੇ ਰੈਗੂਲਰ ਕਰੋਗੇ ਸਟ੍ਰੈਚਿੰਗ ਤਾਂ ਤੁਸੀਂ ਉਮਰ ਆਪਣੇ ਆਪ ਘੱਟਣ ਲੱਗ ਜਾਏਗੀ, ਰੀਅਲ 'ਚ। ਲਾਈਕ ਜਿਹੜੀ ਤੁਹਾਡੀ ਅੱਜ ਦੀ ਏਜ ਹੈ ਔਰ ਤੁਸੀਂ ਆਪਣੀ ਅੱਛੀ ਪ੍ਰੋਪਰ ਸਟ੍ਰੈਚਿੰਗ ਔਰ ਯੋਗਾ ਕਰਕੇ ਤੁਸੀਂ ਚੈੱਕ ਕਰਵਾਉਣ ਜਾਓ ਆਪਣਾ ਬੋਡੀ ਮਾਸ ਜਿਹੜਾ ਵੀ ਹੈਗਾ, ਤਾਂ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਮਾਸ ਜਿਹੜਾ ਮਸਲ ਹੈ ਉਹ ਬੈਟਰ ਕੁਆਲਿਟੀ ਦੀ ਹੋ ਗਈ ਹੈ। ਦੈਟ ਮੀਨਸ ਯੂ ਹੈਵ ਬਿਕਮ ਯੰਗਰ। ਤੁਸੀਂ ਇਹ ਚੈੱਕ ਕੀਤਾ ਆਪਣੇ ਤੇ ਸਾਰੇ? ਹਾਂਜੀ ਮੇਰਾ ਮੈਂ ਫੋਰਨ 'ਚ ਜਾ ਕੇ ਵੀ ਕੀਤਾ, ਇੱਥੇ ਵੀ ਆਪਣਾ ਕੀਤਾ, ਰਾਦਰ ਔਰਥੋਪੀਡਿਕ ਸਰਜਨ ਵਗੈਰਾ ਉਹਨਾਂ ਬੋਨ ਡੈਂਸਟੀ ਵੀ ਸਭ ਚੈੱਕ ਕਰਵਾਈ ਦੀ ਹੈ। ਤੁਹਾਡੇ ਵਕਨ ਦੇ ਉੱਥੇ 2 ਬੱਚੇ ਆਏ ਦੇ ਸੀ ਨਾਲ, ਉਹ ਸਮਥਿੰਗ ਕੀ ਵੀ ਨਾਲ ਮੈਂ ਕਿਹਾ ਜਿਮ ਵੀ ਜਾਂਦੇ ਸੀ, ਅਤੇ ਉਹ ਪੁੱਛਦੇ ਸਰ ਅਸੀਂ ਕੀ ਕਰੀਏ ਜਿਹੜਾ ਬੋਨ ਡੈਂਸਟੀ ਵੱਜੇ, ਤੁਸੀਂ ਕਹਿੰਦੇ ਸਾਡੀ ਬੋਨ ਹੈ, ਇਸ ਤਰ੍ਹਾਂ ਮੈਂ ਵੀ ਜਿਮ ਜਾਂਦੇ ਹੋਣਗੇ। ਅਤੇ ਮੈਂ ਸਾਹਮਣੇ ਬੈਠੀ ਦੀ ਸੀ ਅਤੇ ਸਰ ਕਹਿੰਦੇ, ਡਾਕਟਰ ਸਾਹਿਬ ਕਹਿੰਦੇ ਕਿ ਇਹ ਮੈਡਮ ਨੂੰ ਦੇਖੋ, ਇਹ ਤੁਹਾਡੇ ਤੋਂ ਡਬਲ ਉਮਰ ਤੋਂ ਜ਼ਿਆਦਾ ਹੈਗੇ ਆ, ਔਰ ਇਹਨਾਂ ਦੀ ਬੋਨ ਡੈਂਸਟੀ ਉਹਨਾਂ ਨੇ ਚੈੱਕ ਕਰਕੇ ਕਹਿੰਦੇ ਤੁਹਾਡੇ ਤੋਂ ਜ਼ਿਆਦਾ ਆ ਰਹੀ ਹੈ। ਔਰ ਉਹ ਦੋਨੋਂ ਮੁੰਡੇ ਸਰਦਾਰ, ਚੰਗੇ ਲੰਬੇ ਚੌੜੇ, ਹੈਂ, ਮਤਲਬ ਕਿ ਤੁਸੀਂ ਕੀ ਉਹ ਸਿਰਫ ਫੋਕੀ ਬਣਾਈ ਦੀ ਹੈ ਬੋਡੀ, ਤੁਸੀਂ ਤੁਹਾਡਾ ਮਤਲਬ ਸਿਰਫ ਉਹ ਇਹ ਵੱਧ ਜਾਣ, ਇਹ ਵੱਧ ਜਾਣ, ਦੇਖਣ 'ਚ ਕੁੜੀਆਂ ਪੱਟ ਜਾਣ, ਬਸ ਇੱਕੋ ਹੀ ਕਾਰਨ ਹੈ। ਉਹ ਤੁਸੀਂ ਰੀਅਲ 'ਚ ਆਪਣੀ ਸਿਹਤ ਦੇਖੋ, ਆਪਣਾ ਬਲੱਡ ਦੇਖੋ, ਆਪਣਾ ਤਾਕਤ ਦੇਖੋ, ਉਹ ਮਸ਼ੀਨਾਂ ਨਾਲ ਤੁਸੀਂ ਕਰ ਰਹੇ ਹੋ ਮੇਰੇ ਹਿਸਾਬ ਨਾਲ ਬੋਡੀ, ਤੁਸੀਂ ਆਪਣੀ ਜੇ ਬੋਡੀ ਵੇਟ ਹੁੰਦਾ ਨਾ ਉਹਦੇ ਨਾਲ ਕਰੋ ਤਾਂ ਬਹੁਤ ਜ਼ਿਆਦਾ ਅੱਛਾ ਹੈ। ਗਾਈਡ ਫਿਰ ਉਹਨਾਂ ਨੌਜਵਾਨਾਂ ਨੂੰ ਗਲਤ ਕਰ ਦਿੰਦੇ ਨੇ, ਕੋਚ ਜਿਹੜੇ ਜਿਮ ਦੇ ਵਿੱਚ ਹੁੰਦੇ ਨੇ, ਜਾਂ ਉਹਨਾਂ ਨੂੰ ਕੋਈ ਸਮਝਾਉਣ ਕਰਦੇ? ਉਹ ਵੀ ਜ਼ਰੂਰੀ ਹੈ, ਲੇਕਿਨ ਮੇਰੇ ਆਪਣੇ ਹਿਸਾਬ ਨਾਲ ਬੇਤਹਾਸ਼ਾ ਕਰਦੇ ਆ, ਬੇਤਹਾਸ਼ਾ ਮੀਨਸ ਓਵਰ ਕਰ ਜਾਂਦੇ ਆ। ਤੁਸੀਂ ਜਿਮ ਕਿਸੇ ਵੀ ਜਿਮ 'ਚ ਜਾਓ, ਤੁਹਾਨੂੰ 18 to 32 ਦੇ ਵਿੱਚ ਵਿੱਚ ਜਨਰੇਸ਼ਨ ਮਿਲੇਗੀ। ਵੱਡੇ ਕਿੱਥੇ ਗਏ? ਮਰ ਗਏ? ਤੁਹਾਨੂੰ ਕੀ ਲੱਗਦਾ ਕਿ ਸਿਰਫ ਹੁਣੇ ਹੀ ਜਿਮ ਆਏ ਆ? 40 ਸਾਲ ਪਹਿਲੇ ਜਿਮ ਨਹੀਂ ਸੀ, ਜਾਂ ਤੁਹਾਡੇ ਫਾਦਰ ਸਾਹਿਬ ਦੇ ਟਾਈਮ 'ਤੇ ਜਿਮ ਨਹੀਂ ਸੀ, ਜਾਂ ਅੱਜ ਤੋਂ 20 ਸਾਲ ਪਹਿਲੇ ਜਿਮ ਨਹੀਂ ਸੀ? ਉਹ ਉਸ ਵੇਲੇ ਵੀ ਜਿਮ ਸੀ, ਉਸ ਵੇਲੇ ਵੀ ਮੁੰਡੇ ਜਾਂਦੇ ਸੀ,
ਉਸ ਵੇਲੇ ਵੀ ਉਹ ਗੱਭਰੂ ਜਵਾਨ ਸੀ ਅਤੇ ਉਹ ਹੁਣ ਕਿੱਥੇ ਗਏ, ਕਿਉਂ ਗਏ, ਉਹ ਕਿਉਂ ਰੈਗੂਲਰ ਕਿਉਂ ਨਹੀਂ ਆਉਂਦੇ ਪਏ? 30s ਵਾਲੇ, 40s ਵਾਲੇ, 50s ਵਾਲੇ, 60s ਵਾਲੇ ਪੈਸ਼ਨੇਟ ਤਾਂ ਹੁਣ ਹੈਗੇ ਆ, ਅਤੇ ਤਾਂ ਜਿਹੜੇ ਤੁਸੀਂ ਅੱਜ 40 ਸਾਲ ਪਿੱਛੇ ਚਲੇ ਜਾਓ, ਉਹ ਜਿਹੜੇ ਪੈਸ਼ਨੇਟ ਸੀ ਉਹ ਅੱਜ ਨੂੰ ਪੈਸ਼ਨੇਟ ਨਹੀਂ ਨੇ, ਉਹ ਇੰਨੀਆਂ ਵੱਡੀਆਂ ਤੋਂਦਾਂ ਲੈ ਕੇ ਬੈਠੇ ਦੇ ਹੈ, ਅਤੇ ਉਹਨਾਂ ਦੀ ਕਿਡਨੀਜ਼ ਖਰਾਬ ਹੈ, ਉਹਨਾਂ ਦਾ ਕੋਈ BP ਹੈ, ਕੋਈ ਉਹਨਾਂ ਨੂੰ ਸ਼ੂਗਰ ਹੈ, ਉਹ ਕਿੱਥੋਂ ਆ ਗਿਆ, ਕਿਉਂ ਆ ਗਿਆ? ਜੇ ਉਹ ਇੰਨੇ ਰੈਗੂਲਰ ਸੀ ਤਾਂ ਹੁਣ ਕੀ ਹੋਇਆ? ਮੇਰੇ ਆਪਣੇ ਹਿਸਾਬ ਨਾਲ ਜਿਹੜੇ ਜਿਮ 'ਚ ਹੈ ਉਹ ਕਈ ਵਾਰੀ ਸਟੀਰੋਇਡਸ ਲੈਂਦੇ ਆ, ਕਈ ਵਾਰੀ ਗਲਤ ਬਹੁਤ ਆਰਟੀਫਿਸ਼ਲ ਪ੍ਰੋਟੀਨਸ ਲੈਂਦੇ ਆ, ਤੁਸੀਂ ਨੈਚੁਰਲ ਪ੍ਰੋਟੀਨਸ ਰੱਖੋ। ਜਿਹੜੀ ਆਰਟੀਫਿਸ਼ਲ ਪ੍ਰੋਟੀਨਸ ਹੈ ਉਹਦੇ ਵਾਸਤੇ ਚੈੱਕ ਰੱਖਣਾ ਪੈਂਦਾ, ਤੁਸੀਂ ਉਹ ਚੈੱਕ ਰੱਖਦੇ ਪਏ ਹੋ ਕਿ ਤੁਹਾਡੀ ਕਿਡਨੀਜ਼ ਉੱਤੇ ਕਿੰਨਾ ਜ਼ੋਰ ਆ ਰਿਹਾ, ਤੁਸੀਂ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਹੋ ਕਿ ਵੀ ਸਾਰਾ ਪ੍ਰੋਟੀਨ ਦਾ ਜਿਹੜਾ ਫਿਲਟਰ ਹੈ, ਜਿਹੜਾ ਗੰਦ ਜਿਹੜਾ ਨਿਕਲਦਾ, ਜਿਹੜਾ ਵੇਸਟ ਪ੍ਰੋਡਕਟ ਨਿਕਲਦਾ, ਉਹ ਕਿਡਨੀ ਨੇ ਫਿਲਟਰ ਕਰਨਾ, ਉਹ ਤੁਹਾਡੇ ਬਲੱਡ 'ਚੋਂ ਬਾਹਰ ਕੱਢਣਾ, ਲਿਵਰ ਨੇ ਉਹਨੂੰ ਨੋਨ ਪੋਇਜ਼ਨਸ ਬਣਾਉਣਾ। ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਲਿਵਰ ਠੀਕ ਕੰਮ ਕਰ ਰਿਹਾ, ਕਿਡਨੀ ਤੁਹਾਡੀ ਠੀਕ ਚੱਲ ਰਹੀ ਹੈ, ਉਹ ਚੈੱਕ ਕਰਦੇ ਹੋ, ਨਹੀਂ ਚੈੱਕ ਕਰਦੇ ਹੋ, ਅਤੇ ਬੇਇਤਿਹਾਸ਼ਾ ਕਰੀ ਜਾਂਦੇ, 2 ਦਿਨ, 4 ਦਿਨ, 2 ਸਾਲ, 4 ਸਾਲ ਪਟਾ ਲਓ ਕੁੜੀਆਂ, ਫਿਰ ਉਸ ਤੋਂ ਬਾਅਦ ਜਦੋਂ 35 'ਚ ਤੁਹਾਨੂੰ BP ਲੱਗ ਗਈ ਆ, ਸ਼ੂਗਰ ਲੱਗ ਗਈ ਆ, ਤੋਂਦ ਵੱਧ ਗਈ ਆ, ਹੁਣ ਇਹ ਹੋ ਗਿਆ, ਉਹ ਹੋ ਗਿਆ, ਫਿਰ ਕੌਣ ਆਏਗਾ, ਫਿਰ ਕਿੰਨੇ ਕਰਨਾ? ਅਤੇ ਸਾਰੇ ਮੋਸਟ ਆਫ ਦਿਸ ਬ੍ਰੈਕਟ ਗੋਜ਼ ਲਾਈਕ ਦਿਸ। ਮੇਰੇ ਆਪਣੇ ਹਿਸਾਬ ਨਾਲ ਜਿਹੜੇ ਟ੍ਰੇਨਰਸ ਹੈ ਦੇ ਸ਼ੁੱਡ ਬੀ ਵੈਲ ਐਜੂਕੇਟਿਡ, ਦੇ ਸ਼ੁੱਡ ਬੀ ਸਰਟੀਫਾਈਡ, ਔਰ ਮੈਂ ਮੋਸਟ ਆਫ ਦਾ ਟ੍ਰੇਨਰਸ ਫਾਈਨ ਕਰਨੀ ਹੈ ਕਿ ਦੇ ਆਰ ਨੋਟ ਵੈਰੀ ਐਜੂਕੇਟਿਡ, ਔਰ 10th-12th ਤੱਕ ਪੜ੍ਹੇ ਹੁੰਦੇ ਹੈ ਔਰ ਟ੍ਰੇਨਰਸ ਲੱਗ ਜਾਂਦੇ ਹੈ। ਦੇਖੋ ਉਹ ਤਾਂ ਮੈਂ ਵੀ ਜਾਂਦੀ ਹਾਂ ਹੁਣ ਜਿਮ 'ਚ, ਮੈਨੂੰ ਵੀ ਪਤਾ ਹੀ ਹੈ ਇਸ ਤਰ੍ਹਾਂ ਚੁੱਕਣਾ ਅਤੇ ਇਸ ਤਰ੍ਹਾਂ ਨਹੀਂ ਚੁੱਕਣਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ, ਉਹ ਤਾਂ ਮੈਨੂੰ ਵੀ ਹੈ। ਤੁਸੀਂ 4-5 ਵਾਰੀ, 10 ਵਾਰੀ, 15 ਵਾਰੀ, ਮਹੀਨਾ, 2 ਮਹੀਨਾ ਜਾਓ, ਸਮਝ ਲੱਗਣੇ ਲੱਗ ਜਾਂਦੀ ਹੈ। ਡਜ਼ਨਟ ਮੀਨ ਯੂ ਆਰ ਬਿਕਮ ਅ ਟ੍ਰੇਨਰ, ਟ੍ਰੇਨਰ ਮੀਨਸ ਤੁਸੀਂ ਕਰਦੇ ਹੋਏ ਐਗਜੈਕਟ ਨੋਟ ਓਨਲੀ ਵੱਡੀ ਮਸਲਸ, ਤੁਹਾਨੂੰ ਛੋਟੀ ਮਸਲਸ ਵੀ ਪਤਾ ਹੋਣਾ ਚਾਹੀਦੀਆਂ, ਕਿਹੜੀਆਂ ਹਾਰਮ ਕਰਨਗੀਆਂ, ਕਿਹੜੀਆਂ ਨਹੀਂ ਕਰਨਗੀਆਂ, ਕਿਹੜੀਆਂ ਡਿਵੈਲਪ ਕਰਨੀਆਂ। ਫਿਰ ਫੂਡ ਅੱਜ ਦੀ ਡੇਟ ਨੂੰ ਤੁਹਾਨੂੰ ਫੂਡ ਐਵਲਾ ਦੇ ਕੇ ਤੁਹਾਡੀ ਬੋਡੀ ਬਣ ਗਈ, ਲੇਕਿਨ ਇਹ ਬਾਅਦ 'ਚੋਂ ਤੁਹਾਡੀ ਬੋਡੀ ਉੱਤੇ ਕੀ ਅਸਰ ਕਰੇਗੀ? ਇਟ ਸ਼ੁੱਡ ਬੀ ਲਾਈਫ ਲੌਂਗ ਪ੍ਰੋਸੈਸ। ਅੱਜ ਨੂੰ ਇਹ ਤੇਰੀ ਬੋਡੀ ਹੈ ਬੇਟਾ, 10 ਸਾਲ ਬਾਅਦ ਇਹ ਤੇਰੀ ਨਹੀਂ ਰਹਿਣੀ, ਇਹ ਕਿਸੇ ਹੋਰ ਦੀ ਬਣ ਜਾਣੀ ਹੈ, ਪੜੋਸੀ ਦੀ ਬਣ ਜਾਣੀ ਹੈ, ਨਹੀਂ ਇਹ ਤੇਰੀ ਹੈ। ਲਾਈਕ ਇਫ ਵੈਨ ਯੂ ਵਿਲ ਕਮ ਟੂ ਮਾਈ ਏਜ, ਯੂ ਸ਼ੁੱਡ ਬੀ ਐਜ਼ ਹੈਲਦੀ ਐਜ਼ ਮੀ, ਕਿ ਜਿੰਨੇ ਭੰਗੜੇ ਤੂੰ ਹੁਣ ਪਾ ਲੈਣਾ ਤੂੰ ਮੇਰੀ ਉਮਰ 'ਚ ਵੀ ਉਹਨੇ ਭੰਗੜੇ ਪਾਏ। ਇਹ ਥੋੜ੍ਹੀ ਹੈ ਕਿ ਵੀ ਨਾ ਇੱਕ ਤਾਂ ਗੋਡਾ ਦੁਖਦਾ, ਇੱਕ BP ਦੀ ਗੋਲੀ ਖਾਣੀ ਹੈ, ਮੈਨੂੰ ਤਾਂ ਪਸੀਨਾ ਆ ਜਾਏਗਾ, ਮੇਰਾ ਤਾਪ ਚੜ੍ਹ ਜਾਏਗਾ, ਫਿਰ ਮੈਂ ਕਿਸ ਤਰ੍ਹਾਂ ਕਰਾਂਗਾ? ਨੋ ਨੋ ਨੋ, ਯੂ ਸ਼ੁੱਡ ਬੀ ਐਬਸੋਲੂਟਲੀ ਹੈਲਦੀ, ਮਤਲਬ ਕਿ ਜਿਹਨੂੰ ਕੋ ਮੇਰੇ ਹਿਸਾਬ ਨਾਲ ਬੋਡੀ ਤੁਹਾਡੀ ਪਾਣੀ ਵੱਕਣ ਫਲੋਇੰਗ, ਪਾਣੀ ਉੱਪਰੋਂ ਧਾਰ ਚੱਲਦੀ ਹੈ, ਆਪੇ ਨਦੀ ਦੌੜਦੀ ਜਾਂਦੀ ਹੈ, ਤੁਹਾਡੀ ਬੋਡੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਔਰ ਤੁਹਾਡੀ ਆਤਮਾ, ਤੁਹਾਡਾ ਮਾਇੰਡ ਸ਼ੁੱਡ ਬੀ ਲਾਈਕ ਰੌਕ ਸੋਲਿਡ, ਜਿਸ ਤਰ੍ਹਾਂ ਪਹਾੜ ਹੈ, ਖੜ੍ਹੇ ਦੇ ਖੜ੍ਹੇ ਸਦੀਆਂ ਨਾਲ ਉੱਥੇ ਦੇ ਉੱਥੇ ਸਟਰੋਂਗ ਫਰਮ। ਨੀਰੂ ਸੈਨੀ ਜਦੋਂ ਸਵੇਰੇ ਉੱਠਦੇ ਨੇ ਸਭ ਤੋਂ ਪਹਿਲਾਂ ਕੀ ਸੋਚਦੇ ਨੇ? ਹਾਲਾਂਕਿ ਰੱਬ ਦਾ ਵੀ ਨਾਂ ਲੈਂਦੇ ਹੋਗੇ, ਪਰ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਆਉਂਦਾ ਤੁਹਾਡੇ, ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਦੇ? ਓਕੇ, ਮੈਂ ਰੋਜ਼ ਪਿਛਲੇ 21 ਸਾਲਾਂ ਤੋਂ 3 ਵਜੇ ਉੱਠਦੀ ਹਾਂ, ਔਰ 3 ਵਜੇ ਉੱਠ ਕੇ ਮੈਂ ਸਭ ਤੋਂ ਪਹਿਲੇ ਆਪਣੇ ਦਿਨ ਚਰਿਆ, ਮਤਲਬ ਕਿ ਸਾਫ਼ ਸਫਾਈ ਕਰਕੇ ਥੋੜ੍ਹਾ ਜਿਹਾ, ਉਸ ਤੋਂ ਬਾਅਦ ਆਏ ਸਿਟ ਫੋਰ ਮਾਈ ਮੈਡੀਟੇਸ਼ਨ, ਪਾਠ ਕਰੀਦਾ, ਅਤੇ ਉਸ ਤੋਂ ਬਾਅਦ ਆਪਣੀ ਮੈਂ ਹਰਬਲ ਟੀ, ਪਾਣੀ ਵਗੈਰਾ ਲੈਂਦੀ ਹਾਂ, 1 ਲੀਟਰ ਪਾਣੀ ਪੀ ਕੇ, ਆਪਣੀ ਹਰਬਲ ਚਾਹ ਪੀ ਕੇ, ਫਿਰ ਮੈਂ ਬਾਹਰ ਚਲੀ ਜਾਂਦੀ ਹਾਂ। 1.5 ਘੰਟਾ ਮੈਂ ਆਪਣੇ
ਜੋ ਵੀ ਕਾਰਡੀਓ ਐਂਡ ਐਕਸਰਸਾਈਜ਼ ਔਰ ਸਟ੍ਰੈਚਿੰਗ ਕਰਕੇ ਫਿਰ ਮੈਂ ਵਾਪਸ ਆਉਂਦੀ ਹਾਂ, ਫਿਰ ਮੈਂ ਆਪਣੇ ਸਕੂਲ ਵਾਸਤੇ ਰੈਡੀ ਹੁੰਦੀ ਹਾਂ, ਫਿਰ ਸਕੂਲ ਜਾਈਦਾ ਔਰ ਸਕੂਲ 'ਚ ਆਪਣਾ ਦਿਨ, ਮਤਲਬ ਕਿ ਮੈਨੂੰ ਬਹੁਤ ਬੱਚੇ ਪਿਆਰ ਕਰਦੇ ਆ ਔਰ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਮੇਰਾ ਉੱਥੇ ਬਹੁਤ ਦਿਲ ਲੱਗਦਾ ਹੈ, ਲਾਈਕ ਆਈ ਐਮ ਏ ਬੋਰਨ ਟੀਚਰ, ਮੈਨੂੰ ਇੰਝ ਲੱਗਦਾ ਕਿ ਸਾਇੰਸ ਪੜ੍ਹਾ ਕੇ ਮੈਨੂੰ ਜਿਹੜੀ ਬੱਚਿਆਂ ਨੂੰ ਖੁਸ਼ੀ ਮਿਲਦੀ ਹੈ, ਜਿਹੜਾ ਉਹਨਾਂ ਨੂੰ ਗਿਆਨ ਦੇ ਕੇ ਖੁਸ਼ੀ ਮਿਲਦੀ ਹੈ, ਅਤੇ ਇਹ ਇੱਕ ਦੂਸਰੀ ਦੁਨੀਆ ਮੇਰੀ। ਫਿਰ ਵਾਪਸ ਆਈਦਾ, ਰੈਸਟ ਕਰੀਦੀ ਹਾਂ ਲੰਚ ਤੋਂ ਬਾਅਦ, ਦੈਨ ਸ਼ਾਮੀ ਫਿਰ ਮੇਰਾ ਟ੍ਰੇਨਰ ਆਉਂਦਾ ਹੈ, ਫਿਰ ਮੈਂ ਆਪਣੀ ਯੋਗਾ ਐਕਸਰਸਾਈਜ਼ ਕਰਕੇ ਡਾਂਸ ਵੀ ਕਰਦੀ ਹਾਂ। ਅਤੇ ਆਪਾਂ ਦੇਖੀਦਾ ਹੀ ਆ ਸੋਸ਼ਲ ਮੀਡੀਆ 'ਤੇ। ਹਾਂਜੀ, ਰਾਤੀ ਕਿੰਨੇ ਵਜੇ ਸੋ ਜਾਂਦੇ ਤੁਸੀਂ? ਕਹਿੰਦੇ ਰਾਤ ਨੂੰ ਜਲਦੀ, ਉਹ ਮੈਂ ਪੁੱਛਣ ਲੱਗਾ, ਕਹਿੰਦੇ ਰਾਤੀ ਛੇਤੀ, ਮਾਪੇ ਵੀ ਕਹਿੰਦੇ ਨੇ ਬੱਚਿਆਂ ਨੂੰ ਛੇਤੀ ਸੋ ਤਾਂ ਹੀ ਸਵੇਰੇ ਜਲਦੀ ਉੱਠ ਪਾਓਗੇ। ਹਾਂਜੀ, ਮੈਂ ਕਿ ਤੁਸੀਂ 9 ਵਜੇ ਮੈਨੂੰ ਫੋਨ ਕਰੋਗੇ, ਮੈਨੂੰ ਗੁੱਸਾ ਚੜ ਜਾਏਗਾ। ਅਤੇ ਮੇਰੇ ਵਾਸਤੇ ਮੇਰੇ ਸਾਰੇ ਜਾਣ ਪਹਿਚਾਣ ਵਾਲਿਆਂ, ਫਰੈਂਡਸ ਨੂੰ, ਮੇਰੇ ਰਿਸ਼ਤੇਦਾਰਾਂ ਨੂੰ, ਸਭ ਨੂੰ ਪਤਾ ਕਿ ਇਹ ਛੇਤੀ ਸੌਂਦੀ ਹੈ। ਸੋ ਮੋਸਟ ਆਫ ਤਹ ਜਿਨ੍ਹਾਂ ਨੇ ਆਉਣਾ ਉਹ ਪਹਿਲੇ ਆਉਂਦੇ ਹੈ, ਜਾਂ ਫਿਰ ਕਹਿੰਦੇ ਕਿ ਤੂੰ ਦਰਵਾਜ਼ਾ ਖੁੱਲ੍ਹਾ ਰੱਖੀ, ਅਸੀਂ ਆਪੇ ਆਪਣਾ ਮੈਨੇਜ ਕਰ ਲਾਂਗੇ, ਤੂੰ ਘਬਰਾਈ ਨਾ। ਅਕਸ਼ੇ ਕੁਮਾਰ ਵਾਂਗੂ 9 ਵਜੇ ਸੌ ਜਾਂਦੇ, ਬੜੀ ਚਰਚਾ ਨਾ, 9 ਵਜੇ ਉਹ ਸੋ ਜਾਂਦੇ। ਤਾਂ ਪਹਿਲੇ ਵੀ ਮੈਨੂੰ ਨੀਂਦ ਆ ਜਾਂਦੀ ਹੈ, ਔਰ ਹਾਂ, ਔਰ ਜੇ ਮੈਨੂੰ ਲੇਟ ਜਾਗਣਾ ਤਾਂ ਆਈ ਮੇਕ ਇਟ ਸ਼ਿਓਰ ਕਿ ਮੈਂ ਦੁਪਹਿਰੀ ਅੱਛੀ ਨੀਂਦ ਲੈ ਲਾਂ, ਤਾਂ ਕਿ ਫਿਰ ਮੈਂ ਪ੍ਰੋਲੋਂਗ ਕਰ ਸਕਾਂ। ਤੁਸੀਂ ਸਾਇੰਸ ਦੇ ਅਧਿਆਪਕ ਹੋ, ਸੋਸ਼ਲ ਮੀਡੀਆ 'ਤੇ ਤੁਹਾਡੀਆਂ ਵੀਡੀਓਜ਼ ਹਰ ਕੋਈ ਪਸੰਦ ਕਰਦਾ ਹੈ, ਪਰ ਜਦੋਂ ਸਕੂਲ ਦੇ ਵਿੱਚ ਪੜ੍ਹਾਉਣ ਜਾਂਦੇ ਹੋ ਐਜ਼ ਏ ਅਧਿਆਪਕ, ਤਾਂ ਬੱਚੇ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਨੇ, ਉਹਨਾਂ ਦਾ ਨਜ਼ਰੀਆ ਕਿਵੇਂ ਹੁੰਦਾ ਹੈ, ਤੁਹਾਨੂੰ ਕਿਵੇਂ ਦੇਖਦੇ ਨੇ? ਮੇਰੇ ਬੱਚੇ ਮੈਨੂੰ ਬੜਾ ਪਿਆਰ ਕਰਦੇ ਆ, ਬਹੁਤ ਪਿਆਰ ਕਰਦੇ ਆ। ਵੈਸੇ ਮੈਂ ਚਾਹੁੰਦੀ ਤਾਂ ਨਹੀਂ ਹਾਂ, ਪਰ ਮੈਂ ਥੋੜ੍ਹੀ ਸਟ੍ਰਿਕਟ ਟੀਚਰ ਹਾਂ। ਹਾਂਜੀ ਹਾਂਜੀ, ਅਤੇ ਬੱਚੇ ਡਰਦੇ ਵੀ ਹੈ, ਅਤੇ ਡਰੇ ਡਰੇ ਕਹਿੰਦੇ ਮੈਮ ਤੁਹਾਡੀ ਉਹ ਵਾਲੀ ਵੀਡੀਓ ਅਸੀਂ ਵੇਖੀ ਜਿਹੜੀ ਦਲਜੀਤ ਦੋਸਾਂਝ ਨੇ। ਅੱਛਾ, ਆਪਸ 'ਚ ਨਾ ਹੈਗੀ ਹੈ ਟਿਊਨਿੰਗ ਹੈਗੀ, ਉਹ ਤਾਂ ਖੁੱਲ੍ਹ ਕੇ ਬੜੇ ਪਿਆਰ ਨਾਲ ਉਹ ਬੋਲਦੇ ਆ। ਜਿਹੜੇ ਸਟੱਡੀਜ਼ ਸਾਇੰਸ ਵਾਸਤੇ, ਲਾਈਕ ਮੈਨੂੰ ਇਹ ਲੱਗਦਾ ਕਿ ਭੈ ਵਿਨੂੰ ਹੋਏ ਨਾ ਪ੍ਰੀਤੀ, ਸਾਡੇ ਰਮਾਇਣ 'ਚ ਲਿਖਿਆ ਭੈ ਵਿਨੂੰ ਹੋਏ ਨਾ ਪ੍ਰੀਤੀ, ਲਾਈਕ ਤੁਸੀਂ ਬੱਚਿਆਂ ਨੂੰ ਪਿਆਰ ਕਰੋ। ਜੇ ਥੋੜ੍ਹਾ ਇੱਕ ਜਿਸਾ ਫਾਦਰ ਦਾ ਵੀ ਇੱਕ ਡਰ ਹੁੰਦਾ ਮੁੰਡੇ ਨੂੰ ਕਿ ਵੀ ਮੈਂ ਗਲਤ ਕੰਮ ਕਰਾਂਗਾ ਅਤੇ ਆ ਕੇ ਛਿੱਤਰ ਪੈਣਗੇ, ਠੀਕ ਹੈ? ਅਤੇ ਉਹ 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 ਥੋੜ੍ਹਾ ਇੱਕ ਹੋਣਾ ਚਾਹੀਦਾ, ਜਿਹਨੂੰ ਅੱਖ ਦੀ ਸ਼ਰਮ ਕੋ ਜਾਂ ਕੁਛ ਕੋ, ਉਹ ਰਹਿਣਾ ਚਾਹੀਦਾ ਜ਼ਿੰਦਗੀ 'ਚ, ਫਿਰ ਪਿਆਰ ਦਾ ਮਜ਼ਾ ਹੈ। ਇਸੇ ਤਰੀਕੇ ਨਾਲ ਮੇਰੇ ਬੱਚੇ ਮੇਰੇ ਨਾਲ ਡਰਦੇ ਆ, ਲੇਕਿਨ ਪਿਆਰ ਵੀ ਬਹੁਤ ਬਹੁਤ ਜ਼ਿਆਦਾ ਕਰਦੇ। ਕਹਿੰਦੇ ਹੋਣੇ ਕਿ ਤੁਹਾਡੀ ਜਿਹੜੀ ਦਲਜੀਤ ਦੋਸਾਂਝ ਨੇ ਵੀਡੀਓ ਸਾਂਝੀ ਕੀਤੀ, ਉਹ ਵੀ ਦੇਖ ਕੇ ਆਪਾਂ ਦੱਸਦੇ ਆ। ਅੱਛਾ, ਸਭ ਦੱਸਦੇ? ਅਰੇ ਮੈਨੂੰ ਨਹੀਂ ਪਤਾ ਚੱਲਦਾ, ਮੈਂ ਇੰਨਾ ਜ਼ਿਆਦਾ ਮੈਸੇਜਿਸ ਕਈ ਵਾਰੀ ਨਹੀਂ ਪੜ੍ਹਦੀ, ਅਤੇ ਉਹ ਮੇਰੇ ਬੱਚੇ ਮੈਨੂੰ ਦੱਸਦੇ, ਮੈਮ ਉੱਥੇ ਇਹ ਹੋਇਆ, ਮੈਮ ਤੁਹਾਡਾ ਇਹ ਪਈ, ਮੈਂ ਉਹਨਾਂ ਨੇ ਇੰਝ ਕੀਤਾ। ਫਿਰ ਮੈਂ ਕਿਹਾ ਅੱਛਾ ਓਕੇ, ਮੈਂ ਹੁਣ ਫਿਰ ਮੈਂ ਉੱਥੇ ਚੁੱਕ ਕੇ ਆਪਣੇ ਸਟੋਰੀ 'ਤੇ ਪਾਉਂਦੀ ਹਾਂ ਕਿ ਹਾਂ ਮੈਨੂੰ ਬੱਚੇ ਮੇਰੇ ਦੱਸਦੇ ਆ। ਅੱਛਾ, ਇਹ ਗੱਲ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਦਲਜੀਤ ਦੋਸਾਂਝ ਨੇ ਵੀਡੀਓ ਸਾਂਝੀ ਕਰ ਦਿੱਤੀ, ਜਾਂ ਕਰਨ ਔਜਲਾ ਨੇ ਸਾਂਝੀ ਕਰਤੀ, ਜਾਂ ਕਿਸੇ ਹੋਰ ਕਲਾਕਾਰ ਨੇ ਸਾਂਝੀ ਕਰਤੀ, ਬੱਚੇ ਦੱਸਦੇ ਨੇ ਤੁਹਾਨੂੰ ਚੱਲੇਗਾ? ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਬਹੁਤ ਹੋ, ਇਸ ਕਰਕੇ ਉਹ 5 ਜ਼ਿਆਦਾ ਐਕਟਿਵ ਹਾਂ ਦੇਖਣ 'ਚ। ਮੈਨੂੰ ਜਿੰਨਾ ਕੁ ਟਾਈਮ ਮਿਲਦਾ ਨਾ, ਉਹ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜੈਨੂਅਲੀ ਉਹਨਾਂ ਨੂੰ ਆਂਸਰ ਦੇ ਸਕਾਂ, ਜਿਹੜੇ ਮੈਨੂੰ ਮੇਰੇ ਫੋਲੋਅਰਸ ਮੈਨੂੰ ਕੋਈ ਕੁਐਸਚਨਸ ਪੁੱਛ ਰਹੇ ਹੈ। ਸਪੈਸ਼ਲੀ ਮੈਂ ਕਹਾਂਗੀ ਲੇਡੀਜ਼ ਮੇਰੀ ਜ਼ਿੰਦਗੀ ਨਾਲ ਬਹੁਤ ਕੋਰੋਲੇਟ ਕਰਦੀ ਹੈ, ਕਈ ਇੰਸਪਾਇਰ ਹੁੰਦੀਆਂ ਕਿ ਜਿਸ ਤਰ੍ਹਾਂ ਮੈਂ ਆਪਣੀ ਲਾਈਫ ਜੀਏ ਹੈ, ਅਤੇ ਉਹ ਮੈਨੂੰ ਉਹਦੇ ਨਾਲ ਰਿਲੇਟਡ ਜਦੋਂ ਕੁਐਸਚਨਸ ਪੁੱਛਦੀਆਂ ਅਤੇ ਉਹ ਮੈਂ ਸੀਰੀਅਸਲੀ ਆਂਸਰ ਦੇਣਾ ਚਾਹੁੰਦੀ ਹਾਂ। ਕਈ ਕੋਈ ਪ੍ਰੋਬਲਮਸ 'ਚ ਹੁੰਦੇ ਹੈ, ਕੋਈ ਡਿਪਰੈਸ਼ਨ 'ਚ ਹੁੰਦੇ ਹੈ, ਜਾਂ ਕੋਈ ਕਿਸੇ ਦੌਰ 'ਚੋਂ ਨਿਕਲ ਰਿਹਾ, ਅਤੇ ਉਸ ਤਰੀਕੇ ਨਾਲ ਮੈਨੂੰ ਲੇਡੀਜ਼ ਜੇ ਹੈਲਪ ਮੰਗਦੀਆਂ, ਅਤੇ ਦੈਨ ਆਈ ਸਰਟਨਲੀ ਆਈ ਫੀਲ ਲਾਈਕ ਕਿ ਵੀ ਮੈਨੂੰ ਉਹਨਾਂ ਨੂੰ ਆਂਸਰ ਕਰਨਾ ਜ਼ਰੂਰੀ ਹੈ। ਇੱਕ ਵਾਰੀ ਮੈਂ ਆਪਣੀ ਰੀਲ ਵੀ ਪਾਈ ਸੀ ਕਿ ਪਲੀਜ਼ ਮੈਨੂੰ ਸਿਰਫ ਹੈਲੋ ਹਾਏ ਵਾਸਤੇ ਜਾਂ ਸਿਰਫ ਗੱਲਾਂ ਚੈਟਿੰਗ ਵਾਸਤੇ ਪਲੀਜ਼ ਮੈਨੂੰ ਮੀਡੀਆ ਜਾਂ ਮੈਸੇਜਿਸ ਨਾ ਕਰਿਆ ਕਰੋ।
ਮੈਨੂੰ ਜਿਹੜੇ ਜ਼ਰੂਰਤਮੰਦ ਨੇ ਉਹ ਮੈਸੇਜ ਕਰਦੇ, ਮੈਂ ਉਹਨਾਂ ਦੇ ਚਾਰ ਮੈਸੇਜ ਪੜ੍ਹਨ ਵਾਸਤੇ ਮੈਨੂੰ 400 ਹੋਰ ਪੜ੍ਹਨੇ ਪੈਂਦੇ ਕਿ ਇਹ ਕੰਮ ਦਾ ਕਿ ਨਹੀਂ ਕੰਮ ਦਾ। ਉਹ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਪਰ ਕੋਈ ਸੁਣਦਾ ਨਹੀਂ, ਮੈਸੇਜ ਤੇ ਮੈਸੇਜ ਆਉਂਦੇ ਰਹਿੰਦੇ ਨੇ। ਤੁਹਾਡੇ ਨਾਲ ਮੈਂ ਬੈਠਾ, ਬੜੀਆਂ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ, ਬੜੀਆਂ ਪੋਜ਼ਿਟਿਵ ਗੱਲਾਂ ਹੋ ਰਹੀਆਂ ਨੇ। ਪਰ ਸੋਸ਼ਲ ਮੀਡੀਆ 'ਤੇ ਜਦੋਂ ਅਸੀਂ ਵੀਡੀਓ ਪਾਉਂਦੇ ਹਾਂ ਜਾਂ ਰੀਲਸ ਪਾਉਂਦੇ ਹਾਂ ਤਾਂ ਕਮੈਂਟ ਪੋਜ਼ਿਟਿਵ ਵੀ ਆਉਂਦੇ ਨੇ, ਨੈਗੇਟਿਵ ਵੀ ਆਉਂਦੇ ਨੇ। ਤਾਂ ਜਦੋਂ ਨੈਗੇਟਿਵ ਆਉਂਦੇ ਨੇ ਉਦੋਂ ਤੁਹਾਡਾ ਨਜ਼ਰੀਆ ਕਿਵੇਂ ਦਾ ਹੁੰਦਾ? ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ 'ਤੇ ਹਾਵੀ ਹੋਣ ਦਿੰਦੇ ਹੋ ਜਾਂ ਨਹੀਂ ਹੋਣ ਦਿੰਦੇ ਹੋ? ਫਿਰ ਉਸਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ? ਮੈਂ ਸੱਚੀ ਗੱਲ ਦੱਸਾਂ, ਜਦੋਂ ਸਟਾਰਟਿੰਗ 'ਚ ਪਾਈ ਤਾਂ ਸਾਰੇ ਆਪਣੇ ਸੀ, ਤਾਂ ਸਿਰਫ 300-400 ਆਪਣੇ ਫੋਲੋਅਰਸ, ਆਪਣੇ ਕਲੋਜ਼ ਵਨ, ਉਹਨਾਂ ਨੇ ਸਾਰਿਆਂ ਨੇ ਐਪਰੀਸ਼ੀਏਟ ਹੀ ਕਰਨਾ ਹੁੰਦਾ। ਅਤੇ ਅਚਾਨਕ ਕੋਈ ਇੱਕ ਚੀਜ਼ ਅੱਛੀ ਚੱਲੀ, ਕਿਸੇ ਨੇ ਅੱਗੇ ਨੂੰ ਦਿਖਾਈ, ਜਦੋਂ ਫਲੋ ਹੋਣਾ ਸ਼ੁਰੂ ਹੋਇਆ 2021 ਤੋਂ ਬਾਅਦ, ਜਦੋਂ ਵਧਣਾ ਸ਼ੁਰੂ ਹੋਇਆ, ਜਦੋਂ ਵਧਣਾ ਸ਼ੁਰੂ ਹੋਇਆ, ਅਨਨੋਨ ਲੋਕ ਆਉਣ ਲੱਗੇ, ਉਹ ਨੈਚੁਰਲੀ ਕ੍ਰਿਟੀਸਾਈਜ਼ ਸਭ ਤੋਂ ਪਹਿਲੇ ਤਾਂ ਇਹੀ ਹੁੰਦਾ ਕਿ ਵੀ ਬੀਬਾ ਤੇਰੇ ਦਾਦੀ ਹੱਡੀ ਨਾਲ ਟੁੱਟ ਜਾਏ, ਹੈ ਉਮਰ ਦੇਖੋ ਜਾਂ ਬੂੜੀ ਘੋੜੀ ਲਾਲ ਲਗਾਮ, ਪਤਾ ਨਹੀਂ ਇਸ ਤਰ੍ਹਾਂ। ਮੋਸਟਲੀ ਮੇਰੇ ਇਹ ਵਾਲੇ ਕਮੈਂਟਸ ਜ਼ਿਆਦਾ ਹੁੰਦੇ ਸੀ, ਅਤੇ ਸਟਾਰਟਿੰਗ 'ਚ ਮੈਨੂੰ ਬਹੁਤ ਐਫੈਂਸਿਵ ਲੱਗਦਾ ਸੀ। ਮੇਰਾ ਇੱਕ ਦੋ ਵਾਰੀ ਬੜਾ ਹਰਟ ਹੋਇਆ ਮੈਨੂੰ, ਹਾਈ ਇਸ ਤਰ੍ਹਾਂ ਕਿਸ ਤਰ੍ਹਾਂ ਕਹਿਤਾ ਇਹ। ਫਿਰ ਮੈਂ ਇੱਕ ਨਾ ਰਿਨਾਊਂਡ ਕਿਸੇ ਦਾ ਮੈਂ ਮੀਡੀਆ ਦੇਖਿਆ ਕਿ ਉਹ ਕੀ ਹੈਂਡਲ ਕਰਦੇ ਆ। ਉੱਥੇ ਮੈਂ ਦੇਖਿਆ ਕਿ ਇੰਨਾ ਅੱਛਾ ਬੰਦਾ ਇੰਨੀ ਅੱਛੀ ਚੀਜ਼ਾਂ ਬੋਲ ਰਿਹਾ ਔਰ ਥੱਲੇ ਬੇਤਹਾਸ਼ਾ ਬਕਵਾਸ ਚੱਲ ਰਹੀ ਹੈ। ਐਪਰੀਸ਼ੀਏਟ ਵੀ ਹੋ ਰਿਹਾ, ਉਹ ਵੀ ਬਹੁਤ ਹੈਗੇ ਆ, ਅਤੇ ਉਸ ਹਿਸਾਬ ਨਾਲ ਮੈਂ ਲਗਾਇਆ ਦੁਨੀਆ 'ਤੇ ਕਹੇਗੀ, ਕਿਆ ਕਹੇਂਗੇ ਲੋਕ ਸਭਸੇ ਬੜਾ ਰੋਗ। ਠੀਕ ਕਹਿੰਦੇ ਤਾਂ ਹੁੰਦੇ, ਕਿਸੇ ਦਾ ਮੂੰਹ ਨਹੀਂ ਫੜ ਸਕਦੇ ਆਪਾਂ, ਕਹਿਣਾ ਹੀ ਹੈ ਉਹਨਾਂ ਨੇ। ਔਰ ਜੇ ਮੈਂ ਹੁਣ ਇੱਧਰ ਦੇ ਪਾਸੇ ਆ ਜਾਂ, ਯਾਨੀ ਕਿ ਕੋਈ ਹੋਰ ਕਰ ਰਿਹਾ, ਅਤੇ ਜੇ ਅਸੀਂ ਬੈਠੇ ਦੇ ਹਾਂ ਔਰ ਅਸੀਂ ਸਾਰੇ ਫਰੈਂਡਸ ਬੈਠੇ ਦੇ ਹਾਂ, ਅਸੀਂ ਵੀ ਬਕਵਾਸ ਕਰ ਹੀ ਦਿੰਦੇ ਹਾਂ। ਤੁਸੀਂ ਇੱਧਰ ਆ ਕੇ ਦੇਖੋ ਨਾ, ਅਤੇ ਤੁਸੀਂ ਵੀ ਕਿਹੜੇ ਘੱਟ ਹੋ, ਅਤੇ ਫਿਰ ਤੁਸੀਂ ਉਹ ਚੀਜ਼ ਸਮਝੋਗੇ ਨਾ। ਅਤੇ ਬਸ ਫਿਰ ਉਸ ਤੋਂ ਬਾਅਦ ਮੇਰੀ ਕਹਾਣੀ ਖਤਮ ਹੋਣ। ਮੈਂ ਕਿਹਾ ਜੋ ਮਰਜ਼ੀ ਆਈ ਜਾਓ, ਕਹੀ ਜਾਓ, ਤੁਹਾਡਾ ਹੱਕ ਹੈ। ਨੈਚੁਰਲੀ ਜਦੋਂ ਤੁਸੀਂ ਮੀਡੀਆ 'ਤੇ ਆ ਗਏ ਹੋ, ਯੂ ਆਰ ਦੇਅਰ ਸਮ ਵੇ ਪ੍ਰੋਪਰਟੀ ਆਲਸੋ, ਅਤੇ ਉਹ ਤੁਹਾਨੂੰ ਕੁਛ ਵੀ ਕਹਿ ਸਕਦੇ ਹੈ, ਅਤੇ ਤੁਹਾਨੂੰ ਅਕਸੈਪਟ ਕਰਨਾ ਚਾਹੀਦਾ। ਹਾਂ, ਬਹੁਤ ਕੋਈ ਜ਼ਿਆਦਾ ਮਤਲਬ ਕਿ ਗਲਤ ਹੋ ਜਾਏ ਜਾਂ ਵਲਗਰ ਹੋ ਜਾਏ, ਦੈਨ ਆਈ ਬਲੌਕ। ਤੁਸੀਂ ਬਲੌਕ ਕਰ ਦਿੰਦੇ ਹੋ? ਨਹੀਂ, ਵੈਰੀ ਰੇਅਰ। ਉਹ ਮੈਨੂੰ ਲੱਗਦਾ ਕਿ ਸ਼ਾਇਦ 3-4 ਮਹੀਨਿਆਂ 'ਚ ਕੋਈ ਇੱਕ ਅੱਧਾ ਬੰਦਾ ਹੁੰਦਾ ਇਸ ਤਰ੍ਹਾਂ ਦਾ, ਅਦਰਵਾਈਜ਼ ਇੰਨੀ ਸੈਂਸ ਹੈਗੀ ਹੈ, ਚਿੱਟੇ ਵਾਲਾਂ ਦਾ ਲਿਹਾਜ਼ ਰੱਖਦੇ ਆ ਸਾਰੇ। ਮੈਂ ਸੋਚਦੀ ਹਾਂ ਬੱਚੀਆਂ ਦਾ ਕੀ ਕਰਦੇ ਹੋਣਗੇ, ਜਿਹੜੀ ਛੋਟੀ ਬੱਚੀਆਂ ਹੁੰਦੀਆਂ ਉਹਨਾਂ ਦਾ ਕੀ ਕਰਦੇ ਹੋਣਗੇ। ਦੈਟ ਕਈ ਵਾਰੀ ਮੈਨੂੰ ਪਰੇਸ਼ਾਨੀ ਆਉਂਦੀ ਹੈ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਨਾ ਧਿਆਨ ਰੱਖ ਲੈਣਾ ਚਾਹੀਦਾ, ਅਦਰਵਾਈਜ਼। ਪਰ ਰੋਕ ਨਹੀਂ ਸਕਦੇ ਤੁਸੀਂ, ਅਤੇ ਹੁਣ ਮੈਨੂੰ ਮਤਲਬ ਕਿ ਉਹ ਸਟਾਰਟਿੰਗ 'ਚ ਸੀ, ਸਟਾਰਟਿੰਗ 'ਚ ਉਹ ਚੀਜ਼ ਨੂੰ ਜਦੋਂ ਓਵਰਕਮ ਕਰ ਲਿਆ, ਫਿਰ ਮੈਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਹੈ, ਉਹਨਾਂ ਦਾ ਕੰਮ ਹੈ, ਜਿਹੜੀ ਚੀਜ਼ ਨਹੀਂ ਪਸੰਦ ਡਿਲੀਟ ਮਾਰ ਦਿਓ, ਤੁਹਾਡੇ ਹੱਥ ਹੈ ਡਿਲੀਟ ਮਾਰਨਾ, ਸਵਾਈਪ ਕਰਨਾ। ਤੁਸੀਂ ਫਿਰ ਸੋਚਿਆ ਇੱਕ ਟਾਈਮ 'ਤੇ ਕਿ ਮੈਨੂੰ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ ਨੇ, ਨਹੀਂ ਬਣਾਉਣੀ ਚਾਹੀਦੀ ਵੀਡੀਓਜ਼? ਮੈਂ ਤਾਂ ਉੱਥੇ ਬੱਚਿਆਂ ਨੂੰ ਸਮਝਾਉਣ ਲੱਗ ਜਾਂਦੀ ਸੀ, ਜਿਹੜਾ ਮੇਰੇ ਟੀਚਰ ਪੰਥੀ ਅੰਦਰ ਦੀ ਉਹ ਮੈਂ ਉੱਥੇ ਹੀ ਝਾੜਨ ਲੱਗ ਜਾਂਦੀ ਸੀ। ਹਾਂ ਹਾਂ, ਕਿ ਵੀ ਬੇਟਾ ਤੇਰੀ ਮੰਮੀ ਨੇ ਤੈਨੂੰ ਇੰਨਾ ਸਿਖਾਇਆ, ਜੇ ਤੈਨੂੰ ਤੇਰੀ ਮੰਮੀ ਸਾਹਮਣੇ ਕਦੀ ਡਾਂਸ ਨਹੀਂ ਕੀਤਾ, ਭੰਗੜਾ ਪਾਇਆ ਨਹੀਂ ਉਹਨਾਂ ਨੇ ਕਿਤੇ ਵਿਆਹ 'ਚ, ਤਾਂ ਫਿਰ ਤੂੰ ਕੀ ਕਹਿੰਦਾ? ਬਹਿ ਜਾਓ ਆਰਾਮ ਨਾਲ, ਹੈਂ ਤੁਹਾਡੇ ਹੱਡ ਗੋਡੇ ਟੁੱਟ ਜਾਣਗੇ, ਤੈਨੂੰ ਸ਼ਰਮ ਆਉਣੀ ਚਾਹੀਦੀ, ਤੈਨੂੰ ਨਾਲ ਸਪੋਰਟ ਕਰਨਾ ਚਾਹੀਦਾ। ਤਾਂ ਮਤਲਬ ਕਿ ਮੇਰਾ ਉਹ ਟੀਚਰ ਜਿਹੜਾ ਉੱਥੇ ਵੀ ਜਾਗ ਜਾਂਦਾ। ਤੁਸੀਂ ਚਿੱਟੇ ਵਾਲਾਂ ਦਾ ਜ਼ਿਕਰ ਕੀਤਾ ਹੈ, ਅਤੇ ਵਾਲ ਕਾਲੇ ਕਿਉਂ ਨਹੀਂ ਕਰਦੇ ਤੁਸੀਂ?
ਵੈਸੇ ਇਸ ਤਰ੍ਹਾਂ ਨਹੀਂ ਹੈ, ਮੈਂ ਮੇਰੇ ਬੜੀ ਛੇਤੀ ਹੋ ਗਏ ਸੀ ਐਕਚੁਲੀ, ਥੋੜ੍ਹੀ ਲਾਈਫ 'ਚ ਇਸ ਤਰ੍ਹਾਂ ਦਾ ਕੋਈ ਮੇਰਾ ਇੰਸੀਡੈਂਟ ਹੋਇਆ ਸੀ, ਹਾਂ ਉਹਦੇ ਕਰਕੇ ਫਿਰ ਦਿਲ ਨੂੰ ਜਦੋਂ ਤੁਸੀਂ ਪਰੇਸ਼ਾਨ ਰਹਿੰਦੇ ਹੋ, ਟੈਨਸ਼ਨ 'ਚ ਆਉਂਦੇ ਹੋ ਅਤੇ ਆਪਣੇ ਆਪ ਹੀ ਮੇਰੇ ਖਿਆਲ ਨਾਲ ਜ਼ਿਆਦਾ ਸੋਚਦੇ ਹੋ ਅਤੇ ਫਿਰ ਇਹ ਤਾਂ ਵੀ ਆਉਂਦੇ ਹੈ, ਅਤੇ ਉਹ ਉਸ ਵਜ੍ਹਾ ਨਾਲ ਮੇਰੇ ਮਤਲਬ ਕਿ ਬੰਦਾ ਟੈਨਸ਼ਨ ਲਏ, ਜ਼ਿਆਦਾ ਪਰੇਸ਼ਾਨ ਰਹੇ ਅਤੇ ਫਿਰ ਉਹ ਛੇਤੀ ਸ਼ੁਰੂ ਹੋ ਗਏ ਸੀ ਮੇਰੇ ਲਾਈਫ 'ਚ। ਉਸ ਤੋਂ ਇਲਾਵਾ ਵੀ ਮੇਰੀ ਆਪਣੀ ਫੈਮਲੀ ਜਿਹੜੀ ਜੈਨੇਟਿਕਸ ਹੈ, ਹਿਸਟਰੀ ਹੈ ਜਿਹੜੀ ਮੇਰੀ ਆਪਣੀ ਫੈਮਲੀ ਦੇ ਵੱਡੇ ਹੈ, ਉਹਨਾਂ ਦੇ ਬੜੇ ਛੇਤੀ ਸਾਰਿਆਂ ਦੇ ਚਿੱਟੇ ਹੋ ਗਏ ਦੇ। ਅਤੇ ਤੀਸਰਾ ਤੁਸੀਂ ਕਹਿ ਲਓ ਕਿ ਮੈਂ ਸਾਇੰਸ ਦੀ ਹਾਂ, ਸਾਇੰਸ ਟੀਚਰ ਪਹਿਲੇ ਵੀ ਬੜਾ ਪੜ੍ਹੇ, ਬਾਅਦ 'ਚੋਂ ਵੀ ਪੜ੍ਹਾਉਣਾ ਹੈ, ਪੜ੍ਹਾਉਣਾ ਪੜ੍ਹਾਉਣਾ ਪੜ੍ਹਾਉਣਾ, ਫਿਰ ਮੈਂ ਟਿਊਸ਼ਨਸ ਵੀ ਬਹੁਤ ਕੀਤੀਆਂ ਅਤੇ ਉਹ ਜਦੋਂ ਤੁਸੀਂ ਜ਼ਿਆਦਾ ਦਿਮਾਗ ਇਸਤੇਮਾਲ ਕਰੋਗੇ ਫਿਰ ਉਹਦੇ ਬਦੌਲਤ ਕਰਾਊਨ ਮਿਲ ਜਾਏਗਾ, ਆਈ ਐਮ ਪ੍ਰਾਊਡ ਆਫ ਇਟ। ਅਤੇ ਸ਼ੁਰੂ 'ਚ ਮੈਂ ਕਾਲੇ ਕਿਤੇ ਮੈਂ ਮਤਲਬ ਕਿ ਕਈ ਵਾਰੀ ਕਈ ਸਾਲ ਤੱਕ ਕਰਦੀ ਰਹੀ, ਕਾਲੇ ਨਹੀਂ ਐਸਾ ਤੁਸੀਂ ਕਹਿਣਾ ਚਾਹੀਦਾ, ਮੈਂ ਜ਼ਿਆਦਾ ਮਹਿੰਦੀ ਯੂਜ਼ ਕਰਦੀ ਸੀ ਅਤੇ ਕੋਈ ਮੈਰਿਜ ਫੰਕਸ਼ਨ ਆ ਗਿਆ ਤਾਂ ਮੈਂ ਜ਼ਰੂਰ ਕਲਰ ਕਰ ਲੈਂਦੀ ਸੀ, ਅਦਰਵਾਈਜ਼ ਮੈਂ ਹੀਨਾ ਯੂਜ਼ ਕਰਦੀ ਸੀ। ਅਤੇ ਪਰ ਉਹ ਪ੍ਰੋਬਲਮ ਕੀ ਹੈ ਨਾ ਕਿ ਤੁਸੀਂ ਉਹ ਉੱਪਰ ਲਗਾਉਂਦੇ ਹੋ, ਥੱਲੋਂ ਫਿਰ ਨਿਕਲਾਉਂਦੇ ਹੋ, ਅਤੇ ਮੈਂ ਇਰੀਟੇਟ ਹੁੰਦੀ ਸੀ ਬਾਰ ਬਾਰ ਕਰਨ ਵਾਸਤੇ ਨਹੀਂ, ਇੱਕ ਵਾਰੀ ਕਰ ਲਓ 6 ਮਹੀਨੇ ਚੱਲਣੇ ਚਾਹੀਦੇ ਫਿਰ ਠੀਕ ਹੈ, ਪਰ ਇਸ ਤਰ੍ਹਾਂ ਨਾ ਚੱਲਦੇ 6 ਮਹੀਨੇ, ਉਹ ਹਰ 6 ਦਿਨ ਬਾਅਦ ਥੱਲੋਂ ਨਿਕਲ ਆਉਂਦੇ ਅਤੇ ਬਸ ਫਿਰ ਮੈਂ ਕਿਹਾ ਹੁਣ ਮੈਂ ਨਹੀਂ ਕਰਨੇ, ਜੋ ਕੁਛ ਹੈਗਾ ਨੈਚੁਰਲ ਹੈ ਅਤੇ ਆਈ ਹੈਵ ਟੂ ਅਸੈਪਟ ਇਟ ਕਿ ਆਈ ਐਮ ਗੈਟਿੰਗ ਲਾਈਕ ਮੈਚੋਰ, ਇਟਸ ਓਕੇ। ਤੁਹਾਡੀਆਂ ਵੀਡੀਓਜ਼ ਦੇਖ ਕੇ ਤੁਹਾਡੇ ਪੜੋਸੀ ਕੀ ਕਹਿੰਦੇ ਨੇ, ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਨੇ, ਪਰਿਵਾਰ ਕੀ ਸੋਚਦਾ ਹੈ ਤੁਹਾਡੇ ਬਾਰੇ? ਮੇਰੀ ਇਹ ਦੋਨੋਂ ਫਰੈਂਡਸ ਹੈ, ਮੇਰੇ ਸਾਹਮਣੇ ਫਰੈਂਡਸ ਹੈ, ਲਾਈਕ ਦੇ ਆਲ ਆਰ ਵੈਰੀ ਪ੍ਰਾਊਡ ਆਫ ਮੀ, ਮੇਰੇ ਉੱਤੇ ਬਹੁਤ ਪਿਆਰ ਕਰਦੀਆਂ ਬਹੁਤ ਜ਼ਿਆਦਾ, ਲਾਈਕ ਹਾਂ ਮੇਰੀ ਫੈਮਿਲੀ ਵੀ ਇਸ ਤਰ੍ਹਾਂ ਹੀ ਹੈ ਔਰ ਮੇਰੀ ਬੇਟੀਆਂ ਆਰ ਦਾ ਬਿਗੈਸਟ ਸਪੋਰਟਰਸ, ਮੇਰੀ ਦੋਨੋਂ ਬੇਟੀਆਂ ਵੱਡੀ ਵੀ ਔਰ ਛੋਟੀ ਵੀ ਦੋਨੋਂ ਮਤਲਬ ਕਿ ਇੱਕ ਤੋਂ ਬਾਅਦ ਇੱਕ ਮੇਰੀਆਂ ਦੋਨੋਂ ਸਪੋਰਟਰਸ ਨੇ, ਜਿਹੜੀ ਚੀਜ਼ ਨੂੰ ਮੈਨੂੰ ਥੋੜ੍ਹਾ ਜਿਹਾ ਡਾਊਟ ਆਉਂਦਾ ਹੈ ਅਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ, ਉਹ ਮੇਰੇ ਤੋਂ 4 ਕਦਮ ਔਰ, ਲਾਈਕ ਮੈਂ ਆਪਣੇ ਬਰਥਡੇ 'ਤੇ ਆਪਣੀ ਸ਼ਾਰਟਸ ਪਾ ਕੇ ਰੀਲ ਪਾਈ ਸੀ ਅਤੇ ਮੈਂ ਪੁੱਛਾਂ ਬੇਟੀ ਕੌਣ ਸੀ ਡਰੈਸ, ਮਮਾ ਯੂ ਲੁੱਕ ਫੈਬੁਲਸ ਇਨ ਸ਼ਾਰਟ ਡਰੈਸਿਸ, ਚੱਲ ਜੀ ਮਤਲਬ ਕਿ ਉਹਦੇ ਬਾਏ ਫੋਰ ਮੀ ਕਿ ਯੂਰਪ ਘੁੰਮਣਾ, ਮਮਾ ਗਰਮੀਆਂ 'ਚ ਆਏ ਦਿਓ, ਫੀਲ ਫਰੀ ਵਟ ਐਵਰ ਯੂ ਫੀਲ ਲਾਈਕ, ਜਿਹੜੀ ਦਿਲ ਦੀਆਂ ਇੱਛਾਵਾਂ ਪੂਰੀਆਂ ਕਰ ਲਓ, ਕੋਈ ਗੱਲ ਨਹੀਂ। ਹੁਣ ਨਾ ਇੱਥੇ ਲੋਕਾਂ ਦਾ ਕੰਸੈਪਟ ਥੋੜ੍ਹਾ ਜਿਹਾ ਦੂਜਾ, ਉਹ ਕਹਿੰਦੇ ਕਿ ਤੁਸੀਂ ਸ਼ੋਟ ਪਾ ਰਹੇ ਹੋ, ਤੁਸੀਂ ਇਹ ਕਰ ਰਹੇ ਹੋ, ਕਿਸੇ ਨੂੰ ਦਿਖਾਉਣ ਵਾਸਤੇ ਪਾ ਰਹੇ ਹੋ। ਇੱਕ ਮੈਂ ਮੁੰਡਿਆਂ ਨੂੰ ਇਹ ਨਾ ਗੱਲ ਸਮਝਾਉਣਾ ਚਾਹੁੰਦੀ ਹਾਂ, ਬੇਟਾ ਇਹ ਸਾਰਾ ਟਾਈਮ ਇਹ ਸੱਚ ਨਹੀਂ, ਹੋ ਸਕਦਾ ਵੀ ਹੋਏ ਪਰ ਸਾਰਾ ਟਾਈਮ ਇਹ ਸੱਚ ਨਹੀਂ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿਸੇ ਦਾ ਸਿਰਫ ਇੱਕ ਦਿਲ ਹੁੰਦਾ, ਦਿਲ ਕਰਕੇ ਉਹ ਪਾ ਕੇ ਉਹ ਖੁਸ਼ ਹੁੰਦਾ। ਤੁਸੀਂ ਇੱਕ ਵਿਲੇਜ ਦੀ ਲੜਕੀ ਲੈ ਲਓ, ਉਹਨੂੰ ਸੂਟ ਹੀ ਪਾਉਣਾ ਹਮੇਸ਼ਾ, ਚੁੰਨੀ ਲੈਣੀ ਹੈ, ਉਹਨੂੰ ਤੁਸੀਂ ਕਹਿ ਦਿਓ ਉਹਦੇ ਜੀਨ ਬੰਦ ਕਮਰੇ 'ਚ ਕਰਕੇ ਆਪਣੀ ਜੀਨ ਪਾਉਂਦੀ ਹੈ, ਟੀ ਸ਼ਰਟ ਬਾਹਾਂ ਦੇ ਨਾਲ ਪਾਉਂਦੀ ਹੈ, ਉਹਦੇ 'ਚ ਹੀ ਬੜੀ ਖੁਸ਼ ਹੋ ਜਾਂਦੀ ਹੈ, ਤੁਸੀਂ ਉਹਨੂੰ ਕੀ ਕਹੋਗੇ, ਦਿਖਾਉਣ ਵਾਸਤੇ ਕਰ ਰਹੀ ਹੈ? ਨਹੀਂ, ਕੋਈ ਵੀ ਡਰੈਸ ਹੁੰਦੀ ਹੈ ਇੱਕ ਇੱਛਾ ਵੀ ਹੁੰਦੀ ਹੈ ਕਿ ਜਿਹਨੂੰ ਕਹਿੰਦੇ ਉਹ ਪਾ ਕੇ ਬੰਦਾ ਖੁਸ਼ ਹੋ ਗਿਆ, ਨੋਟ ਫੋਰ ਐਨੀਬਡੀ ਐਲਸ, ਖੁਦ ਆਪਣੇ ਵਾਸਤੇ, ਇੱਕ ਇਹ ਵੀ ਚੀਜ਼ ਹੁੰਦੀ ਹੈ, ਠੀਕ ਹੈ? ਇਸ ਕਰਕੇ ਕਿਸੇ ਨੇ ਕੀ ਪਾਇਆ ਹਮੇਸ਼ਾ ਉਹਦੇ ਉੱਤੇ ਤੁਸੀਂ ਕਮੈਂਟ ਖਰਾਬ ਨਾ ਕਰੋ, ਵਲਗਰ ਨਾ ਕਰੋ। ਲੋਕ ਛੇਤੀ ਜੱਜ ਕਰ ਲੈਂਦੇ ਨੇ, ਬਹੁਤ ਸਮਾਜ ਦੇ ਵਿੱਚ ਲੋਕਾਂ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ, ਜਿਵੇਂ ਤੁਸੀਂ ਸ਼ੋਰਟ ਡਰੈਸ ਦੀ ਗੱਲ ਕਰ ਰਹੇ ਹੋ, ਯੰਗਸਟਰਸ ਹੈ ਉਹਨਾਂ ਨੂੰ ਤਾਂ ਘੱਟ ਤੋਂ ਘੱਟ ਬਹੁਤ ਪ੍ਰੋਗਰੈਸਿਵ ਹੋਣਾ ਚਾਹੀਦਾ, ਉਹਨਾਂ ਨੂੰ ਬਹੁਤ ਜ਼ਿਆਦਾ ਓਪਨ ਮਾਈਂਡਿਡ ਹੋਣਾ ਚਾਹੀਦਾ, ਜੇ ਉਹ ਹੋਣਗੇ ਅੱਗੇ ਉਹ ਆਪਣੇ ਮਾਂ ਪਿਓ ਨੂੰ ਵੀ ਸਮਝਾ ਸਕਣਗੇ ਔਰ ਜਨਰੇਸ਼ਨਸ ਇੰਪਰੂਵ ਹੋਣਗੀਆਂ। ਮੈਨੂੰ ਤਾਂ ਕਈ ਵਾਰੀ ਹੈਰਾਨੀ ਆਉਂਦੀ ਹੈ ਜਦੋਂ ਇੱਕ ਛੋਟਾ ਜਿਹਾ
ਮੁੰਡਾ ਆ ਕੇ ਮਤਲਬ ਕਿ ਇਸਾਂ ਦੀ ਕੋਈ ਪਤਾ ਨਹੀਂ ਗਾਉਂ 'ਚ ਰਹਿੰਦਾ ਹੋਏਗਾ ਜਾਂ ਪਿੰਡ 'ਚ ਰਹਿੰਦਾ ਹੋਏਗਾ ਜਾਂ ਉਹਦੇ ਮਾਹੌਲ ਹੀ ਇਸਾਂ ਦਾ ਹੋਏਗਾ ਉਹ ਅਤੇ ਮੇਰੀ ਤਾਂ ਮੰਮੀ ਕਦੀ ਨਹੀਂ ਕਰਦੀ ਮੇਰੀ ਤਾਂ ਮੰਮੀ ਇਸਾਂ ਨਹੀਂ ਮਤਲਬ ਕਿ ਤੁਸੀਂ ਫਿਰ ਆਪਣੀ ਮੰਮੀ ਨੂੰ ਜਕੜ ਕੇ ਰੱਖਦੇ ਹੋ ਦੈਟ ਮੀਨਸ ਮੁੰਡੇ ਖਾਸ ਕਰ ਮਤਲਬ ਕਿ ਮੇਰੀ ਬੇਟੀਆਂ ਮੈਂ ਲੱਕੀ ਹਾਂ ਉਹ ਨਹੀਂ ਰੁਕਦੀਆਂ ਸ਼ਾਇਦ ਮੇਰਾ ਬੇਟਾ ਹੁੰਦਾ ਸ਼ਾਇਦ ਉਹ ਵੀ ਕਹਿੰਦਾ ਇਹ ਕੀ ਪਾਇਆ ਉਹ ਕੀ ਪਾਇਆ ਨਾਲ ਚੱਲਣਾ ਇੰਜ ਕਰੋ ਸੋ ਬੈਡ ਤੁਸੀਂ ਬੇਟੇ ਕਾਹਦੇ ਹੋ ਤੁਸੀਂ ਬੋਡੀਗਾਰਡ ਕਰ ਰਹੇ ਹੋ ਤੁਸੀਂ ਤਾਕਤਵਰ ਕਰ ਰਹੇ ਹੋ ਜੇ ਤੁਸੀਂ ਨਾਲ ਚੱਲਦੇ ਸ਼ਰਮ ਮਹਿਸੂਸ ਕਰਦੇ ਹੋ ਲਾਨਤ ਹੈ ਮੈਂ ਆਪਣੀ ਬੇਟੀਆਂ ਨੂੰ ਕਹਿੰਦੀ ਹੁੰਦੀ ਸੀ ਪੁੱਤਰ ਜੋ ਪਾਣਾ ਪਾਓ ਤੁਹਾਡੇ ਪਿੱਛੇ ਬੋਡੀਗਾਰਡ ਚੱਲ ਰਿਹਾ ਐਂਡ ਆਈ ਯੂਜ਼ ਟੂ ਗੋ ਜੇ ਕੋਈ ਲੁੱਕਦਾ ਨਾ ਮਤਲਬ ਕਿ ਇਸ ਦੇਖ ਰਿਹਾ ਤਾਂ ਮੈਂ ਉਹਨੂੰ ਇੰਜ ਘੂਰੀ ਮਾਰਦੀ ਸੀ ਕਿ ਵੀ ਉੱਧਰ ਦੇਖ ਠੀਕ ਹੈ ਨਾ ਸੋ ਆਈ ਯੂਜ਼ ਟੂ ਬੀ ਲਾਈਕ ਅ ਬੋਡੀਗਾਰਡ ਫੋਰ ਮਾਈ ਡੋਟਰਸ ਅਤੇ ਬੇਟੇ ਨਹੀਂ ਬਣ ਸਕਦੇ ਆਪਣੀ ਮਾਵਾਂ ਵਾਸਤੇ ਆਪਣੀ ਭੈਣਾਂ ਵਾਸਤੇ ਲੇਕਿਨ ਤੁਸੀਂ ਉਹਨਾਂ ਨੂੰ ਰੋਕ ਕੇ ਘਰ 'ਚ ਬਿਠਾਉਣਾ ਸ਼ੁਰੂ ਕਰ ਦਿੰਦੇ ਹੋ ਕਿ ਨਹੀਂ ਜਾਣਾ ਮੈਂ ਨਾਲ ਜਾਵਾਂਗਾ ਕਿਉਂ ਉਹਨੂੰ ਟ੍ਰੇਨ ਕਰੋ ਉਹ ਇਕੱਲੇ ਫਲਾਈਟ ਫੜ ਸਕੇ ਬਾਹਰ ਜਾ ਸਕੇ ਸੈਟਲ ਹੋ ਸਕੇ ਇੰਨੇ ਕਾਬਿਲ ਬਣਾਓ ਤੁਸੀਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਘੂਰੀ ਵੱਟੇ ਜੇਕਰ ਤੁਹਾਨੂੰ ਕੋਈ ਗਲਤ ਨਿਗਾਹ ਦੇ ਨਾਲ ਦੇਖਦਾ ਪਰ ਮੈਂ ਬਹੁਤ ਸਾਰੀਆਂ ਕੁੜੀਆਂ ਦੇਖੀਆਂ ਨੇ ਉਹ ਨਾ ਸਹਿਮ ਜਾਂਦੀਆਂ ਡਰ ਜਾਂਦੀਆਂ ਕਿ ਜੇ ਕੋਈ ਉਹਨਾਂ ਦੇ ਪਿੱਛੇ ਪਿੱਛੇ ਆ ਰਿਹਾ ਕਿਉਂ ਘਰ ਤੋਂ ਸ਼ੁਰੂ ਹੁੰਦਾ ਪਹਿਲੇ ਫਾਦਰ ਦਬਾਉਂਦੇ ਆ ਫਿਰ ਬ੍ਰਦਰ ਦਬਾਉਂਦਾ ਠੀਕ ਹੈ ਘਰ ਦੇ ਬਜ਼ੁਰਗ ਸਾਰੇ ਕੁੜੀ ਹੈ ਕੁੜੀ ਹੈ ਕੁੜੀ ਹੈ ਵੋਟ ਇਜ਼ ਕੁੜੀ ਦੋਨੋਂ ਮੁੰਡਾ ਕੁੜੀ ਦੋਨੋਂ ਬਰਾਬਰ ਹੈ ਬੇਟਾ ਉਹਨਾਂ ਨੂੰ ਤੁਸੀਂ ਪਰਵਰਿਸ਼ ਇਸਾਂ ਦੀ ਦਿਓ ਸਟਰੋਂਗ ਬਣਾ ਦਿਓ ਮੈਂ ਆਪਣੀ ਬੇਟੀ ਨੂੰ ਲਾਈਕ ਆਈ ਐਮ ਅ ਸਿੰਗਲ ਮਦਰ ਮੇਰੇ ਹਸਬੈਂਡ ਦੀ ਡੈਥ ਬਲੱਡ ਕੈਂਸਰ ਤੋਂ 22 ਸਾਲ ਪਹਿਲੇ ਹੋ ਗਈ ਸੀ ਅਤੇ ਤਾਂ ਮੈਂ ਹਾਊਸ ਵਾਈਫ ਸੀ ਛੋਟੀ ਬੇਟੀ 4 ਸਾਲ ਵੱਡੀ ਬੇਟੀ 10 ਸਾਲ ਅਤੇ ਫਿਰ ਮੈਨੂੰ ਮਤਲਬ ਕਿ ਔਰ ਉਹਨਾਂ ਦੀ ਪ੍ਰਾਈਵੇਟ ਜੋਬ ਸੀ ਅਤੇ ਪੈਨਸ਼ਨ ਵੀ ਨਹੀਂ ਸੀ ਤਾਂ ਆਈ ਹੈਵ ਟੂ ਸਟਾਰਟ ਐਵਰੀਥਿੰਗ ਮਾਈ ਸੈਲਫ ਅਤੇ ਮੈਂ ਟਿਊਸ਼ਨਸ ਤੋਂ ਸ਼ੁਰੂ ਕੀਤਾ ਸੀ ਫਿਰ ਟਿਊਸ਼ਨਸ ਤੋਂ ਬਾਅਦ ਪ੍ਰਾਈਵੇਟ ਸਕੂਲ ਫਿਰ ਕੰਟਰੈਕਚੁਅਲ ਫਿਰ ਮੇਰਾ ਗਵਰਨਮੈਂਟ ਜੋਬ ਮੈਂ ਲਿੱਤੀ ਲਾਈਕ ਆਫਟਰ ਮਾਈ ਹਸਬੈਂਡ ਅਤੇ 5ਵੀਂ 'ਚ ਹੋਏਗੀ ਮੇਰੀ ਬੇਟੀ ਅਤੇ ਮੈਂ ਉਹਨੂੰ ਸਾਈਕਲ 'ਤੇ ਭੇਜਦੀ ਸੀ ਐ ਲੈ 10 ਰੁਪਏ ਲਾਈਕ ਸਕੇਲ ਚਾਹੀਦਾ ਪੈਨਸਲ ਚਾਹੀਦਾ ਆਪਣੇ ਆਪ ਜਾ ਸਾਈਕਲ 'ਤੇ ਆਪਣੀ ਸ਼ੋਪ ਤੋਂ ਲੈ ਕੇ ਆ ਔਰ ਨਾਲ ਚਲੋ ਥੋੜ੍ਹਾ ਇਨਸੈਂਟਿਵ ਦੇ ਦਿੰਦੀ ਸੀ ਕਿ ਜੋ ਕੋਈ ਟੋਫੀ ਚੋਕਲੇਟ ਲੈਣੀ ਹੈ ਨਾਲ ਉਹ ਲੈ ਲਈ ਐਂਡ ਸ਼ੀ ਯੂਜ਼ ਟੂ ਕਮ ਬੈਕ ਜੇ ਲੇਟ ਹੁੰਦੀ ਹੈ ਤਾਂ ਫਿਰ ਮੈਂ ਆਪਣਾ ਸਕੂਟਰ ਕੱਢ ਲੈਂਦੀ ਸੀ ਪਿੱਛੇ ਟਾਈਮ ਰੱਖਿਆ ਹੁੰਦਾ ਸੀ ਕਿੰਨਾ ਫਿਰ ਥੋੜ੍ਹੀ ਜਿਹੀ ਹੋਰ ਵੱਡੀ ਹੋਈ 9  'ਚ ਹੋਈ ਅਤੇ ਫਿਰ ਪੰਜਾਬ ਯੂਨੀਵਰਸਿਟੀ ਲੋਕਲ ਬੱਸ 'ਚ ਭੇਜਿਆ ਲਾਈਕ ਪਿੱਛੇ ਭਾਈ ਗੱਡੀ ਲਾਏ ਦੀ ਉਹਨੂੰ ਨਹੀਂ ਦੱਸਿਆ ਅਤੇ ਕਿਸ ਤਰ੍ਹਾਂ ਬੱਚੇ ਨੂੰ ਹੌਲੀ 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 ਸਟੈਪ ਬਾਈ ਸਟੈਪ ਤੁਸੀਂ ਬਾਹਰ ਭੇਜ ਦਿਓ 19 ਸਾਲ ਦੀ ਮੇਰੀ ਵੱਡੀ ਬੇਟੀ ਸੀ ਅਤੇ ਉਹ ਆਸਟਰੀਆ ਫੋਰਨ 'ਚ ਉਹਨੇ ਜਾਣਾ ਸੀ ਅਤੇ ਤੁਸੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਗਲਾਸ ਤੋਂ ਹੀ ਬਾਏ ਬਾਏ ਕਰ ਦਿਓ ਤੁਹਾਨੂੰ ਅੰਦਰ ਤਾਂ ਕੋਈ ਨਹੀਂ ਜਾਣ ਦਿੰਦਾ ਫਿਰ ਬੱਚੇ ਨੇ ਸਭ ਕੁਝ ਆਪਣੇ ਆਪ ਮੈਨੇਜ ਕਰਨਾ ਤੁਸੀਂ ਇੱਕ ਦਿਨ ਅਚਾਨਕ ਉਹਨੂੰ ਟ੍ਰੇਨ ਕਰ ਲਓਗੇ ਇੱਕ ਦਿਨ ਅਚਾਨਕ ਉਹ ਮੈਚਿਓਰ ਬਣ ਜਾਏਗੀ ਸਾਰਾ ਕੁਝ ਹੈਂਡਲ ਵੀ ਕਰ ਲਏਗੀ ਦੂਸਰਿਆਂ ਉੱਤੇ ਘੂਰੀ ਵੀ ਵੱਟ ਲਏਗੀ ਐਸਾ ਥੋੜ੍ਹੀ ਹੁੰਦਾ ਬਚਪਨ ਤੋਂ ਸ਼ੁਰੂ ਹੁੰਦਾ ਬਚਪਨ ਤੋਂ ਜਿਸ ਤਰ੍ਹਾਂ ਬੱਚੇ ਨੂੰ ਤੁਸੀਂ ਸ਼ੋਪਿੰਗ ਕਰਨ ਲਿਜਾ ਰਹੇ ਹੋ ਮੈਂ ਕਦੀ ਨਹੀਂ ਚੂਜ਼ ਕੀਤਾ ਉਹਨਾਂ ਵਾਸਤੇ ਕਿ ਤੁਸੀਂ ਇਹ ਕੱਪੜਾ ਲਓ ਬੇਟਾ ਹਾਂ ਜੇ ਕੋਈ ਖਰਾਬ ਹੈ ਉਹ ਨਹੀਂ ਲੈਣ ਦੇਣਾ ਜਿਸ ਤਰ੍ਹਾਂ 5-6 ਦੇ ਹਾਂ ਬੇਟਾ ਆਪਣਾ ਕਲਰ ਆਪਣੇ ਆਪ ਚੂਜ਼ ਕਰੋ ਓਕੇ ਯੇ ਵਾਲਾ ਯੇ ਬੇਟਾ ਟਾਈਟ ਪੜੇਗਾ ਠੀਕ ਹੈ ਯੇ ਲੈ ਲਓ ਮਤਲਬ ਕਿ ਉਹਨਾਂ ਦੀ ਚੋਇਸ ਬੁੱਕ ਸ਼ਾਪ 'ਚ ਜਾ ਕੇ ਉਹਨਾਂ ਨੂੰ ਛੱਡ ਦੇਣਾ 2 ਘੰਟੇ ਆਪਣੇ ਬੁੱਕ ਸ਼ਾਪ 'ਚ ਪੂਰਾ ਐਕਸਪਲੋਰ ਕਰਦੀਆਂ ਸੀ ਹਰ ਮਹੀਨੇ ਔਰ ਜਿਹੜੀ ਜਿਹੜੀ ਬੁੱਕਸ ਲੈਣੀਆਂ ਤੁਸੀਂ ਆਪਣੇ ਆਪ ਲੈ ਕੇ ਆਓ ਜਦੋਂ ਬੱਚਾ ਇੱਕ ਵਾਰੀ ਗਲਤੀ ਕਰੇਗਾ 2 ਵਾਰੀ ਗਲਤੀ ਕਰੇਗਾ 3ਰੀ ਵਾਰੀ ਸੁਣੇਗਾ ਤੁਹਾਡੀ ਕਿ ਮੰਮਾ ਨੇ ਇਹ ਕਿਹਾ ਸੀ ਮੈਂ ਨਹੀਂ ਮੰਨਿਆ ਇਹਦਾ ਮਤਲਬ ਉਹਦੀ ਕੋਈ ਮਤਲਬ ਹੈਗਾ ਤੁਸੀਂ ਉਹਨਾਂ ਨੂੰ ਫਰੀਡਮ ਦਿਓ ਉਹਨਾਂ ਨੂੰ ਇੱਕ ਅਪਬ੍ਰਿੰਗਿੰਗ ਚੈਨਲਾਈਜ਼ ਵੇ ਨਾਲ ਹੋਣਾ ਚਾਹੀਦਾ ਤੁਹਾਡਾ ਪੇਰੈਂਟਸ ਦਾ ਕੰਮ ਇਹ ਨਹੀਂ ਕਿ ਬੱਚੇ ਮੇਰੀ ਪ੍ਰੋਪਰਟੀ ਹੈ
ਨਹੀਂ ਕਬਜ਼ਾ ਮਾਰ ਕੇ ਨਾ ਰੱਖੋ, ਤੁਹਾਡਾ ਰਾਦਰ ਫਰਜ਼ ਹੈ, ਤੁਹਾਡੀ ਡਿਊਟੀ ਹੈ ਪੇਰੈਂਟਸ ਦੀ ਬਹੁਤ ਤਗੜੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸਾਂ ਦੀ ਪਰਵਰਿਸ਼ ਦੇਣੀ ਹੈ ਕਿ ਕੱਲ੍ਹ ਨੂੰ ਉਹ ਆਪਣੇ ਜੋਗੇ ਬਿਲਕੁਲ ਸਟੈਂਡ ਕਰ ਸਕਣ, ਤੁਹਾਡੀ ਵੀ ਹੈਲਪ ਕਰਨ ਔਰ ਸੋਸਾਇਟੀ ਵਾਸਤੇ ਯੂਜ਼ਫੁਲ ਹੋਣ। ਇੱਥੇ ਮਰਦਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜਾਂ ਨਾਲ ਉਹਨਾਂ ਮਹਿਲਾਵਾਂ ਨੂੰ ਵੀ? ਮੈਂ ਕਹਿੰਦੀ ਹਾਂ ਕਿ ਮਰਦਾਂ ਦੀ ਤਾਂ ਲੋੜ ਹੈ ਹੀ ਹੈ, ਆਮ ਨਾ ਵੈਰੀ ਬਿਗ ਫੈਮਿਨਿਸਟ, ਲੇਡੀਜ਼ ਨੂੰ ਵੀ ਲੋੜ ਹੈ, ਜੈਂਟਸ ਤੋਂ ਜ਼ਿਆਦਾ ਮੈਨੂੰ ਲੇਡੀਜ਼ ਨਾਲ ਵੀ ਸ਼ਿਕਾਇਤ ਹੈ, ਉਹ ਵੀ ਆਪਣੀ ਕੰਫਰਟ ਜ਼ੋਨ ਤੋਂ ਬਾਹਰ ਨਹੀਂ ਆਉਣਾ ਚਾਹੁੰਦੀਆਂ। ਉਹ ਵੀ ਕਹਿੰਦੀਆਂ ਠੀਕ ਹੈ, ਬੰਦਾ ਡਰਾਈਵਿੰਗ ਸੀਟ 'ਤੇ ਬੈਠਿਆ, ਕਾਰ ਘੁਮਾਉਂਦਾ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੋਪਿੰਗ ਕਰਦੇ ਹੋ, ਬੰਦਾ ਪਾਗਲ ਹੋ ਜਾਂਦਾ ਡਰਾਈਵ ਕਰਦੇ ਕਰਦੇ, ਕਿਉਂਕਿ ਮੈਂ ਡਰਾਈਵ ਕਰਨੀ ਹੈ ਮੈਨੂੰ ਪਤਾ ਹੈ, ਚਾਰ ਵਾਰੀ ਲੇਡੀ ਕਰੇ, ਚਾਰ ਵਾਰੀ ਬੰਦਾ ਕਰੇ, ਦੋ ਘੰਟੇ ਉਹ ਕਰ ਲਏ, ਦੋ ਘੰਟੇ ਉਹ ਕਰ ਲਏ, ਲੌਂਗ ਡਰਾਈਵ 'ਤੇ ਜਾ ਰਹੇ, ਸਿਰਫ ਬੰਦਾ ਹੀ ਡਰਾਈਵ ਕਿਉਂ ਕਰੇ? ਠੀਕ ਹੈ, 6 ਘੰਟੇ ਉਹਨੂੰ ਦਿਓ, 6 ਘੰਟੇ ਉਹਨੂੰ ਦਿਓ, ਮਿਲ ਕੇ ਦੋਨਾਂ ਦੀ ਬਰਾਬਰ ਹੋ ਜਾਏਗੀ ਮੇਰੇ ਹਿਸਾਬ ਨਾਲ। ਲਾਈਕ ਬਹੁਤ ਸਾਰੀ ਜਿਸਾਂ ਹਾਊਸ ਵਾਈਫਸ ਹੈ, ਜੇ ਹਸਬੈਂਡ ਕਾਫੀ ਪੈਸਾ ਕਮਾ ਰਿਹਾ, ਉਹ ਵੀ ਨਹੀਂ ਜਾਣ ਨੂੰ ਬਾਹਰ ਤਿਆਰ, ਤੁਸੀਂ ਐਜੂਕੇਸ਼ਨ ਕੀਤੀ ਹੈ, ਤੁਸੀਂ ਇੰਜੀਨੀਅਰਿੰਗ ਕੀਤੀ ਹੈ, ਤੁਸੀਂ ਅੱਛਾ MA ਕੀਤੀ ਹੈ, ਵਾਈ ਯੂ ਆਰ ਵੇਸਟਿੰਗ ਯੋਰ ਨੌਲੇਜ? ਸਿਰਫ ਪੈਸਾ ਕਮਾਉਣਾ ਮਕਸਦ ਨਹੀਂ ਹੈ, ਤੁਸੀਂ ਆਪਣੀ ਇੱਕ ਇੰਡੀਪੈਂਡੈਂਸ, ਇੱਕ ਅਥੋਰਿਟੀ ਜਿਹੜੀ ਲਾਈਫ ਦੀ, ਹੋਰ ਵੀ ਬੇਟਾ ਉਸ ਤੋਂ ਉੱਪਰ ਜਾਓ, ਆਪਣੀ ਦੇਸ਼ ਦੀ ਇਕੋਨਮੀ ਨਹੀਂ ਵੱਧਦੀ? 50% ਮੇਲਸ ਹੈ, 50% ਫੀਮੇਲਸ ਹੈਗੀਆਂ, ਫੀਮੇਲਸ ਬੈਠੀਆਂ ਦੀਆਂ ਘਰ ਸਿਰਫ 18% ਕੰਮ ਕਰਦੀਆਂ ਪਈਆਂ, ਠੀਕ ਹੈ, ਬੰਦੇ 70-80% ਕੰਮ ਕਰ ਰਹੇ ਹੈ, ਅਤੇ ਇਹਦਾ ਮਤਲਬ ਟੋਟਲ ਮਿਲਾ ਕੇ 50% ਜਨਰੇਸ਼ਨ ਕੰਮ ਕਰ ਰਹੀ ਹੈ ਔਰ 100% ਖਾ ਰਹੀ ਹੈ, ਦਿਸ ਇਜ਼ ਸੋ ਰੋਂਗ ਨੋਸ਼ਨ। ਅਤੇ ਤੁਸੀਂ ਜੇ ਸਾਰੇ ਪੜ੍ਹੇ ਲਿਖੇ ਹੋ, ਸਾਰੇ ਕੰਮ ਕਰੋ, ਉਹਦੇ ਵਿੱਚ ਐਂ ਨਾ ਲਓ ਕਿ ਸਾਡੇ ਘਰ ਸਫੀਸ਼ੈਂਟ ਹੈ, ਬਿਜ਼ਨਸ ਹੈਗਾ, ਅਸੀਂ ਸੁਨਿਆਰੇ ਹੈਗੇ ਹਾਂ, ਜਾਂ ਅਸੀਂ ਫੈਕਟਰੀ ਦੇ ਓਨਰ ਹੈਗੇ ਹਾਂ, ਸਾਨੂੰ ਲੋੜ ਨਹੀਂ ਹੈਗੀ। ਨਹੀਂ, ਉਹ ਲੇਡੀ ਜਾ ਕੇ ਫੈਕਟਰੀ 'ਚ ਪੂਰੀ ਹੈਲਪ ਕਰੇ, ਡਬਲ ਹੋ ਜਾਏਗਾ ਬਿਜ਼ਨਸ ਤੁਹਾਡਾ, ਠੀਕ ਹੈ, ਇਕੋਨਮੀ ਆਪਣੇ ਕੰਟਰੀ ਦੀ ਵੀ ਵਧੇਗੀ ਔਰ ਘਰ 'ਚ ਵੀ ਜਿਹੜੇ ਲੇਡੀ ਦਾ ਪਰਸਪੈਕਟਿਵ ਹੈ ਉਹ ਡਿਫਰੈਂਟ ਹੋਏਗਾ, ਬੱਚਿਆਂ ਦੀ ਸੋਚ ਡਿਫਰੈਂਟ ਹੋਏਗੀ ਜਦੋਂ ਉਹ ਮਦਰ ਨੂੰ ਇੱਕ ਵਰਕਿੰਗ ਦੇਖਣਗੇ, ਇੱਕ ਹਾਊਸ ਵਾਈਫ ਮਦਰ ਦੇਖਣਗੇ। ਉਹ ਕਹਿੰਦੇ ਕਿ ਹਾਊਸ ਵਾਈਫ ਹੈ, 24 ਆਵਰ ਜੋਬ ਹੈ, ਸਰਟਨਲੀ, ਅਤੇ ਜਿਹੜੀਆਂ ਜੋਬ ਕਰਦੀਆਂ ਪਈਆਂ ਉਹ 24 ਆਵਰ ਜੋਬ ਵੀ ਕਰ ਰਹੀਆਂ ਨਾਲ, ਠੀਕ ਹੈ, ਉਹ 24 ਆਵਰ ਦੇ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲ ਗਿਆ, ਅਤੇ ਇਸ ਕਰਕੇ ਤੁਸੀਂ ਐਜੂਕੇਸ਼ਨ ਲਿੱਤੀ ਹੈ ਅਤੇ ਉਹ ਤੁਸੀਂ ਜ਼ਰੂਰ ਉਹਦਾ ਫਾਇਦਾ ਉਠਾਉਣਾ ਚਾਹੀਦਾ। ਔਰ ਉਸ ਤੋਂ ਪਹਿਲੇ, ਸਭ ਤੋਂ ਪਹਿਲੇ ਮੈਂ ਇਹ ਕਹਾਂਗੀ ਫਾਦਰਸ ਨੂੰ, ਤੁਸੀਂ ਆਪਣੀ ਬੇਟੀਆਂ ਨੂੰ ਬਹੁਤ ਪਿਆਰ ਕਰਦੇ ਆ, ਫਾਦਰਸ ਬੇਟੀਆਂ ਨੂੰ ਜ਼ਿਆਦਾ ਪਿਆਰ ਕਰਦੇ ਆ, ਅਤੇ ਪਲੀਜ਼ ਜੇ ਸੱਚਾ ਪਿਆਰ ਕਰਦੇ ਹੋ ਨਾ, ਆਪਣੀ ਬੇਟੀਆਂ ਦੀ ਸ਼ਾਦੀ ਤਾਂ ਤੱਕ ਨਾ ਕਰੋ ਜਦ ਤੱਕ ਉਹ ਪੂਰੀ ਐਜੂਕੇਸ਼ਨ ਆਪਣੇ ਕੈਲੀਬਰ ਦੇ ਹਿਸਾਬ ਨਾਲ ਬੈਸਟ ਐਜੂਕੇਸ਼ਨ ਲੈ ਕੇ ਆਪਣੀ ਜੋਬ ਨਹੀਂ ਕਰ ਲਈ ਤੀ, ਉਹਨਾਂ ਨੇ ਆਪਣੇ ਪੈਰਾਂ 'ਤੇ ਖੜੀ ਹੋ ਗਈ, ਆਪਣੇ ਪੈਸੇ ਕਮਾਉਣੇ ਸ਼ੁਰੂ ਹੋ ਗਏ, ਭਾਵੇਂ ਤੁਸੀਂ ਉਹਨਾਂ ਨੂੰ 2 ਕਰੋੜ ਉਹਦੇ ਵਾਸਤੇ ਪ੍ਰੋਪਰਟੀ ਦੇ ਸਕਦੇ ਹੋ ਜਾਂ ਤੁਸੀਂ ਦਮ ਰੱਖਦੇ ਹੋ, ਵਾਟਸੋਐਵਰ, ਤੁਹਾਡੀ ਬੇਟੀ 10,000 ਰੁਪਇਆ ਮਹੀਨਾ ਕਮਾਉਂਦੀ ਹੈ, 50,000 ਰੁਪਇਆ ਮਹੀਨਾ ਕਮਾਉਂਦੀ ਹੈ, ਵਾਟਐਵਰ, ਉਹ ਹਰ ਮਹੀਨੇ ਕਮਾਉਂਦੀ ਹੋਏ, ਕੱਲ੍ਹ ਨੂੰ ਉਹ ਆਪਣੇ ਆਪ ਇਨਕਰੀਜ਼ ਵੀ ਕਰੇਗੀ ਔਰ ਉਹਨੂੰ ਕਦੀ ਨਾ ਉਹ ਕਹੋਗੀ ਵੀ ਜਿੰਨਾ ਤੁਹਾਨੂੰ ਚਾਹੀਦਾ ਮੈਂ ਦੇ ਦਾਂਗਾ, ਨੋ, ਜਿੰਨੀ ਉਹਨੂੰ ਸਪੋਰਟ ਚਾਹੀਦੀ ਹੈ ਉਹ ਤੈਨੂੰ ਮੈਂ ਦੇ ਦਾਂਗਾ। ਬੇਟਾ ਤੂੰ ਐਜੂਕੇਟ ਹੋ, ਤੂੰ ਆਪਣੇ ਪੈਰਾਂ 'ਤੇ ਖੜੀ ਹੋ, ਤੂੰ ਆਪਣੇ ਡਿਸੀਜਨਸ ਆਪੇ ਲੈ। ਬੇਟਾ ਤੁਸੀਂ ਲਓ ਆਪਣੇ ਆਪ ਡਿਸੀਜਨਸ ਆਪਣੇ, ਗਲਤ ਕਰੋਗੇ, ਠੀਕ ਹੈ, ਗਲਤੀਆਂ ਕਰਨੀਆਂ ਚਾਹੀਦੀਆਂ, ਮੈਂ ਕਹਿੰਦੀ ਹਾਂ ਬੱਚਿਆਂ ਨੂੰ, ਸ਼ਰਤ ਇਹ ਹੈ ਗਲਤੀ ਰਿਪੀਟ ਨਹੀਂ ਕਰਨੀ। ਜਿਹੜਾ ਗਲਤੀਆਂ ਕਰਨ ਤੋਂ ਡਰੇਗਾ ਉਹ ਕਦੀ ਲਾਈਫ 'ਚ ਮੇਰੇ ਹਿਸਾਬ ਨਾਲ ਤਰੱਕੀ ਕਰ ਹੀ ਨਹੀਂ ਸਕਦਾ, ਉਹ ਇੱਕ ਸੀਮਿਤ ਦਾਇਰੇ 'ਚ, ਇੱਕ ਖੂਹ ਦਾ ਮਿੰਡਕ ਕਹਿੰਦੇ ਨਾ, ਉਹ ਬਣ ਕੇ ਰਹਿ ਜਾਏਗਾ। ਬੱਚ ਪੇਰੈਂਟਸ ਨੂੰ ਵੀ ਥੋੜ੍ਹਾ
ਛੱਡ ਦੇਣਾ ਚਾਹੀਦਾ। ਉਹ ਕਹਿੰਦੇ ਨਹੀਂ, ਸਾਨੂੰ ਪਤਾ ਲਾਈਫ ਕੀ ਹੈਗੀ ਹੈ ਬੇਟੇ, ਗੱਡੇ ਹੈ ਤੇਰੇ ਅੱਗੇ, ਡਿੱਗ ਜਾਏਗਾ ਡਿੱਗ ਜਾਏਗਾ। ਠੀਕ ਹੈ, ਮੈਨੂੰ ਸਮਝ ਲੱਗਦੀ ਹੈ ਉਹਨਾਂ ਨੇ ਐਕਸਪੀਰੀਅੰਸ ਤੋਂ ਬੋਲ ਰਿਹਾ, ਪਰ ਤੁਹਾਨੂੰ ਕੀ ਪਤਾ ਤੁਹਾਡਾ ਬੱਚਾ ਇੰਨੇ ਕੈਲੀਬਰ ਦਾ ਪੈਦਾ ਹੋ ਗਿਆ, ਉਹ ਜੰਪ ਲਗਾਉਂਦਾ ਉਹ ਗੱਡੇ ਨੂੰ ਪਾਰ ਕਰ ਲੈਂਦਾ ਛਲਾਂਗ ਲਗਾ ਕੇ, ਤੁਹਾਨੂੰ ਕੀ ਪਤਾ, ਕੀ ਪਤਾ ਇੰਨਾ ਕੈਲੀਬਰ ਵਾਲਾ ਹੋਏ। ਮਾਰਨ ਤੋਂ ਛਾਲ ਜੇ ਇੱਕ ਵਾਰੀ ਡਿੱਗੇਗਾ ਹੱਥ ਫੜ ਕੇ ਚੱਕ ਲਈਓ, ਤੁਸੀਂ ਵੀ ਪਿਓ ਬਣ ਜਾਓ, ਠੀਕ ਹੈ, ਮਗਰ ਉਹਨੂੰ ਟਰਾਈ ਤੇ ਕਰਨ ਦਿਓ, ਜੋ ਉਹ ਕਰਨਾ ਚਾਹੁੰਦਾ, ਜੋ ਆਪਣੀ ਲਾਈਫ ਜੀਣਾ ਚਾਹੁੰਦਾ ਉਹਨੂੰ ਕਰਨ ਦੇਣਾ ਚਾਹੀਦਾ। ਤੁਸੀਂ ਆਪਣੀ ਸਿਹਤ ਦਾ ਕਾਫੀ ਧਿਆਨ ਰੱਖਦੇ ਹੋ, ਤੁਹਾਡੇ ਵਿਚਾਰਾਂ ਤੋਂ ਬੜਾ ਚੰਗਾ ਲੱਗ ਰਿਹਾ ਹੈ ਜਿਵੇਂ ਤੁਸੀਂ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹੋ। ਅਤੇ ਜਦੋਂ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆਉਂਦਾ, ਉਹਨਾਂ ਨੂੰ ਵੀ ਟੋਕ ਦਿਓ ਕੁਝ ਗੱਲਾਂ ਤੋਂ ਜਾਂ ਖਾਣ ਪੀਣ ਤੋਂ ਵੀ? ਮੈਂ ਥੋੜ੍ਹਾ ਕਹਿੰਦੇ ਚੱਲਦਾ ਹੀ ਹੈ, ਹੁਣ ਮੇਰੇ ਬੱਚੇ ਹੀ ਕਹਿੰਦੇ ਹੈ ਕਿ ਮੰਮਾ, ਬਾਕੀ ਸਭ ਕੇ ਪੇਰੈਂਟਸ, ਮੰਮੀਆਂ ਖਾਸ ਕਰ, ਫੋਰਨ ਗਏ ਦੇ ਹੈ ਅਤੇ ਬੇਟਾ ਖਾ ਲਿਆ, ਲੰਚ ਕਰ ਲਿਆ, ਡਿਨਰ ਕਰ ਲਿਆ, ਪਹਿਲੀ ਗੱਲ ਇਹ ਪੁੱਛਦੇ ਹੈ। ਔਰ ਤੁਸੀਂ ਪਹਿਲੀ ਗੱਲ ਪੁੱਛਦੇ, ਦੌੜਾ ਹੀ, ਯੋਗਾ ਕਰ ਲਿਆ, ਰਨਿੰਗ, ਵੇਟ ਕੀ ਤੇਰਾ ਜਾ ਰਿਹਾ, ਹਾਂ ਠੀਕ ਹੈ, ਅੱਛਾ ਹੈਲਥ, ਮੈਨੂੰ ਸ਼ਕਲ ਦਿਖਾ, ਠੀਕ ਹੈ, ਮਤਲਬ ਕਿ ਟੋਨ ਤਾਂ ਨਹੀਂ ਨਿਕਲੀ। ਦੇਖੋ, ਮੇਰੀ ਜੱਜ ਕਰਨ ਦਾ ਬੰਦੇ ਨੂੰ ਨਾ ਤਰੀਕਾ ਹੈਗਾ ਕਿ ਜੇ ਤੋਂਦ ਨਿਕਲੀ ਦੀ ਹੈ, ਦੈਟ ਮੀਨਜ਼ ਹੀ ਇਜ਼ ਨੋਟ ਹੈਲਦੀ। ਦੇਖੋ, ਜਿਹੜਾ ਰਨਿੰਗ ਕਰੇਗਾ, ਜਿਹੜਾ ਸਾਈਕਲਿੰਗ ਕਰੇਗਾ, ਜਿਹੜਾ ਅੱਛਾ ਯੋਗਾ ਕਰੇਗਾ, ਐਕਸਰਸਾਈਜ਼ ਕਰੇਗਾ, ਉਹ ਆਪਣਾ ਜਿਹੜਾ ਮਰਜ਼ੀ ਅੱਛਾ ਫੂਡ ਖਾਏ, ਉਹ ਪਚਾ ਹੀ ਲਏਗਾ, ਠੀਕ ਹੈ। ਜੇ ਫੂਡ ਪਚ ਗਿਆ, ਫਿਰ ਪੇਟ ਕਿੱਥੋਂ ਨਿਕਲੇਗਾ? ਪੇਟ ਦੀਆਂ ਬਾਹਾਂ ਲੱਤਾਂ ਤਾਂ ਹੈ ਨਹੀਂ ਹੈ ਜਿਹਦੀ ਦੌੜ ਕੇ ਉਹਨੇ ਵਰਜਿਸ਼ ਕਰ ਲੈਣੀ ਹੈ। ਪੇਟ ਵਿਚਾਰੇ ਨੇ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ, ਜੇ ਤੁਸੀਂ ਐਕਸਰਸਾਈਜ਼ ਲੱਤਾਂ ਬਾਹਾਂ ਤੋਂ ਕਰਵਾ ਲਈ, ਮਸਲਸ ਬਣ ਗਈਆਂ, ਤਾਂ ਉਹਨੇ ਅੰਦਰ ਰਹਿਣਾ। ਜੇ ਤੁਸੀਂ ਵਰਜਿਸ਼ ਨਹੀਂ ਕਰਵਾਈ, ਵਿਚਾਰੇ ਨੇ ਸਭ ਤੋਂ ਪਹਿਲੇ ਉੱਥੇ ਆ ਕੇ ਫੈਟ ਨੇ ਜੰਮਣਾ। ਤੁਸੀਂ ਰੀਲ ਜਦੋਂ ਅਪਲੋਡ ਕਰਦੇ ਹੋ, ਉਹਨੂੰ ਕਿੰਨਾ ਬਣਾਉਣ ਨੂੰ ਟਾਈਮ ਲੱਗਦਾ? ਇਕੱਲੇ ਸ਼ੂਟ ਕਰ ਲੈਂਦੇ ਹੋ ਇਸ ਰੇਸ ਨੂੰ, ਵੀਡੀਓਸ ਨੂੰ? ਮੇਰਾ ਟ੍ਰੇਨਰ ਹੈ, ਮੇਰਾ ਬੱਚਾ, ਤੁਹਾਨੂੰ ਮੈਂ ਦੱਸਿਆ, ਮੇਰੇ ਸਕੂਲ ਦਾ, ਅਤੇ ਉਹ 2019 'ਚ ਮੈਨੂੰ ਸਿਖਾ ਕੇ ਗਿਆ ਸੀ, ਫਿਰ 2021 'ਚ ਮੈਂ ਉਹਨੂੰ ਬੁਲਾ ਲਿਆ ਸੀ ਕਿ ਬੇਟਾ ਮੈਨੂੰ ਯੋਗਾ ਸਿਖਾ। ਉਹ ਨੈਸ਼ਨਲ ਲੈਵਲ ਦਾ ਪਲੇਅਰ ਹੈ, ਅੱਜ ਕੱਲ੍ਹ ਗਏ ਦਾ ਆਪਣੇ ਨੈਸ਼ਨਲਸ ਖੇਡਣ, ਅਤੇ ਉਹ ਯੋਗਾ ਸਿਖਾਉਣ ਆਇਆ। ਫਿਰ ਉਹਨੂੰ ਮੈਂ ਕਿਹਾ ਮੇਰੇ ਬਰਥਡੇ 'ਚ ਡਾਂਸ ਜਿਸ ਤਰ੍ਹਾਂ, ਅਤੇ ਫਿਰ ਅਸੀਂ ਪਾਉਣਾ ਸ਼ੁਰੂ ਕਰਤਾ, ਉਹ ਐਪਰੀਸ਼ੀਏਟ ਹੋਇਆ। ਅਤੇ ਫਿਰ ਕਰਦੇ ਕਰਦੇ ਉਹਨੇ ਮੈਨੂੰ, ਮੇਰੇ ਖਿਆਲ ਮਈ 'ਚ ਕਿਹਾ ਸੀ ਕਿ ਮੈਮ ਇੰਸਟਾਗ੍ਰਾਮ 'ਤੇ ਰੀਲਸ ਆਉਂਦੀਆਂ ਸੀ, ਉਹਦੇ 'ਚ ਪਾ ਦਈਏ। ਮੈਂ ਕਿਹਾ ਪਾ ਦਿਓ। ਫਿਰ ਥੋੜ੍ਹੀ ਦੇਰ ਬਾਅਦ ਪਤਾ ਚੱਲਿਆ ਕਿ ਫੇਸਬੁੱਕ 'ਤੇ ਵੀ ਰੀਲਸ ਸ਼ੁਰੂ ਹੋ ਗਈਆਂ, ਓਕੇ, ਫੇਸਬੁੱਕ 'ਚ ਵੀ ਪਾਉਣ ਲੱਗ ਗਏ। ਫਿਰ ਪਤਾ ਚੱਲਿਆ ਕਿ ਯੂਟਿਊਬ 'ਤੇ ਸ਼ਾਰਟਸ ਆਉਂਦੀਆਂ, ਅਤੇ ਫਿਰ ਉੱਥੇ ਵੀ ਪਾਉਣ ਲੱਗ ਗਏ। ਅਤੇ ਉਹ ਮੈਨੂੰ ਯੋਗਾ ਵੀ ਸਿਖਾਉਂਦਾ, ਉਹ ਮੈਨੂੰ ਡਾਂਸ ਵੀ ਸਿਖਾਉਂਦਾ, ਹਾਂ, ਔਰ ਫਿਰ ਉਹੀ ਮੇਰਾ ਸ਼ੂਟ ਕਰਦਾ। ਚੰਗਾ ਲੱਗਦਾ, ਫੋਲੋਵਰ ਦਿਨੋ ਦਿਨ ਵੱਧਦੇ ਨੇ? ਨਹੀਂ, ਮੈਂ ਤੁਹਾਡੀ ਗੱਲ ਕਰ ਰਿਹਾ, ਤੁਹਾਨੂੰ ਚੰਗਾ ਲੱਗਦਾ ਫੋਲੋਵਰ ਵੱਧ ਰਹੇ ਨੇ ਸੋਸ਼ਲ ਮੀਡੀਆ 'ਤੇ, ਇੱਕ ਪਹਿਚਾਣ ਬਣੀ ਹੈ ਤੁਹਾਨੂੰ? ਕਹਿੰਦੇ ਜਦੋਂ ਬਾਜ਼ਾਰ ਜਾਂਦੇ ਹੋ ਕੋਈ ਮਿਲਦਾ ਹੈ ਮੈਮ ਤੁਹਾਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਤੁਹਾਡੀ ਵੀਡੀਓ ਵੇਖੀ? ਏਅਰਪੋਰਟ 'ਤੇ ਮਿਲ ਜਾਂਦੇ ਮੈਨੂੰ, ਦਿੱਲੀ ਏਅਰਪੋਰਟ 'ਤੇ ਮੈਨੂੰ, ਜੇ ਮੈਂ ਯੋਗਾ ਨੈਸ਼ਨਲ 'ਚ ਗਈ ਜੈ, ਉੱਥੇ ਜੋਧਪੁਰ, ਉੱਥੇ ਮਿਲ ਜਾਂਦਾ, ਮੈਂ ਕਿ ਜੇ ਬਹੁਤ ਸਾਰੇ ਲੋਕ ਜੋ ਦੁਕਾਨ 'ਤੇ ਜਾਵਾਂ ਉੱਥੇ ਪਹਿਚਾਣ ਲੈਂਦੇ ਆ, ਬਹੁਤ ਅੱਛਾ ਲੱਗਦਾ ਔਰ ਬਹੁਤ ਪਿਆਰ ਦਿੰਦੇ ਆ। ਲਾਈਕ ਕਈ ਵਾਰੀ ਲੇਡੀਜ਼ ਖਾਸ ਕਰ ਜਦੋਂ ਆਉਂਦੀਆਂ, ਉਹ ਆਪਣਾ ਡਿਸਕਸ ਕਰਨ ਲੱਗ ਜਾਂਦੀ ਆਪਣੀ ਸਿਹਤ ਬਾਰੇ, ਉਹਨਾਂ ਬਾਰੇ, ਤਾਂ ਮੈਨੂੰ ਨੈਚੁਰਲੀ ਮੈਨੂੰ ਅੱਛਾ ਲੱਗਦਾ ਜੋ ਤੁਹਾਡੇ ਕੋਲ ਅੱਛੀ ਚੀਜ਼ ਹੈ ਉਹ ਤੁਸੀਂ ਸੋਸਾਇਟੀ ਨੂੰ ਵੰਡ ਰਹੇ ਹੋ, ਯੂ ਆਰ ਡੂਇੰਗ ਗੁੱਡ। ਮੈਂ ਇਹ ਇਸ ਤੋਂ ਪਹਿਲੇ ਰੀਲਸ ਬਣਾਉਣ ਤੋਂ ਪਹਿਲੇ 2016 ਤੋਂ, ਤੁਸੀਂ ਐਗਜੈਕਟਲੀ ਕਹੋ, 2016 ਤੋਂ ਮੈਂ ਆਪਣਾ ਐਕਟਿਵ ਲਾਈਫ ਸ਼ੁਰੂ ਕਰ ਦਿੱਤੀ ਸੀ, ਕਿਉਂਕਿ 2016 'ਚ ਮੇਰੇ ਦੋਨੋਂ ਬੱਚੇ ਚਲੇ ਗਏ ਸੀ ਆਪਣੀ ਲਾਈਫ ਦੀ ਅੱਗੇ ਜਰਨੀ ਵਾਸਤੇ, ਆਪਣੇ ਪ੍ਰੋਗਰੈਸ ਵਾਸਤੇ। ਅਤੇ ਪਹਿਲੇ ਤਾਂ ਮੈਂ ਡਿਪਰੈਸ਼ਨ 'ਚ ਗਈ ਸੀ ਬਹੁਤ ਜ਼ਿਆਦਾ। ਉਹ ਕਿਸ ਗੱਲੋਂ?
ਮੈਂ ਆਪਣੀ ਜ਼ਿੰਦਗੀ ਪੂਰੀ ਤੁਹਾਨੂੰ ਦੱਸਿਆ ਹਸਬੈਂਡ ਤੋਂ ਬਾਅਦ ਐਜ਼ ਅ ਸਿੰਗਲ ਮਦਰ 15 ਸਾਲ ਖਾ ਲਓ ਪੜ੍ਹ ਲਓ, ਮਤਲਬ ਕਿ ਮੈਂ ਲਾਰ ਨਿਕਲਦੀ ਸੀ ਜਦੋਂ ਸੌਂਦੀ ਸੀ, ਇੰਨੀ ਥੱਕ ਕੇ ਟੁੱਟ ਕੇ, ਲਾਈਕ ਆਈ ਹੈਵ ਡਨ ਹੈਲ ਲੋਟ ਆਫ ਕੰਮ। ਮੈਨੂੰ ਤਾਂ ਇਉਂ ਲੱਗਦਾ ਮੇਰੇ 15 ਸਾਲ ਮੈਂ ਬਲਿੰਕ ਕੀਤੇ ਅੱਖ ਅਤੇ ਖੋਲ੍ਹੀ ਅਤੇ ਨਿਕਲ ਗਏ, ਉੜ ਗਏ। ਇੰਨਾ ਕੰਮ ਕੀਤਾ ਬੱਚਿਆਂ ਵਾਸਤੇ ਔਰ ਬੱਚਿਆਂ ਨੂੰ ਖੂਬ ਅੱਛੀ ਐਜੂਕੇਸ਼ਨ ਦਿੱਤੀ ਅਤੇ ਬੱਚੇ ਦੋਨੋਂ ਜਦੋਂ ਗਏ, ਹੁਣ ਮੇਰੇ ਵਾਸਤੇ ਕੀ ਹੈ ਕਰਨ ਨੂੰ? ਪ੍ਰਦੀਪ ਗਿਆ, ਮੇਰੇ ਹਸਬੈਂਡ ਗਏ ਅਤੇ ਮੇਰੇ ਬੱਚੇ ਸੀ। ਉਹਨਾਂ 'ਚ ਮੈਂ ਪ੍ਰਦੀਪ ਦੇਖਦੀ ਸੀ ਕਿ ਇਹਨਾਂ ਨੂੰ, ਉਹਨਾਂ ਨੇ ਕਿਹਾ ਲਾਸਟ ਦਿਨ ਕਿਹਾ ਸੀ ਮੈਨੂੰ ਕਿ ਨੀਰੂ ਮੇਰੀ ਬੇਟੀਆਂ ਨੂੰ ਪੜ੍ਹਾ ਦੇਣਾ, ਐਜੂਕੇਟ ਕਰ ਦੇਣਾ। ਔਰ ਮੈਂ ਉਹਨਾਂ ਨਾਲ ਸ਼ਿਕਾਇਤ ਕਰਾਂ ਕਿ ਤੁਸੀਂ ਮੇਰੇ ਬਾਰੇ ਨਹੀਂ ਸੋਚ ਰਹੇ, ਸਿਰਫ ਆਪਣੀ ਬੇਟੀਆਂ ਬਾਰੇ ਸੋਚ ਰਹੇ ਹੋ। ਅਤੇ ਉਹ ਕਹਿੰਦੇ ਕਿ ਵੀ ਤੂੰ ਵੱਡੀ ਹੈ, ਤੂੰ ਸਾਂਭ ਲੇਂਗੀ, ਮੇਰੀ ਬੱਚੀਆਂ ਬਹੁਤ ਛੋਟੀਆਂ। ਅਤੇ ਮੈਨੂੰ ਉਹ ਅੱਖਾਂ 'ਚ ਉਹਨਾਂ ਦੇ ਅਥਰੂ ਮੈਨੂੰ ਅੱਜ ਵੀ ਨਹੀਂ ਭੁੱਲਦੇ ਕਿ ਵੀ ਮੈਂ ਇੱਕ ਫਾਦਰ, ਇੱਕ ਡਾਇੰਗ ਫਾਦਰ ਆਪਣੀ ਬੇਟੀਆਂ ਵਾਸਤੇ ਹੀ ਸੋਚ ਰਿਹਾ ਔਰ ਮੈਂ ਤੜਫ ਰਹੀ ਹਾਂ ਉਹਦੇ ਵਾਸਤੇ, ਅਤੇ ਉਹਨੂੰ ਮੈਂ ਨਹੀਂ ਨਜ਼ਰ ਆ ਰਹੀ ਸੀ। ਮੇਰੇ ਅੱਜ ਵੀ ਸ਼ਿਕਾਇਤ ਆ ਉਹਨਾਂ ਨਾਲ ਕਿ ਵੀ ਮੇਰੇ ਵਾਸਤੇ ਨਹੀਂ ਤੁਸੀਂ ਸੋਚਿਆ। ਅਤੇ ਫਿਰ ਮੈਂ ਮਨ 'ਚ ਠਾਣ ਲਿਆ ਸੀ ਕਿ ਮੈਂ ਬਸ, ਮੇਰੀ ਲਾਈਫ ਦਾ ਇਹੀ ਮਕਸਦ ਹੈ ਕਿ ਬੇਟੀਆਂ ਪੜ੍ਹਾਉਣੀਆਂ। ਗੱਲਾਂ ਤੁਹਾਡੇ 'ਚ ਜੋਸ਼ ਭਰਦੀਆਂ ਨੇ ਜਿਹੜੀਆਂ ਉਹ ਤੁਹਾਨੂੰ ਕਹਿ ਕੇ ਗਏ। ਵੱਡੀ ਬੇਟੀ ਕਾਰਨੈਲ ਯੂਨੀਵਰਸਿਟੀ ਅਮੈਰੀਕਾ ਦੀ, ਆਈਵੀ ਲੀਗ, ਲਾਈਕ ਟੋਪ 8 ਯੂਨੀਵਰਸਿਟੀ 'ਚ ਉਹਨੇ MBA ਉੱਥੋਂ ਕੀਤੀ ਹੈ। ਅਤੇ ਛੋਟੀ ਬੇਟੀ ਮੇਰੀ ਐਮਸਟਰਡੈਮ 'ਚ booking.com 'ਚ ਲੱਗੀ ਦੀ ਹੈ, ਹੁਣ ਵੱਡੀ ਬੇਟੀ ਬੈਂਕ ਆਫ ਅਮੈਰੀਕਾ 'ਚ ਲੱਗੀ ਦੀ ਹੈ। ਲੇਕਿਨ ਆਮ ਆ ਪ੍ਰਾਊਡ ਮਦਰ। ਅਤੇ ਤਸੱਲੀ ਹੈ ਮਨ ਨੂੰ ਕਿ ਜੋ ਕਹਿੰਦੇ ਸੀ ਤੁਹਾਨੂੰ ਅੰਤਿਮ ਸਮੇਂ ਕਿ ਬੱਚਿਆਂ ਨੂੰ ਪੜ੍ਹਾ ਦੇ। ਛੋਟੀ ਦਾ ਹਾਲੇ ਮਾਸਟਰਸ ਰਹਿੰਦਾ। ਅੱਛਾ। ਹਾਂ, ਮੈਂ ਉਹਨੂੰ ਕਿਹਾ ਕਿ ਤੈਨੂੰ ਮਾਸਟਰਸ ਬੇਟੇ ਕਰਨੀ ਪੈਣੀ, ਪੈਸਾ ਜਿੰਨਾ ਮਰਜ਼ੀ ਕਮਾ ਲੈ, ਮਾਸਟਰਸ ਤੈਨੂੰ ਕਰਨੀ ਪੈਣੀ ਹੈ, ਨਹੀਂ ਤਾਂ ਮੈਂ ਤੇਰੇ ਪਾਪਾ ਨੂੰ ਮੂੰਹ ਕਿਸਾ ਦਿਖਾਉਣਾ ਜਾ ਕੇ। ਹਾਂ, ਹੋਰ ਕੀ ਗੱਲਾਂ ਕਰਦੇ ਹੋ ਤੁਸੀਂ? ਮੈਂ ਮਤਲਬ ਨਹੀਂ, ਮੈਂ ਤਾਂ ਕਹਿੰਦੀ ਹਾਂ ਪ੍ਰਦੀਪ ਤੈਨੂੰ ਵਾਪਸ ਆਉਣਾ ਪੈਣਾ, ਮੈਨੂੰ ਜਦੋਂ ਮੈਂ ਮਰਾਂਗੀ ਮੈਨੂੰ ਲੈਣ ਆਉਣਾ ਪੈਣਾ, ਇੰਨਾ ਡਿਊ ਹੈਗਾ। ਹਾਂ, ਜਿਹੜੀ ਮਰਜ਼ੀ ਕੋਈ ਤੁਸੀਂ ਕਰ ਲਓ ਲਾਈਕ, ਸਾਰੇ ਦੁਨੀਆ ਦੇ ਪ੍ਰਦੀਪ ਨੂੰ ਇੱਕ ਲਾਈਕ ਦੇਣਾ ਆਉਣਾ ਪੈਣਾ, ਇੰਨਾ ਕੰਮ ਕੀਤਾ ਬੇਟੇ। ਔਰ ਪੂਰੀ ਆਤਮਾ ਨਾਲ, ਸ਼ੁੱਧਤਾ ਨਾਲ, ਦਿਲ ਨਾਲ ਕੀਤਾ। ਅਤੇ ਕਿੱਥੇ ਜਾਂਦੀ ਹੈ ਆਤਮਾ, ਕਿੱਥੇ ਜਾਂਦੀ ਹੈ? ਇੱਥੇ ਹੀ ਹੈ ਨਾ। ਮੀਨਸ ਆਈ ਕੈਨ ਫੀਲ, ਜਦੋਂ ਮੈਨੂੰ ਪਰੇਸ਼ਾਨੀ ਹੁੰਦੀ ਹੈ ਉਸੇ ਦਿਨ ਸੁਪਨੇ 'ਚ ਆ ਜਾਂਦੇ ਆ, ਅਤੇ ਮੇਰੀ ਅਗਲੇ ਦਿਨ ਪ੍ਰੋਬਲਮ ਵੀ ਸੋਲਵ ਹੁੰਦੀ ਹੈ। ਕੁਛ ਤਾਂ ਹੈਗਾ, ਕੁਛ ਤਾਂ ਸਮਥਿੰਗ, ਕੁਛ ਤਾਂ ਕਰਦੇ ਹੋ ਸੁਪਨੇ ਦੇ ਵਿੱਚ ਉਹਨਾਂ ਦੇ ਨਾਲ? ਮੈਂ ਗੁੱਸਾ ਹੀ ਕਰਦੀ ਹੁੰਦੀ ਹਾਂ, ਛੱਡ ਕੇ ਚਲੇ ਗਏ। ਹੈਂ, ਮੈਂ ਕਿੱਦਾਂ ਕਰਾਂਗੀ, ਮੈਂ ਕਿੱਦਾਂ ਕਰਾਂਗੀ? ਮੈਂ ਕੰਮ, ਤੁਸੀਂ ਤਾਂ ਕਹਿੰਦੇ ਸੀ ਮੈਂ ਹਾਂ, ਮੈਂ ਹਾਂ, ਕਿੱਥੇ ਹੋ? ਮੋਸਟਲੀ ਆਰ ਹੀ ਇਜ਼ ਲਾਈਕ, ਹੀ ਵਾਜ ਵੈਰੀ ਸੋਬਰ ਪਰਸਨ, ਅਤੇ ਹੀ ਇਜ਼ ਮੋਸਟਲੀ ਲਾਈਕ ਹਗਿੰਗ ਮੀ। ਮੈਂ ਹਾਂ ਨਾ, ਮੈਂ ਸਭ ਠੀਕ ਕਰ ਦਾਂਗਾ, ਮੈਂ ਸਭ ਠੀਕ ਕਰ ਦਾਂਗਾ। ਕਿਸਾਂ ਠੀਕ ਕਰ ਦੋਗੇ? ਤੁਸੀਂ ਤਾਂ ਹੈ ਨਹੀਂ ਹੋ। ਮੈਂ ਵੀ ਕਹਿ ਰਹੀ ਹੁੰਦੀ ਹਾਂ ਸੁਪਨੇ 'ਚ ਕਿ ਜਿਸਾ ਕਿ ਤੁਸੀਂ ਹੈ ਨਹੀਂ ਹੋ, ਅਤੇ ਫਿਰ ਕਿ ਨਹੀਂ ਮੈਂ ਹਾਂ, ਮੈਂ ਅਸਲ 'ਚ ਹੈਗਿਆ, ਮੈਂ ਤੇਰੇ ਕੋਲ ਹੀ ਹਾਂ। ਲੇਕਿਨ ਹੀ ਸੇਜ਼ ਮੀ ਲਾਈਕ ਦਿਸ। ਨੌਜਵਾਨ ਬੱਚੇ ਬਹੁਤ ਛੋਟੀ ਉਮਰ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਤੁਸੀਂ ਆਪਣੇ ਆਪ ਨੂੰ ਡਿਪਰੈਸ਼ਨ ਦੇ ਵਿੱਚੋਂ ਕਿਵੇਂ ਕੱਢਿਆ? ਹਾਂ, ਮੈਂ ਉਹੀ ਦੱਸਣ ਲੱਗੀ ਕਿ ਜਦੋਂ ਬੇਟੀ ਮੇਰੀ 'ਚ ਗਈ ਤਾਂ ਮੇਰਾ ਮਕਸਦ ਜਿਹੜਾ ਸੀ ਜ਼ਿੰਦਗੀ ਦਾ, ਬੇਟੀਆਂ ਵਾਸਤੇ ਸਭ ਕੁਝ ਕਰਨਾ, ਉਹ ਅਚਾਨਕ ਗਾਇਬ ਹੋ ਗਿਆ। ਹੁਣ ਲਾਈਕ ਆਏ, ਮੈਂ 46 ਸਾਲ ਦੀ ਬੈਠੀ ਦੀ ਹਾਂ ਘਰ, ਰੋ ਨਹੀਂ ਰਹੀ ਪਰ ਅੱਖਾਂ 'ਚੋਂ ਪਾਣੀ ਨਿਕਲੀ ਜਾ ਰਿਹਾ। ਮੈਨੂੰ ਸਮਝ ਨਹੀਂ ਆਉਂਦਾ ਕਿ ਵੀ ਕੀ ਹੋ ਰਿਹਾ ਮੇਰੇ ਨਾਲ। ਖਾਣਾ ਖਾਣਾ ਹੀ ਨਹੀਂ, ਦੋ ਦੋ ਦਿਨ ਬਣਾਉਣਾ ਹੀ ਨਹੀਂ, ਇਕੱਲੇ ਖਾਣ ਦਾ ਦਿਲ ਹੀ ਨਹੀਂ, ਕਿਉਂਕਿ ਪਹਿਲੇ ਤਾਂ ਇੱਕ ਸਬਜ਼ੀ ਬਣਾਓ, ਮੈਂ ਨਹੀਂ ਇਹ ਖਾਊਂਗੀ, ਮੈਨੇ ਇਹ ਖਾਣਾ। ਤੁਸੀਂ ਦੋ ਦੋ ਬਣਾਉਂਦੇ ਹੋ, ਨਾਲ ਚੀਖਦੇ ਹੋ ਕਿ ਮੈਂ ਇਹੀ ਕੰਮ ਕਰੀ ਜਾਵਾਂ, ਇਹੀ ਕੰਮ ਕਰਾਂ। ਹੁਣ ਉਹ ਦਿਨ ਯਾਦ ਆਉਂਦਾ ਕਿ ਦੈਟ ਵਾਜ਼, ਆਈ ਵਾਜ਼ ਲੱਕੀ, ਮੈਂ ਕਿਸਮਤ ਵਾਲੀ ਸੀ ਜਿਹੜਾ ਮੈਨੂੰ ਕੋਈ ਕਹਿੰਦਾ ਸੀ ਕਿ ਵੀ ਇਹ ਨਹੀਂ ਖਾਣਾ, ਮੈਂ ਇਹ ਖਾਣਾ, ਇਹ ਬਣਾ ਕੇ ਦਿਓ। ਫਿਰ ਮੈਂ ਦੌੜ ਦੌੜ ਕੇ ਬਣਾ ਰਹੀ ਹਾਂ, ਨਾਲ ਚੀਖ ਰਹੀ ਹਾਂ ਕਿਸੇ ਨੂੰ ਕਿ ਵੀ ਹਾਂ ਮੱਬੇ ਪੜ੍ਹ ਲਓ, ਕਰ ਲਓ। ਆਹ ਕਿਹਨੂੰ ਕਹਾਂ ਮੈਂ? ਲਾਈਕ ਇੱਕ ਵਾਰੀ ਤਾਂ ਜਿਹੜੀ ਆਪਣੀ ਸੈਲਫ ਪਿਟੀ ਆਉਂਦੀ ਹੈ ਨਾ, ਉਹ ਸਭ ਤੋਂ ਬੁਰੀ ਹੁੰਦੀ ਹੈ ਕਿ ਮੈਂ ਦੁਨੀਆ 'ਚ ਇਕੱਲੀ ਰਹਿ ਗਈ। ਮੈਂ ਇੱਕ ਕਾਰ 'ਤੇ ਜਾ ਰਹੀ ਸੀ,
ਰੋਡ ਸਾਈਡ 'ਤੇ ਮੈਂ ਮਜ਼ਦੂਰ ਦੀ ਫੈਮਿਲੀ ਝੌਂਪੜੀ 'ਚ ਨਾ ਟੈਂਟ ਲਾ ਕੇ ਉਹ ਉੱਥੇ ਹੀ ਚੁੱਲ੍ਹਾ ਬਣਾ ਲੈਂਦੇ ਆ, ਉਹ ਮੈਂ ਦੇਖ ਰਹੀ ਸੀ। ਫਾਦਰ ਹੈ, ਮਦਰ ਹੈ, ਦੋ ਤਿੰਨ ਬੱਚੇ ਆ, ਉਹ ਬਾਲ ਸਾਰੇ ਇਸ ਤਰ੍ਹਾਂ ਦੇ, ਕੱਪੜੇ ਵੀ ਗੰਦੇ ਗੰਦੇ। ਮੈਂ ਆਪਣੀ ਗੱਡੀ ਰੋਕਤੀ, ਖੜ੍ਹੇ ਹੋ ਕੇ ਮੈਂ ਦੇਖੀ ਗਈ ਔਰ ਮੈਂ ਰੋਈ ਗਈ ਕਿ ਇਹ ਮੇਰੇ ਤੋਂ ਜ਼ਿਆਦਾ ਕਿਸਮਤ ਵਾਲੇ ਨੇ, ਇਹ ਨਾਲ ਫੈਮਿਲੀ ਰਹਿ ਰਹੀ ਹੈ, ਹਸਬੈਂਡ ਹੈ, ਵਾਈਫ ਹੈ, ਬੱਚੇ ਹੈ। ਅਤੇ ਬਸ ਉਸ ਦਿਨ ਘਰ ਵਾਪਸ ਆਈ ਹਾਂ ਨਾ, ਅਤੇ ਉਸ ਤੋਂ ਬਾਅਦ ਨਾਲ ਮੇਰੇ ਚਾਚਾ ਜੀ ਨੇ ਮੈਨੂੰ ਜ਼ਬਰਦਸਤੀ ਪਾ ਦਿੱਤਾ ਕਿ ਮੈਂ ਵਿਪਾਸ਼ਨਾ ਸੈਂਟਰ ਤੁਸੀਂ ਹੋ ਕੇ ਆਓ। ਅਤੇ ਮੈਂ ਵਿਪਾਸ਼ਨਾ ਸੈਂਟਰ ਦੇ 10 ਦਿਨ ਦਾ ਮੈਡੀਟੇਸ਼ਨ ਦਾ ਕੋਰਸ ਕੀਤਾ, ਲਾਈਕ 12 ਘੰਟੇ ਇੱਕ ਦਿਨ 'ਚ। ਅਤੇ ਉਹ ਸਿੱਖ ਕੇ ਮਤਲਬ ਕਿ ਨਾਲ ਬਸ ਇਸਦੇ ਡਿਊਰਿੰਗ ਹੀ ਮੈਂ ਕਰਨਾ ਸ਼ੁਰੂ ਕੀਤਾ, ਅਤੇ ਦੈਨ ਦੇਰ ਵਾਜ਼ ਅ ਚੇਂਜ। ਪਰ ਡਿਊਰਿੰਗ ਡਿਪਰੈਸ਼ਨ 'ਚ ਮੈਂ 17 ਕਿਲੋ ਵਜ਼ਨ ਲੂਜ਼ ਕਰਤਾ ਸੀ, ਕੁਛ ਖਾਣਾ ਨਹੀਂ, ਕੁਛ ਕਰਨਾ ਨਹੀਂ। ਔਰ ਮੇਰੇ ਸਕੂਲ ਦੇ ਬੱਚੇ, ਮੈਂ ਤੁਸੀਂ ਇਹ ਦੇਖੋ ਕਿ 10th ਕਲਾਸ ਦੀ ਲੜਕੀ ਮੈਨੂੰ ਇਹ ਕਹਿ ਰਹੀ ਹੈ ਕਿ ਮੈਮ ਤੁਸੀਂ ਗੁੱਸਾ ਕਰ ਲਓ ਪਰ ਤੁਸੀਂ ਇਸ ਤਰ੍ਹਾਂ ਨਹੀਂ ਅੱਛੇ ਲੱਗਦੇ, ਕਿਉਂਕਿ ਜਦੋਂ ਤੁਸੀਂ ਡਿਪਰੈਸ਼ਨ 'ਚ ਹੁੰਦੇ ਹੋ ਤੁਸੀਂ ਗੁੱਸਾ ਨਹੀਂ ਕਰ ਪਾਉਂਦੇ, ਤੁਸੀਂ ਕੁਛ ਨਹੀਂ ਕਰ ਪਾਉਂਦੇ, ਯੂ ਆਰ ਲਾਈਕ ਮੋਸਟ ਮਾਯੂਸ, ਮੋਸਟ ਸਹਿਮੇ ਹੋਏ ਬੰਦੇ, ਠੀਕ ਹੈ। ਅਤੇ ਮਤਲਬ ਕਿ ਮੇਰੇ ਬੱਚੇ ਸਟੂਡੈਂਟ ਤੱਕ ਕਹਿ ਰਹੇ ਮੈਡਮ ਆਪ ਗੁੱਸਾ ਕਰ ਲਓ ਲੇਕਿਨ ਆਪਕਾ ਯੇ ਰੂਪ ਨਹੀਂ ਹਮਸੇ ਦੇਖਾ ਜਾਤਾ। ਅਤੇ ਦੋ ਇਹ ਸਾਰੀਆਂ ਥੋੜ੍ਹੀਆਂ ਛੋਟੀਆਂ ਚੀਜ਼ਾਂ ਸੀ। ਮੇਰੀ ਬੇਟੀ ਛੋਟੀ ਆ ਕੇ ਬੋਲੀ, ਮੰਮਾ ਮੈਂ ਵਾਂ ਸੇ ਆਪਣੀ ਕਾਲਜ ਛੋੜ ਰਹੀ ਹੂੰ, ਮੈਂ ਚੰਡੀਗੜ੍ਹ ਮੈਂ ਆ ਕੇ ਹੀ ਪੜੂੰਗੀ ਔਰ ਮੇਰਾ ਸਾਲ ਬਰਬਾਦ ਹੋਤਾ, ਕੋਈ ਬਾਤ ਨਹੀਂ। ਮਤਲਬ ਕਿ ਮੈਨੂੰ ਲੱਗਿਆ ਕਿ ਐਜੂਕੇਸ਼ਨ ਵਾਸਤੇ ਮੈਂ ਸਭ ਕੁਛ ਕਰ ਰਹੀ ਸੀ, ਹੁਣ ਐਜੂਕੇਸ਼ਨ ਹੀ ਬੱਚਾ ਛੱਡ ਕੇ ਮੇਰੇ ਵਾਸਤੇ ਆ ਰਿਹਾ। ਅਤੇ ਕਹਿਤੀ ਨਹੀਂ ਤਾਂ ਮੰਮਾ ਸੰਭਾਲੋ ਖੁਦ ਕੋ। ਫਿਰ ਮੈਂ ਕਿਹਾ ਤਾਂ ਸੰਭਾਲਣਾ ਪੈਣਾ, ਇਹਦਾ ਮਤਲਬ ਮੈਨੂੰ ਲੱਗਿਆ ਜਿਹੜਾ ਕੋਈ ਨਹੀਂ ਬੱਚਿਆ, ਪਰ ਇਸ ਤਰ੍ਹਾਂ ਨਹੀਂ ਹੈ, ਸਾਰੇ ਦੂਰ ਹੈ ਪਰ ਉਹਨਾਂ ਨੂੰ ਫਰਕ ਪੈਂਦਾ ਹੈ, ਸਟਿਲ ਵੀ ਆਰ ਕਨੈਕਟਿਡ, ਸਟਿਲ ਮੈਂ ਮਾਂ, ਸਟਿਲ ਮੇਰੇ ਬੱਚੇ ਮੇਰੇ 'ਤੇ ਡਿਪੈਂਡ ਕਰਦੇ ਹੈ, ਮੈਂ ਕੋਲ ਨਹੀਂ ਹਾਂ ਪਰ ਸਾਥ ਹਾਂ, ਦੇਰ ਇਜ਼ ਅ ਡਿਫਰੈਂਸ। ਉਹ ਜਦੋਂ ਸਮਝ ਲੱਗੀ ਨਾਲ ਮੈਡੀਟੇਸ਼ਨ ਸ਼ੁਰੂ ਕੀਤੀ। ਅਤੇ ਇਨ ਦਾ ਮੀਨ ਟਾਈਮ ਮੇਰੇ ਬੇਟੀਆਂ ਨੇ ਹੀ ਮੈਨੂੰ ਪਾ ਦਿੱਤਾ ਸੀ ਕਿ ਮੰਮਾ ਆਪ ਮਤਲਬ ਕਿ ਪਹਿਲੇ ਬਚਪਨ ਮੈਂ ਇੱਕ ਸਪੋਰਟਸ ਪਰਸਨ ਥੇ ਨੈਸ਼ਨਲ ਕੇ, ਤੋ ਆਪ ਜਾਓ ਨਾ ਰਨਿੰਗ ਸਾਈਕਲਿੰਗ ਗਰੁੱਪਸ ਮੈਂ ਜਾਓ, ਕਿਉਂਕਿ ਮੈਂ ਟਰਾਈ ਕੀਤਾ ਭਜਨ ਕੀਰਤਨ 'ਚ, ਟਰਾਈ ਕੀਤਾ ਮੈਂ ਜਿਸ ਤਰ੍ਹਾਂ ਕਿਟੀ ਪਾਰਟੀਜ਼ 'ਚ, ਪਰ ਸੱਚੀ ਦੱਸਾਂ ਮੇਰਾ ਦਿਲ ਬਿਲਕੁਲ ਨਹੀਂ ਲੱਗਿਆ। ਨਾ ਮੈਨੂੰ ਡਰੈਸਿਸ ਹੈ ਨਹੀਂ ਕਿ ਮੈਨੂੰ ਸ਼ੌਕ ਨਹੀਂ ਹੈ ਪਾਉਣ ਦਾ, ਪਰ ਪਤਾ ਨਹੀਂ ਇੱਕ ਡਿਫਰੈਂਟ ਕਾਇੰਡ ਦਾ ਸ਼ੌਕ ਹੈ, ਐਗਜੈਕਟਲੀ ਕਿਟੀਜ਼ ਵਾਲਾ ਸ਼ੌਕ ਨਹੀਂ ਹੈ ਮੇਰੇ। ਔਰ ਭਜਨ ਕੀਰਤਨ 'ਚ ਵੀ ਮੈਨੂੰ ਸਭ ਦੇ ਵਿੱਚ ਬੈਠ ਕੇ ਨਹੀਂ, ਮੈਨੂੰ ਆਉਣ ਲੱਗਦਾ ਕਿ ਮੈਂ ਇਕੱਲੇ ਜ਼ਰਾ ਮੈਡੀਟੇਟ ਕਰਦੀ ਹਾਂ, ਜਦੋਂ ਇਕੱਲੇ ਮੈਂ ਰੱਬ ਨਾਲ ਕਨੈਕਟ ਹੁੰਦੀ ਹਾਂ ਪਾਠ ਕਰਨੀ, ਮੈਨੂੰ ਜ਼ਿਆਦਾ ਅੱਛਾ ਲੱਗਦਾ, ਸਭ ਦੇ ਵਿੱਚ ਮੈਨੂੰ ਨਹੀਂ ਉਹ ਧਿਆਨ ਆਉਂਦਾ, ਅਤੇ ਮੈਂ ਵੀ ਰੁਚੀ ਨਹੀਂ ਉਸ ਤਰ੍ਹਾਂ ਦੀ। ਅਤੇ ਮੈਂ ਫਿਰ ਇਸ ਕਰਕੇ ਸਾਈਕਲਿੰਗ ਰਨਿੰਗ 'ਚ ਜਾਣਾ ਸ਼ੁਰੂ ਕੀਤਾ, ਪਹਿਲੇ ਤਾਂ ਇਕੱਲੇ ਸ਼ੁਰੂ ਕੀਤੀ, ਉਹ ਇਕੱਲੇ ਜਾਂਦੇ ਜਾਂਦੇ ਸੁਖਨਾ 'ਚ ਪਹੁੰਚ ਗਈ। ਸੁਖਨਾ 'ਚ ਦੇਖਿਆ ਬੜੇ ਸਾਰੇ ਲੋਕ ਹੈ, ਗਰੁੱਪ 'ਚ ਕਰਦੇ ਹੈ, ਬਸ ਉਹ ਕਦੋਂ ਮੇਰੇ ਗਰੁੱਪ ਬਣ ਗਏ, ਕਦੋਂ ਮੈਂ ਵੀ ਐਡਮਿਨ ਬਣ ਗਈ, ਕਦੋਂ ਮੈਂ ਲੇਡੀਜ਼ ਨੂੰ ਆਪਣੇ ਵਿੱਚ ਇੰਸਪਾਇਰ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਰਨਿੰਗ ਵਾਸਤੇ ਇਨਕਰੇਜ ਕੀਤਾ, ਕਦੋਂ ਸਾਈਕਲਿੰਗ ਵਿੱਚ, ਲਾਈਕ ਮੈਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕਿੰਨੇ ਸਾਰੇ ਗਰੁੱਪਸ ਦੇ ਵਿੱਚ ਐਡਮਿਨ ਵੀ ਬਣ ਗਈ ਹਾਂ ਔਰ ਮੈਂ ਅੰਬੈਸਡਰ ਵੀ ਬਣ ਗਈ ਹਾਂ, ਔਰ ਈਵਨ ਕਾਲਜ ਦੇ ਬੱਚੇ ਮੈਨੂੰ ਆਪਣੇ ਯੂਨੈਸਕੋ ਦੇ ਜਿਹੜੇ ਹੈਗੇ ਆ ਉਹ ਆਉਂਦੇ ਆ ਔਰ ਉਹ ਅੰਬੈਸਡਰ ਮੈਨੂੰ ਲੈਂਦੇ ਕਿ ਮੈਡਮ ਤੁਹਾਡਾ ਮੀਡੀਆ ਕਰਕੇ ਅਸੀਂ ਐਡ ਕਰ ਲੈਂਦੇ ਹਾਂ ਔਰ ਬਹੁਤ ਸਾਰੇ ਲੋਕ ਆ ਜਾਂਦੇ ਆ, ਤੂੰ ਕਦੀ ਜਿਸ ਤਰ੍ਹਾਂ ਪਲਾਸਟਿਕ ਪਿੱਕ ਕਰਨਾ ਜਾਂ ਉਸ ਤਰ੍ਹਾਂ ਕਰਕੇ ਉਹਨਾਂ ਦੇ ਐਨ ਜੀ ਓ ਟਾਈਪ ਉਹਨਾਂ ਦੇ ਕੰਮ ਹੁੰਦੇ ਆ, ਅਤੇ ਉਹਦੇ 'ਚ ਬਹੁਤ ਅੱਛਾ ਲੱਗਦਾ। ਔਰ ਜਦੋਂ ਤੁਸੀਂ
ਸੁਸਾਇਟੀ ਵਾਸਤੇ ਬੈਟਰ ਹੋ, ਸਪੈਸ਼ਲੀ ਫੀਮੇਲਸ ਜਿਹੜੀ ਹਾਊਸ ਵਾਈਫਸ ਹੈ, ਟੀਚਰਸ ਹੈ, ਉਹਨਾਂ ਨੂੰ ਇਨਕਰੇਜ ਕਰ ਰਹੇ ਹੋ ਹੈਲਥ ਵਾਸਤੇ। ਹੁਣ ਤੁਸੀਂ ਇੱਕ ਗੱਲ ਬੋਲੀ ਕਿ ਤੁਸੀਂ ਟੋਕਦੇ ਹੋ, ਅਤੇ ਮੇਰੇ ਸਕੂਲ ਵਾਲੇ ਟੀਚਰਸ ਨੂੰ ਪੁੱਛੋ ਉਹ ਜ਼ਿਆਦਾ ਕੁਝ ਖਾਂਦੀਆਂ, ਹੁਣ ਐ ਨਾ ਬੋਲੀ ਬੜੇ ਦਿਨਾਂ ਬਾਅਦ ਖਾ ਰਹੀ ਹਾਂ, ਐ ਨਾ ਬੋਲੀ ਖਾਂਦੇ ਹੀ ਆਰਾਮ ਨਾਲ, ਮੈਂ ਕਾਲੋ ਕਾਲੋ ਮੈਨੂੰ ਕੀ ਹੈ, ਕਾਲੋ ਕਾਲੋ ਕਹਿੰਦੇ ਹੋਏ ਦੋ ਮੈਂ ਵੀ ਸੁਣਾ ਦੇਣੀ ਹੈ। ਮੈਂ ਫਿਰ ਕਹਿੰਦੀ ਹਾਂ ਕਿ ਮੈਂ ਤਾਂ ਕਦੀ ਕੁਛ ਖਾਂਦੀ ਨਹੀਂ, ਪਤਾ ਨਹੀਂ ਹਵਾ ਲੱਗਦੀ ਹੈ, ਪਤਾ ਨਹੀਂ ਪਾਣੀ ਲੱਗਦਾ। ਨਹੀਂ ਤੁਸੀਂ ਸਮੋਸੇ ਖਾਂਦੇ ਹੋ, ਤੁਸੀਂ ਗੁਲਾਬ ਜਾਮੁਨ ਮਿਠਾਈਆਂ ਖਾਂਦੇ ਹੋ, ਤਾਂ ਹੀ ਕਰਕੇ ਲੱਗਦਾ। ਤੁਸੀਂ ਹੁਣ ਜਿਹੜੇ ਆਪਣੀ ਜ਼ਿੰਦਗੀ ਦੇ ਮੋੜ 'ਤੇ ਹੈਗੇ ਹੋ, ਤੁਸੀਂ ਆਪਣੀ ਸਾਰੀ ਸੰਘਰਸ਼ ਦੀ ਕਹਾਣੀ ਦੱਸੀ ਹੈ ਮੈਨੂੰ, ਦਰਸ਼ਕਾਂ ਨੂੰ ਵੀ ਪਤਾ ਲੱਗ ਗਈ ਹੋਵੇਗੀ, ਪਰ ਅੱਜ ਵੀ ਨੀਰੂ ਸੈਣੀ ਆਪਣੇ ਬਾਰੇ ਕੀ ਸੋਚਦੇ ਨੇ, ਜਦੋਂ ਆਪਣੇ ਆਪ ਨੂੰ ਸਵੇਰ ਉੱਠ ਕੇ ਸ਼ੀਸ਼ੇ ਦੇ ਮੂਹਰੇ ਵੀ ਦੇਖਦੇ ਹੋਵੋਗੇ, ਕਈ ਕਈ ਵਾਰ ਗੱਲਾਂ ਚੇਤੇ ਆ ਜਾਂਦੀਆਂ ਨੇ ਆਪਣੇ ਫਿਊਚਰ ਨੂੰ ਲੈ ਕੇ, ਆਪਣੀ ਜ਼ਿੰਦਗੀ ਨੂੰ ਲੈ ਕੇ ਕੀ ਸੋਚਦੇ ਨੇ? ਇਸ ਦੌਰ 'ਤੇ ਆ ਕੇ ਤਾਂ ਹੁਣ ਡਿਫਰੈਂਟ ਸੋਚਦੀ ਹਾਂ, ਪਹਿਲੇ ਕੁਛ ਹੋਰ ਸੋਚਦੀ ਸੀ, ਪਹਿਲੇ ਬੱਚਿਆਂ ਵਾਸਤੇ ਸੋਚਦੀ ਸੀ, ਫਿਰ ਉਸ ਤੋਂ ਬਾਅਦ ਲਾਈਕ ਜਦੋਂ ਫਿਰ ਜੀਣਾ ਸ਼ੁਰੂ ਕਰ ਦਿੱਤਾ, ਫਿਰ ਮੈਨੂੰ ਸੀ ਕਿ ਮੈਂ ਸਪੋਰਟਸ ਦੀਆਂ ਅਤੇ ਐਡਵੈਂਚਰ ਸਪੋਰਟਸ ਬੜੀਆਂ ਪਸੰਦ ਹੈ, ਸਕੂਬਾ ਡਾਈਵਿੰਗ, ਸਕਾਈ ਡਾਈਵਿੰਗ ਅਤੇ ਕਲਿਫ ਜੰਪਿੰਗ, ਮਤਲਬ ਕਿ ਤੁਸੀਂ ਦੁਨੀਆ ਦਾ ਕਹੋ ਕਿ ਵੀ ਮੈਂ ਸਭ ਕੀਤੇ ਦਾ ਅਤੇ ਉਹ ਕਰਨ ਜਾਣਾ ਹੈ, ਟ੍ਰੈਕਿੰਗ, ਸ਼੍ਰੀਖੰਡ ਮਹਾਦੇਵ, ਹਿਮਾਚਲ ਦੀ ਸਭ ਤੋਂ ਉਤਲੀ ਚੋਟੀ ਹੈ, 18,500 ਫੀਟ, ਉਹਦੀ ਟ੍ਰੈਕਿੰਗ ਕਰਕੇ ਆਈ ਦੀਆਂ, ਠੀਕ ਹੈ, ਲਾਈਕ ਮਤਲਬ ਕਿ ਟ੍ਰੈਕਿੰਗ ਦਾ ਬੜਾ ਸ਼ੌਕ ਹੈ, ਆਪਣਾ ਸਮਾਨ ਜਿਸਾ ਸਾਡੇ ਗਰੁੱਪ ਸੀ ਅਤੇ ਸਮਾਨ ਚੱਕਣਾ, ਖਾਣਾ ਪੀਣਾ ਵੀ ਅਤੇ ਉਹ ਕਰਕੇ ਬਰਫਾਂ 'ਚ। ਫਿਰ ਮੈਂ 50 ਦੀ ਉਮਰ 'ਚ ਆਈ, ਜਿਸਾ ਮਤਲਬ ਕਿ ਜਿਹੜੇ ਜਿਹੜੇ ਮੇਰੇ ਸ਼ੌਕ ਸੀ, ਜਿਹੜੇ ਮੇਰੇ ਬਕਟ ਲਿਸਟ ਸੀ, ਇਹ ਕਰਨਾ, ਇਹ ਕਰਨਾ, ਇਹ ਕਰਨਾ, ਅਤੇ ਬਹੁਤ ਪਹਿਲੇ ਹਸਬੈਂਡ ਨੂੰ ਕਿਹਾ ਸੀ ਬਾਈਕ ਲੈ ਲਓ, ਉਹ ਕਹਿੰਦੇ ਨਹੀਂ ਮੈਂ ਕਾਰ ਲਾਂਗਾ, ਤੈਨੂੰ ਸਿਟੀ ਹੋਂਡਾ ਲੈ ਕੇ ਦਾਂਗਾ, ਤਾਂ ਕਰਕੇ ਮੈਂ ਆਪਣੀ ਸਿਟੀ ਹੋਂਡਾ ਲਿੱਤੀ ਉਹਨਾਂ ਕਰਕੇ। ਹੁਣ ਬਾਈਕ ਚਲਾਉਂਦੇ ਹੋ ਤੁਸੀਂ? ਬਾਈਕ ਮੈਂ ਦੇਖਿਆ ਤੁਹਾਡੇ ਘਰ ਦੇ ਬਾਹਰ ਹੀ ਖੜੀ ਹੋਈ, ਬਾਈਕ ਬਹੁਤ ਸੋਹਣੀ। 50 ਦੀ ਜਦੋਂ ਹੋਈ ਤਾਂ ਮੈਂ ਨਾ ਜਾਂਦੀ ਸੀ ਬਾਈਕ ਦੀ ਦੁਕਾਨ 'ਤੇ, ਸ਼ੋਰੂਮਸ 'ਚ, ਪਰ ਮੇਰੇ ਪੈਰ ਨਹੀਂ ਲੱਗਦੇ ਸੀ ਅਤੇ ਮੈਂ ਵਾਪਸ ਆ ਜਾਂਦੀ ਸੀ। ਫਿਰ ਮੈਨੂੰ ਇੱਕ ਵਾਰੀ ਰੋਇਲ ਇਨਫੀਲਡ ਤੋਂ ਫੋਨ ਆਇਆ, ਕਹਿੰਦੇ ਮੈਡਮ ਆ ਜਾਓ ਤੁਹਾਡੇ ਪੈਰ ਲੱਗ ਜਾਣਗੇ, ਹੁਣ ਤੁਹਾਡੇ ਵਾਸਤੇ ਬਾਈਕ ਆਈ ਹੈ ਇੱਕ, ਉਹ ਮੀਟੀਓਰ ਆਈ ਸੀ, ਠੀਕ ਹੈ, 2020 ਨਵੰਬਰ 'ਚ ਆਈ ਸੀ, ਠੀਕ ਹੈ, ਮੀਟੀਓਰ, ਅਤੇ ਮੈਂ ਗਈ ਔਰ ਸੱਚੀ ਮੁੱਚੀ ਬੈਠੀ, ਬਰਾਊਨ ਰੰਗ ਦੀ ਜਿਹੜੀ ਮੇਰੀ ਪਈ ਹੈ ਔਰ ਮੇਰੇ ਪੈਰ ਲੱਗ ਗਏ, ਮੈਂ ਕਿਹਾ ਇਹ ਤਾਂ ਮੇਰੀ ਹੈ, ਇਹ ਤਾਂ ਮੇਰੇ ਵਾਸਤੇ ਬਣਾਈ ਹੈ, ਬਸ ਮੈਂ ਬੁੱਕ ਕਰਤੀ ਨਾਲ ਦੇ ਨਾਲ, ਔਰ ਘੁੰਮਦੇ ਹੋ ਬਾਈਕ 'ਤੇ ਆ ਗਈ ਸੀ, ਮੇਰੇ ਮਿਲ ਗਿਆ, ਅਤੇ ਜਨਵਰੀ 'ਚ ਮੈਂ ਚਲਾਉਣੀ ਸਿੱਖੀ, ਹਾਂ ਚਲਾਉਣੀ ਬਾਅਦ 'ਚ ਸਿੱਖੀ ਜੀ, ਅਤੇ ਹੋ ਗਿਆ 21 ਉਹ ਕੋਵਿਡ, ਅਤੇ ਕੋਵਿਡ ਦੇ ਵਿੱਚ ਹੁਣ ਮੈਂ ਕੀ ਮੀਡੀਆ 'ਤੇ ਬੋਲਾਂ, ਕੋਵਿਡ 'ਚ ਇਕੱਲੀ ਸੜਕਾਂ, ਖਾਲੀ ਸੜਕਾਂ, ਮੋਰਨੀ ਹਿਲਸ, ਆਰਾਮ ਨਾਲ ਹੌਲੀ 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 ਪਹਾੜ 'ਚ ਇਕੱਲੇ ਚਲੀ ਜਾਂਦੀ ਸੀ ਅਤੇ ਨਾਲ ਕਿਸੇ ਫਰੈਂਡ ਨਾਲ ਚਲੀ ਜਾਂਦੀ ਸੀ ਕਿ ਵੀ ਸਿੱਖਣ ਵਾਸਤੇ, ਅਤੇ 6 ਮਹੀਨੇ 'ਚ ਜੂਨ ਦੇ ਵਿੱਚ ਆਈ ਅਤੇ ਮੈਂ ਮਨਾਲੀ ਚਲੀ ਗਈ, ਹਾਂ ਬਾਈਕ 'ਤੇ, ਟ੍ਰੈਕਿੰਗ ਜਾਣਾ ਸੀ ਮਨਾਲੀ ਤੋਂ ਅੱਗੇ ਬ੍ਰਿਗੂ ਲੇਕ ਵਗੈਰਾ, ਅਤੇ ਮੈਂ ਆਪਣਾ ਟ੍ਰੈਕਿੰਗ ਦਾ ਸਮਾਨ ਆਪਣੇ ਬਾਈਕ ਦੇ ਪਿੱਛੇ ਲੱਦਿਆ ਅਤੇ ਮਨਾਲੀ ਚਲੇ ਗਏ। ਫਿਰ ਇਹਦੇ ਨਾਲ ਹੋਰ ਕੌਨਫੀਡੈਂਸ ਖੁੱਲ੍ਹ ਗਿਆ ਅਤੇ ਫਿਰ ਉਸ ਤੋਂ ਬਾਅਦ ਅਕਤੂਬਰ 'ਚ ਮੈਂ ਸੋਲੋ ਟ੍ਰਿਪ 7 ਡੇਜ਼ ਦਾ ਕਸ਼ਮੀਰ ਲਗਾ ਤਾ ਬਾਈਕ 'ਤੇ, ਚਲੇ ਗਏ ਸੋਨਮਰਗ, ਪਹਿਲਗਾਮ, ਬਰਫ਼ ਹੀ ਅਰੂ ਵਾਲੀ ਬਰਫ਼ ਹੀ ਬਰਫ਼, ਓਹੋ ਹੋ ਹੋ,
ਮੈਂ ਦੇਖਾਂ ਇੱਕ ਪਾਸੇ ਬਰਫ਼ਾਂ ਦਾ ਪਹਾੜ, ਇੱਕ ਪਾਸੇ ਖਾਈ, ਉਹ ਜੇਲਮ ਠੰਡਾ ਪਾਣੀ ਹੱਥ ਲਗਾਇਆ ਸੀ ਥੱਲੇ ਉਤਰ ਕੇ ਮੈਂ ਇਹ ਗੱਲਾਂ ਕਰ ਰਹੀ, ਮੈਨੂੰ ਠੰਡ ਹੀ ਲੱਗਣ ਲੱਗ ਪਈ। ਮੈਂ ਕਿਹਾ ਇੱਥੇ ਜੇ ਡਿੱਗੇ ਤਾਂ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਕਿ ਡਿੱਗੇ ਆ। ਪਰ ਦੈਟ ਵਾਜ਼ ਸੋ ਬਿਊਟੀਫੁਲ, ਮਤਲਬ ਕਿ ਉਹ ਉਸਾਂ ਦੀਆਂ ਜਿਹੜੀਆਂ ਮੂਮੈਂਟਸ ਹੈ ਮੇਰੀਆਂ ਇੱਥੇ ਚਾਹੀਦੀਆਂ। ਲਾਈਕ ਮੈਂ ਇੱਕ ਘੰਟਾ ਉਂਝ ਹੀ ਬੈਠੀ ਰਹੀ ਸੀ, ਬਸ ਟੁੱਟ 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 ਕਰ ਰਹੀ ਹਾਂ, ਪਰ ਮਤਲਬ ਕਿ ਦੁਨੀਆ ਦੀ ਜਿਹੜੀ ਮੈਂ ਉਹ ਸਮੇਟ ਕੇ ਸਾਰਾ ਲੈ ਕੇ ਆਈ ਦੀ ਹਾਂ ਨਾ। ਮੈਨੂੰ ਇੰਝ ਲੱਗਦਾ ਰੱਬ ਨੇ ਮੇਰੀ ਦੁਨੀਆ ਬਹੁਤ ਵਧੀਆ ਦੇਖੀ। ਬਹੁਤ ਸ਼ੁਕਰ ਗੁਜ਼ਾਰ ਹਾਂ ਮੈਂ ਰੱਬ ਦਾ, ਜਿਹੜੀ ਮੇਰੀ ਬੇਟੀਆਂ ਉਹ, ਮੈਂ ਕਿਹਾ ਉਹ ਮੈਨੂੰ ਕਹੇਗਾ ਕਿ ਮੈਂ ਤੇਰੀ ਦੁਨੀਆ ਐਡੀ ਵਧੀਆ ਦੇਖੀ, ਕਿ ਤੂੰ ਮੇਰੀ ਦੁਨੀਆ ਦੇਖੀ। ਅਤੇ ਇਸ ਕਰਕੇ ਹੁਣ ਮੇਰਾ ਮੋਟੋ ਹੈ ਰੱਬ ਦੀ ਦੁਨੀਆ ਦੇਖਣੀ, ਜਿੱਥੇ ਜਾ ਸਕਾਂ, ਜਿੰਨਾ ਜਾ ਸਕਾਂ, ਡਿਫਰੈਂਟ ਡਿਫਰੈਂਟ ਜਗ੍ਹਾ 'ਤੇ। ਮੈਂ ਕੇਰਲਾ 'ਚ ਗਈ ਸੀ ਅਤੇ ਮੈਂ ਲੋਕਲ ਬੱਸ 'ਚ ਟਰੈਵਲ ਕੀਤਾ ਸੀ, ਲਾਈਕ ਉਹਨਾਂ ਦੀ ਜਿਹੜੀ ਪਬਲਿਕ ਟਰਾਂਸਪੋਰਟ ਹੈ, ਐਂਡ ਦੈਟ ਇਜ਼ ਵੰਡਰਫੁੱਲ। ਕੇਰਲਾ ਦੀ ਪਬਲਿਕ ਟਰਾਂਸਪੋਰਟ ਇਜ਼ ਵੰਡਰਫੁੱਲ, ਔਰ ਜਿਹੜੇ ਜਾਓ ਮੈਂ ਕਹਿੰਦੀ ਉਹਦੇ 'ਚ ਟਰੈਵਲ ਕਰਿਓ, ਤੁਹਾਨੂੰ ਬੜਾ ਕਨੈਕਟ ਹੋਏਗਾ, ਮਜ਼ਾ ਆਏਗਾ, ਲੋਕਲ ਲੋਕਾਂ ਦਾ ਪਤਾ ਚੱਲਦਾ। ਸੇਮ ਚੀਜ਼ ਨੌਰਥ ਈਸਟ ਵਾਸਤੇ ਵੀ ਮੈਂ ਕਹਾਂਗੀ, ਦੈਟ ਇਜ਼ ਆਲਸੋ ਲਾਈਕ ਤੁਸੀਂ ਐਕਸਪਲੋਰ ਕਰਨਾ ਕਿਸੇ ਜਗ੍ਹਾ ਨੂੰ ਨਾ, ਅਤੇ ਉਹਨਾਂ ਦੇ ਜਨਰਲ ਜੋ ਲੋਕ ਹੈ ਪਿੰਡ ਦੇ ਲੋਕ ਹੈ, ਹੋਮ ਸਟੇਜ਼ 'ਚ ਹੈਗੇ ਹੈ, ਅਤੇ ਤੁਸੀਂ ਉੱਥੇ ਜਾ ਕੇ ਮਿਲੋ ਤਾਂ ਤੁਹਾਨੂੰ ਜ਼ਿਆਦਾ ਪਤਾ ਚੱਲਦਾ। 5-star ਹੋਟਲ 'ਚ ਰਹਿ ਲਿਆ, ਬਾਈ ਏਅਰ ਉਤਰੇ, ਉੱਥੋਂ ਹੀ ਵਾਪਸ ਆ ਗਏ, ਤੁਸੀਂ ਦੇਖਿਆ ਕੀ, ਤੁਸੀਂ ਤਾਂ 5-star ਹੋਟਲ ਸਾਰੇ ਹੀ ਸੇਮ ਹੁੰਦੇ ਆ, ਸਾਰੀ ਦੁਨੀਆ ਦੇ ਸੇਮ ਹੁੰਦੇ। ਤੁਸੀਂ ਕਿਸੇ ਡਾਂਸ ਰਿਐਲਿਟੀ ਸ਼ੋਅ ਦੇ ਵਿੱਚ ਵੀ ਹਿੱਸਾ ਲਿਆ ਕਦੇ? ਮੈਂ ਹੁਣ ਡਾਂਸ ਦੀਵਾਨੇ 'ਚ ਪਾਰਟੀਸਪੇਟ ਕੀਤੇ ਦਾ, ਅਤੇ 24th ਨੂੰ ਮੇਰਾ 3rd ਰਾਊਂਡ ਹੈ ਦਿੱਲੀ 'ਚ, ਅਤੇ ਬੈਸਟ ਆਫ ਲੱਕ ਕਹਿ ਦਿਓ, ਬੈਸਟ ਆਫ ਲੱਕ, ਠੀਕ ਹੈ। ਹੁਣ ਦੇਖਦੇ ਹਾਂ ਤੁਹਾਡੇ ਬੈਸਟ ਆਫ ਲੱਕ 'ਚ ਕਿੰਨਾ ਦਮ ਹੈ, ਤੁਸੀਂ ਮੈਨੂੰ ਦੇਖਦੇ ਹੋ ਜਨਵਰੀ 'ਚ ਕਿ ਨਹੀਂ? ਇਸ ਤੋਂ ਪਹਿਲਾਂ ਵੀ ਕਿਸੇ ਰਿਐਲਿਟੀ ਸ਼ੋਅਜ਼ ਦੇ ਵਿੱਚ ਤੁਸੀਂ ਗਏ ਹੋਏ ਹੋ? ਹਾਂ, ਮੇਰੇ ਖਿਆਲ 2-2.5 ਸਾਲ ਪਹਿਲੇ ਇੱਕ ਹੋਰ ਸੀ, ਉੱਥੇ ਵੀ ਗਈ ਸੀ ਮੈਂ। ਮਤਲਬ ਵਧੀਆ ਜ਼ਿੰਦਗੀ ਜੀ ਰਹੇ ਹੁਣ ਨੀਰੂ ਸੈਣੀ ਜੀ? ਹਾਂ, ਉਹ ਉੱਥੇ ਉਹਨਾਂ ਨੇ ਕੁਐਸਚਨ ਇੱਕ ਗਲਤ ਪੁੱਟ ਕਰ ਦਿੱਤਾ ਸੀ ਮੈਨੂੰ, ਕਹਿੰਦੇ ਕਿ ਤੁਸੀਂ ਸਾਇੰਸ ਟੀਚਰ ਹੋ, ਬੱਚੇ ਤੁਹਾਨੂੰ ਟੀਵੀ 'ਤੇ ਦੇਖਣਗੇ ਅਤੇ ਕੀ ਇੰਪ੍ਰੈਸ਼ਨ ਰਹੇਗਾ। ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਿਆ ਕਿ ਮੈਂ ਕਿਹਾ ਸਭ ਤੋਂ ਪਹਿਲੇ ਤੁਸੀਂ ਡਾਂਸ ਦੇ ਲਾਈਕ ਹੋ, ਔਰ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਹਿ ਸਕਦੇ ਹੋ? ਘੱਟ ਤੋਂ ਘੱਟ ਬਾਕੀ ਦੁਨੀਆ ਜੇ ਕੁਛ ਬੋਲੇ ਤਾਂ ਸਮਝ ਲੱਗਦੀ ਹੈ, ਮੇਰੀ ਨਜ਼ਰ 'ਚ ਪੁੱਛੋ ਤਾਂ ਮੈਂ ਸਾਇੰਸ ਦੀ ਟੀਚਰ ਹਾਂ, ਵਿੱਦਿਆ ਦੀ ਦੇਵੀ ਹੁੰਦੀ ਹੈ ਸਰਸਵਤੀ, ਔਰ ਨ੍ਰਿਤਯ ਦੀ ਦੇਵੀ ਵੀ ਸਰਸਵਤੀ, ਕਲਾ ਹੈ, ਠੀਕ ਹੈ, ਪੈਸ਼ਨ ਹੈ। ਮੈਨੂੰ ਪੁੱਛੋ ਤਾਂ ਮੈਨੂੰ ਪਤਾ ਨਾ ਮੈਂ ਕਿੰਨੀ ਪੈਸ਼ਨੇਟ ਹਾਂ, ਕਿੰਨਾ ਸਕੂਨ ਮਿਲਦਾ। ਜਿਸ ਦਿਨ ਮੈਨੂੰ ਤੇਰੇ ਨਾਲ ਬਹੁਤ ਗੁੱਸਾ, ਬੜੀ ਲੜਾਈ ਹੋਈ ਤੇਰੇ ਨਾਲ, ਠੀਕ ਹੈ, ਗੁੱਸਾ ਚੜ੍ਹਦਾ, ਮੈਂ ਵਾਪਸ ਆ ਕੇ ਆਪਣਾ ਡਾਂਸ ਕਰ ਲਾਂ, ਮੇਰਾ ਸਾਰਾ ਗੁੱਸਾ ਖਤਮ ਹੋ ਜਾਂਦਾ। ਉਸ ਤੋਂ ਬਾਅਦ ਤੂੰ ਫੋਨ ਕਰ ਲੈ, ਸਾਰੇ ਕੰਮ ਕਰਾ ਲੈ, ਕੋਈ ਗੱਲ ਨਹੀਂ, ਮਤਲਬ ਕਿ ਮੇਰੇ ਕੋਈ ਦੁਸ਼ਮਣ ਹੀ ਨਹੀਂ ਰਹਿੰਦਾ। ਹਾਂ, ਮੈਂ ਭੁੱਲ ਜਾਂਦੀ ਹਾਂ, ਔਰ ਮੇਰਾ ਦਿਲ ਵੀ ਨਹੀਂ ਕਰਦਾ ਫਿਰ ਅੱਗੇ ਕਿ ਦੁਸ਼ਮਣੀ ਕੀ ਮੇਨਟੇਨ ਕਰਨੀ ਹੈ, ਦੋਸਤੀ ਮੇਨਟੇਨ ਕਰਨ ਦਾ ਟਾਈਮ ਘੱਟ ਬਚੇਦਾ। ਤੁਸੀਂ ਜਿੰਨੇ ਦੋਸਤ ਆਪਣੇ ਐਗਜੈਕਟਲੀ ਗਿਣ ਲਓ, ਤੁਸੀਂ ਉਹਨਾਂ ਨਾਲ ਮਿਲ ਨਹੀਂ ਪਾ ਰਹੇ ਹੋ, ਪੂਰਾ ਅੱਛਾ ਟਾਈਮ ਨਹੀਂ ਬਿਤਾ ਪਾ ਰਹੇ ਹੋ, ਅਤੇ ਬੁਰੀ ਚੀਜ਼ਾਂ ਰੱਖਣ ਦਾ ਕਿਉਂ ਟਾਈਮ ਕੱਢ ਲੈਂਦੇ ਹੋ, ਉਹਨੂੰ ਛੱਡ ਦਿਓ। ਬਸ ਇਹ ਕਿ ਜਿਹੜਾ ਕੋਈ ਤੰਗ ਕਰਦਾ ਜ਼ਿਆਦਾ, ਉਹਨੂੰ ਮੈਂ ਪਿੱਛੇ ਹਟ ਜਾਂਦੀ ਹਾਂ, ਮੈਂ ਬੁਰਾ ਨਹੀਂ ਕਰਨਾ ਚਾਹੁੰਦੀ ਕਿਸੇ ਦਾ ਵੀ ਕਦੀ ਵੀ, ਅਤੇ ਮੈਂ ਪਿੱਛੇ ਹਟ ਜਾਂਦੀ ਹਾਂ। ਦੈਨ ਆਈ ਜਸਟ ਸਟੇ ਲਾਈਕ ਕਿ ਵੀ ਅੱਛਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ, ਠੀਕ ਹੈ ਨਾ। ਅਤੇ ਜਿਹੜਾ ਤੁਹਾਡੇ ਨਾਲ ਬਹੁਤ ਬੁਰਾ ਕਰ ਰਿਹਾ, ਉਹਨੂੰ
ਆਪਣੀ ਲਾਈਫ ਤੋਂ ਪਰੇ ਕਰ ਦਿਓ। ਜਾਂਦੇ ਜਾਂਦੇ ਮੈਮ ਕੁਝ ਇਹੋ ਜਿਹਾ ਆਪਣੇ ਬਾਰੇ ਦੱਸਣਾ ਚਾਹੁੰਦੇ ਹੋ ਜਿਹੜਾ ਮੈਂ ਸਵਾਲ ਦੇ ਤੌਰ ਤੇ ਤੁਹਾਨੂੰ ਨਾ ਪੁੱਛਿਆ ਹੋਵੇ? ਸਾਰਾ ਸਭ ਕੁਝ ਜਾਣ ਲਿਆ ਸੀ ਤੁਹਾਡੇ ਕੋਲੋਂ? ਨਹੀਂ ਨਹੀਂ, ਹਲੇ ਬਹੁਤ ਕੁਛ ਹੈ ਜਿਹੜਾ ਤੁਸੀਂ ਨਹੀਂ ਪਤਾ, ਦੱਸਦੇ ਹੋ ਤੁਸੀਂ। ਚਲੋ, ਮੇਰੇ ਹਿਸਾਬ ਨਾਲ ਦੁਨੀਆ ਸਾਰੀ ਬਹੁਤ ਪੈਸੇ ਪਿੱਛੇ ਬਹੁਤ ਬਹੁਤ ਦੌੜਦੀ ਹੈ। ਨਹੀਂ, ਇਹ ਤਾਂ ਤੱਕ ਤੁਸੀਂ ਮਤਲਬ ਕਿ ਜਿਹੜਾ ਗਰੀਬ ਬੰਦਾ ਹੈ ਉਹ ਜੇ ਪੈਸੇ ਪਿੱਛੇ ਦੌੜ ਰਿਹਾ ਨਾ, ਮੈਨੂੰ ਸਮਝ ਲੱਗਦੀ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਹੈ। ਕੋਈ ਘਰ 'ਚ ਬਿਮਾਰ ਪੈਂਦਾ, ਉਹ ਵਧੀਆ ਟ੍ਰੀਟਮੈਂਟ ਨਹੀਂ ਕਰਾ ਪਾਉਂਦੇ, ਉਹਨਾਂ ਦੇ ਘਰ ਦੇ ਬੱਚੇ ਆ ਉਹ ਵਧੀਆ ਐਜੂਕੇਸ਼ਨ ਨਹੀਂ ਲੈ ਪਾ ਰਹੇ, ਜਿੰਨੇ ਮੈਕਸੀਮਮ ਲੈ ਸਕਦੇ ਉਨੀ ਨਹੀਂ ਲੈ ਪਾ ਰਹੇ। ਚਲੋ, ਉਹ ਮੈਨੂੰ ਸਮਝ ਲੱਗਦੀ ਹੈ ਉਹਨਾਂ ਵਾਸਤੇ ਪੈਸਾ ਕਾਫੀ ਵੱਡੀ ਚੀਜ਼ ਹੈਗੀ, ਪਰ ਜਿਨ੍ਹਾਂ ਦੇ ਕੋਲ ਬੇਇੰਤਿਆ ਪੈਸਾ ਹੈ ਉਹ ਵੀ ਮਤਲਬ ਕਿ ਮਨੀ ਮਾਇੰਡਡ ਹੀ ਸਾਰੇ ਹੈਗੇ ਹੈ, ਇਹ ਚੀਜ਼ ਮੈਨੂੰ ਅੱਛੀ ਨਹੀਂ ਲੱਗਦੀ। ਲਾਈਕ ਇਨਸਾਨੀਅਤ ਉਸ ਤੋਂ ਵੱਡੀ ਹੋਣੀ ਚਾਹੀਦੀ ਹੈ, ਔਰ ਉਸ ਤੋਂ ਵੀ ਵੱਡਾ ਹੋਣਾ ਚਾਹੀਦਾ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ। ਲਾਈਕ ਜਦੋਂ ਤੁਸੀਂ ਆਪਣਾ ਖਿਆਲ ਰੱਖੋਗੇ ਨਾ, ਫਿਰ ਤੁਸੀਂ ਆਪਣਾ ਦਿਆਂ ਵੀ ਖਿਆਲ ਰੱਖੋਗੇ, ਤੁਸੀਂ ਫੀਲਿੰਗਸ ਦਾ ਵੀ ਖਿਆਲ ਰੱਖੋਗੇ। ਦੈਟ ਇਜ਼ ਵੈਰੀ ਇੰਪੋਰਟੈਂਟ ਥਿੰਗਸ, ਜਿਹਨੂੰ ਤੁਸੀਂ ਇਗਨੋਰ ਕੀਤੇ ਦਾ ਕਮਾ ਕੇ। ਮੇਰੇ ਆਪਣੇ ਹਿਸਾਬ ਨਾਲ ਮੈਂ ਜ਼ਿਆਦਾਤਰ ਲੋਕ ਕੀ ਦੇਖੇ ਆ, 20s ਵਾਲੇ ਤਾਂ ਮਸਤੀ ਨਾਲ ਹੀ ਜਿਉਂਦੇ ਆ, 30s ਵਾਲੇ ਕਮਾਉਣ ਲੱਗਦੇ ਆ, ਠੀਕ ਹੈ, ਔਰ ਬੜਾ ਪੈਸਾ ਕਮਾਉਂਦੇ ਆ, 40s 'ਚ ਆਪਣੇ ਸੁਪਨੇ ਪੂਰੇ ਕਰਨ ਲੱਗ ਜਾਂਦੇ ਆ, ਆਲਮੋਸਟ ਮੋਸਟਲੀ ਕੋਠੀਆਂ ਕਾਰਾਂ ਲੈ ਚੁੱਕੇ ਹੁੰਦੇ ਆ, ਠੀਕ ਹੈ, ਹੁਣ ਪ੍ਰਾਊਡ ਮੂਮੈਂਟ ਆ ਗਈਆਂ ਉਹਨਾਂ ਦੀਆਂ, ਗਰੂਰ ਆ ਗਿਆ, ਮੇਰੇ ਕੋਲ ਇੰਨਾ, ਮੇਰੇ ਕੋਲ ਇੰਨਾ, ਮੇਰੇ ਬੱਚੇ ਵੀ ਇੰਨੇ ਹੋ ਗਏ, ਠੀਕ ਹੈ, ਉਹ ਵਾਲੀ ਸਟੇਜ ਆ ਗਈ। 50s 'ਚ ਜਦ ਤੱਕ ਪਹੁੰਚਦੇ, ਜਦ ਤੱਕ ਤੁਸੀਂ ਰੀਅਲ 'ਚ ਉਹਨਾਂ ਚੀਜ਼ਾਂ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਮੈਂ ਹੁਣ ਅਚੀਵ ਕਰ ਲਈਆਂ, ਹੁਣ ਇੰਜੋਏ ਕਰਨ ਦਾ ਟਾਈਮ ਹੈ, ਤਦ ਤੱਕ ਤੁਹਾਡੀ ਸਿਹਤ ਰਹਿੰਦੀ ਨਹੀਂ ਇੰਜੋਏ ਕਰਨ ਵਾਲੀ। ਤੁਸੀਂ ਘੁੰਮਣ ਕਦੋਂ ਜਾਓਗੇ? ਜਾਓਗੇ ਤਾਂ ਸਿਰਫ ਮਤਲਬ ਕਿ ਟਰੈਕਿੰਗ ਕਰ ਸਕਦੇ ਹੋ ਤੁਸੀਂ, ਮੈਨੂੰ ਦੱਸੋ, ਜਿਨ੍ਹਾਂ ਦੇ ਗੋਡੇ ਨਹੀਂ ਹੈਗੇ, ਜਿਨ੍ਹਾਂ ਦੀ ਕਮਰ ਨਹੀਂ ਹੈਗੀ, ਜਿਨ੍ਹਾਂ ਦੇ ਮਤਲਬ ਕਿ ਪ੍ਰੋਬਲਮਸ ਹੈ ਕਾਫੀ। ਹੁਣ ਇਹ ਨਹੀਂ ਮੈਂ ਕਹਿ ਰਹੀ ਕਿ ਵੀ ਮੈਨੂੰ ਪ੍ਰੋਬਲਮਸ ਨਹੀਂ ਆਉਂਦੀਆਂ, ਮੈਨੂੰ ਵੀ ਪ੍ਰੋਬਲਮਸ ਆਉਂਦੀਆਂ। ਮੈਨੂੰ 2014 'ਚ ਮੈਨੂੰ ਸਲਿਪ ਡਿਸਕ ਹੋ ਗਿਆ ਸੀ, 2018 'ਚ ਰੀਅਕਰ ਹੋ ਗਿਆ, ਅਤੇ ਫਿਰ ਮੇਰਾ ਐਕਸੀਡੈਂਟ ਵੀ ਸਾਈਕਲ ਨਾਲ ਹੋਇਆ, ਮੇਰਾ ਬਾਈਕ ਤੋਂ ਵੀ ਹੋਏਗਾ, ਅਤੇ ਉਹਦੇ ਕਰਕੇ ਏਲਮੈਂਟਸ ਆਉਂਦੀਆਂ, ਔਰ ਮੈਨੂੰ ਹੈ ਮੇਰੀ ਸ਼ੈਟਿਕ ਪੇਟ ਜਿਹੜੀ ਪ੍ਰੋਬਲਮ ਕਰਦੀ ਹੈ ਮੈਨੂੰ, ਅਤੇ ਆਈ ਹੈਵ ਟੂ ਲੁੱਕ ਆਫਟਰ ਦੈਟ ਥਿੰਗਸ। ਅਤੇ ਮੈਂ ਰੈਗੂਲਰ ਸਵੇਰੇ ਉੱਠਣ ਤੋਂ ਪਹਿਲੇ ਆਪਣੀ ਸਭ ਤੋਂ ਪਹਿਲੇ ਜਿਸ ਰੱਬ ਨੂੰ ਇਬਾਦਤ ਕਰਨੀ ਆ, ਆਪਣੀ ਇਬਾਦਤ ਕਰਦੀ ਹਾਂ, ਆਪਣੇ ਸਰੀਰ ਦੀ ਇਬਾਦਤ ਕਰਦੀ ਹਾਂ, ਉਹ ਧਿਆਨ ਰੱਖੋਗੇ ਤੁਹਾਨੂੰ ਆਪਣੇ ਆਪ ਹੀ ਆਪਣੇ ਸਾਰੇ ਲੋਕ ਹੈ ਜਿਹੜੇ ਉਹ ਅੱਛੇ ਲੱਗਣ ਲੱਗ ਜਾਣਗੇ, ਕੀ ਉਹਨਾਂ ਦੀਆਂ ਪ੍ਰੋਬਲਮਸ ਹੈ ਉਹ ਸਮਝ ਲੱਗ ਜਾਣਗੀਆਂ। ਲੇਡੀਜ਼ ਕਹਿੰਦੀਆਂ ਟਾਈਮ ਹੀ ਨਹੀਂ ਹੈਗਾ, ਸਵੇਰੇ ਦੁਪਹਿਰੀ ਸ਼ਾਮੀ ਰਾਤੀ ਰੋਟੀ 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 ਤੋਂ ਰਸੋਈ ਤੋਂ ਹੀ ਨਹੀਂ ਬਾਹਰ ਅਸੀਂ ਆਉਂਦੀਆਂ, 1 ਘੰਟਾ ਕਿੱਥੋਂ ਕੱਢੀਏ? ਤੁਸੀਂ ਕਹਿੰਦੇ 1 ਘੰਟਾ ਕੱਢੋ, ਅਤੇ ਦੈਟ ਇਜ਼ ਸੋ ਬੈਡ। ਫਿਰ ਇਹ ਹਸਬੈਂਡ ਸੋਚਣ, ਬੇਟੇ ਸੋਚਣ, ਬੇਟੀਆਂ ਸੋਚਣ, ਕੰਮ ਡਿਸਟ੍ਰੀਬਿਊਟ ਕਰੋ, ਆਦਮੀ ਵੀ ਤੁਸੀਂ ਜਾ ਕੇ ਬੇਟਾ ਕਿਚਨ 'ਚ ਜਾ ਕੇ ਕੰਮ ਕਰੋ, ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਮੋਸਟ ਹਾਈਐਸਟ ਜਿਹੜੇ ਟੈਲੈਂਟਡ ਸ਼ੈਫ ਨੇ ਉਹ ਮੇਲਸ ਵੀ ਹੁੰਦੇ ਨੇ, ਯਾਰ ਮੇਲਸ ਜ਼ਿਆਦਾ ਹੁੰਦੇ ਨੇ, ਅਤੇ ਤੁਸੀਂ ਕਰ ਸਕਦੇ ਹੋ। ਤੁਸੀਂ ਆਪਣੇ ਘਰ ਜਾ ਕੇ ਆਪਣੀ ਮੰਮੀ ਨੂੰ ਕਹੋ ਅੱਜ ਦੀ ਲਾਂਡਰੀ ਮੈਂ ਕਰਨੀ ਹੈ, ਕੱਪੜੇ ਮੈਂ ਧੋ ਕੇ ਮੈਂ ਸੁੱਕਣੇ ਪਾਉਣਾ, ਤੁਸੀਂ ਮਰਦ ਘੱਟ ਨਹੀਂ ਬਣੋਗੇ, ਬਰਾਬਰ ਦੇ ਰਹੋਗੇ। ਜੇ ਮੇਰੇ ਹਿਸਾਬ ਨਾਲ ਜਿਹੜਾ ਰੀਅਲ 'ਚ ਲੇਡੀ ਨੂੰ ਅੱਗੇ ਕਰ ਪਾ ਸਕੇ ਔਰ ਉਹਨੂੰ ਪ੍ਰੋਗਰੈਸ ਕਰਵਾ ਦੇ, ਦੈਟ ਇਜ਼ ਰੀਅਲ ਮਰਦ। ਤੁਸੀਂ ਤਾਂ ਸਾਰੇ ਦਬਾ ਦਬਾ ਕੇ ਆਪਣੀ ਮਸਕੂਲਰ ਪਾਵਰ ਦਿਖਾ ਕੇ ਜੇ ਤੁਸੀਂ ਮਰਦ ਬਣੇ ਤਾਂ ਨਾ ਮਰਦੀ ਹੈ, ਦੈਟ ਇਜ਼ ਨਹੀਂ।
ਉਹ ਮੇਰੀ ਚੀਜ਼ ਨਹੀਂ ਹੈ। ਸੋ ਇਹ ਲਾਈਫ ਦੀਆਂ ਚੀਜ਼ਾਂ ਨੂੰ ਦੇਖ ਸਕੋ, ਫਿਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੋਰ ਬਹੁਤ ਸਾਰੀਆਂ ਮੈਂ ਕੰਮ ਕਰਨਾ ਚਾਹੁੰਦੀ ਹਾਂ। ਬੇਟਾ ਤੁਹਾਨੂੰ ਮੈਂ ਕੀ ਬੋਲਾਂ, ਕੀਤਾ ਵੀ ਸੀ ਸ਼ੁਰੂ ਪਰ ਫਿਰ ਮੈਂ ਮੈਨੂੰ ਰੋਕ ਦਿੱਤਾ ਗਿਆ, ਮੈਂ ਰੁਕ ਗਈ। ਜਿਸ ਤਰ੍ਹਾਂ ਪ੍ਰੋਸਟੀਚਿਊਟਸ ਨੇ, ਠੀਕ ਹੈ, ਆਈ ਵਾਂਟ ਕਿ ਵੀ ਉਹਨਾਂ ਨੂੰ ਸਟਰੀਮ ਮੇਨ ਸਟਰੀਮ ਲਾਈਨ 'ਚ ਲਿਆਉਣਾ ਚਾਹੀਦਾ ਹੈ। ਉਹਨਾਂ ਨੂੰ ਜਿਹੜਾ ਉੱਥੇ ਰੈੱਡ ਲਾਈਟ ਏਰੀਆ 'ਚ ਪਹੁੰਚ ਗਈਆਂ, ਉਹ ਬਾਹਰ ਕਿਉਂ ਨਹੀਂ ਨਿਕਲ ਸਕਦੀਆਂ, ਉਸ ਧੰਦੇ ਤੋਂ ਬਾਹਰ ਕਿਉਂ ਨਹੀਂ ਆ ਸਕਦੀਆਂ। ਦੈਟ ਇਜ਼ ਵੈਰੀ ਪੇਨਫੁਲ ਫੋਰ ਮੀ। ਲਾਈਕ ਪਹੁੰਚਦੀਆਂ ਵੀ ਕਈ ਵਾਰੀ ਕਿਸ ਤਰ੍ਹਾਂ ਹੈਗੀਆਂ, ਲਾਈਕ ਛੋਟੇ ਛੋਟੀਆਂ ਬੱਚੀਆਂ ਨੂੰ ਉੱਥੇ ਪਹੁੰਚਾ ਦਿਆ ਜਾਂਦਾ। ਛੋਟੀ ਬੱਚੀ ਹੁਣ ਸਕੂਲ ਜਾਣੀ ਚਾਹੀਦੀ ਹੈ, ਉੱਥੇ ਪਹੁੰਚਾਤੀ, ਉਹਦੀ ਗਲਤੀ ਨਹੀਂ, ਠੀਕ ਹੈ। ਉਹਨੂੰ ਜ਼ਬਰਦਸਤੀ ਉੱਥੇ, ਹੁਣ ਉਹਨੂੰ ਮੌਕਾ ਲਾਈਫ ਦਾ ਕਿਸ ਤਰ੍ਹਾਂ ਮਿਲੇਗਾ ਜੇ ਤੁਸੀਂ ਉਹਨੂੰ ਉੱਥੋਂ ਬਾਹਰ ਜਾਣ ਦੀ ਇਜਾਜ਼ਤ ਹੀ ਨਹੀਂ ਦਿਓਗੇ। ਦੈਟ ਇਜ਼ ਇਸ ਦੀਆਂ ਚੀਜ਼ਾਂ ਜਿਹੜੀਆਂ ਜਿਹੜੀ ਇਨਸਾਨੀਅਤ, ਦੈਟ ਇਜ਼ ਵੈਰੀ ਪੇਨਫੁਲ ਫੋਰ ਮੀ। ਇੱਥੇ ਸਮਾਜ ਨੂੰ ਧਿਆਨ ਦੇਣ ਦੀ ਲੋੜ ਹੈ ਜਾਂ ਫਿਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ? ਯਾਦ ਹੈ, ਰੈੱਡ ਲਾਈਟ ਏਰੀਆ ਬੰਦ ਕਰੋ, ਜੇ ਨਹੀਂ ਬੰਦ ਕਰ ਸਕਦੇ ਤਾਂ ਲੀਗਲਾਈਜ਼ ਕਰ ਦਿਓ। ਲੀਗਲਾਈਜ਼ ਕਰਨ ਦਾ ਮਤਲਬ ਹੈ, ਵੈਸੇ ਤਾਂ ਫੋਰਮੋਸਟ ਬੰਦ ਹੋਣਾ ਚਾਹੀਦਾ, ਠੀਕ ਹੈ, ਜੇ ਨਹੀਂ ਕਰ ਸਕਦੇ ਬੰਦ, ਅਤੇ ਫਿਰ ਲੀਗਲਾਈਜ਼ ਦਾ ਮਤਲਬ ਪਿੰਪਸ, 500-1000 ਰੁਪਏ ਦਾ ਰੇਟ, 800 ਪਿੰਪ ਖਾਏਗਾ, 200 ਰੁਪਏ ਉਸ ਲੇਡੀ ਨੂੰ ਦਿੱਤਾ ਜਾਏਗਾ। 35-40 ਨਹੀਂ ਤਾਂ ਮੈਕਸੀਮਮ 42-43 ਦੀ ਉਮਰ 'ਚੋਂ ਮਰ ਜਾਂਦੀ ਹੈ ਬਿਮਾਰੀਆਂ ਨਾਲ। ਉਹਦੇ ਬੱਚੇ ਕਿੱਥੇ ਜਾਣਗੇ? ਲੜਕਾ ਕੀ ਬਣੇਗਾ? ਗੁੰਡਾ। ਲੜਕੀ ਕੀ ਬਣੇਗੀ? ਉਹ ਵੀ ਵਿਚਾਰੀ ਉੱਥੇ ਹੀ ਕੰਮ ਕਰੇਗੀ। ਯੂ ਹੈਵ ਟੂ ਅੰਡਰਸਟੈਂਡ ਦੈਟ ਫੁੱਲ ਚੀਜ਼। ਜੋ ਇਸ ਜਾਲ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੇ ਕਈ ਵਾਰ ਪ੍ਰਦਰਸ਼ਨ ਕੀਤਾ, ਉਹਨਾਂ ਨੇ ਕਿਹਾ ਨਹੀਂ ਤਾਂ ਸਰਕਾਰ ਸਾਨੂੰ ਨੌਕਰੀਆਂ ਦੇ ਦੇਵੇ, ਨਹੀਂ ਤਾਂ ਫਿਰ ਇਹਨੂੰ ਲੀਗਲ ਕਰ ਦੇਵੇ। ਹਾਂ, ਮੇਰੇ ਹਿਸਾਬ ਨਾਲ ਇਹੀ ਹੋਣਾ ਚਾਹੀਦਾ, ਜਾਂ ਤੁਸੀਂ ਪੂਰਾ ਬੰਦ ਕਰੋ। ਬੰਦ ਕੌਣ ਕਰਨ ਦੇਗਾ? ਉਹਨਾਂ ਕੋਲ ਕੌਣ ਜਾਂਦਾ ਪਿਆ? ਉਹਨਾਂ ਕੋਲ ਉਹੀ ਖੁਦ ਹੀ ਥੋੜ੍ਹੀ ਜਾ ਰਹੇ ਹੈ, ਉਹਨਾਂ ਕੋਲ ਤਾਂ ਨੋਰਮਲ ਸੋਸਾਇਟੀ ਦੇ ਵਿੱਚੋਂ ਲੋਕ ਉੱਠ ਕੇ ਜਾ ਰਹੇ, ਠੀਕ ਹੈ ਨਾ, ਉਹ ਕਿੱਥੇ ਜਾਣਗੇ ਫਿਰ, ਠੀਕ ਹੈ। ਔਰ ਉਹੀ ਬੈਠੇ ਦੇ ਸਾਰੀ ਗੌਰਮੈਂਟ ਵਗੈਰਾ ਜਿਹੜੀ ਹੈ, ਕੋਈ ਜਿਹੜੀ ਪਾਵਰ ਹੈ, ਉਹਨਾਂ ਵਿੱਚੋਂ ਹੀ ਬੰਦੇ ਹੈ ਸਾਰੇ। ਸੋ ਇਹ ਸਭ ਮਿਲੀਏ, ਜੇ ਤੁਸੀਂ ਨਹੀਂ ਬੰਦ ਕਰ ਸਕਦੇ ਤਾਂ ਲੀਗਲਾਈਜ਼ ਕਰ ਦਿਓ ਫਿਰ, ਓਕੇ, ਫਿਰ ਲੀਗਲਾਈਜ਼ ਕਰੋ। ਸਿਗਰਟ ਵੀ ਕੀਤੀ ਦੀ ਹੈ ਨਾ ਤੁਸੀਂ ਲੀਗਲਾਈਜ਼, ਉੱਤੇ ਲਿਖੇਦਾ ਕਿ ਦੈਟ ਇਜ਼ ਇੰਜੂਰੀਅਸ ਟੂ ਹੈਲਥ, ਔਰ ਉਸ ਤੋਂ ਬਾਅਦ ਤੁਸੀਂ ਸਿਗਰਟ ਵੇਚ ਰਹੇ ਹੋ, ਸ਼ਰਾਬ ਵੀ ਵਿਕਵਾ ਰਹੇ ਹੋ, ਪ੍ਰੋਪਰ ਲਾਈਸੈਂਸ ਦਿੰਦੇ ਹੋ, ਇਹਦਾ ਵੀ ਲਾਈਸੈਂਸ ਦੇ ਦਿਓ, ਠੀਕ ਹੈ, ਔਰ ਨਾਲ ਦੱਸ ਦਿਓ ਕਿ ਵੀ ਸੱਚ ਥਿੰਗਸ ਕੈਨ ਤੁਹਾਨੂੰ ਲੀਡ ਡਿਜ਼ੀਜ਼ ਵੀ ਕਰ ਸਕਦੇ ਹੈ। ਮੀਨਸ ਦੇ ਆਰ ਫੋਰਸਡ ਨੋਟ ਟੂ ਯੂਜ਼ ਕੌਂਡੋਮਸ। ਉਹ ਵਿਚਾਰੀਆਂ ਕਿੱਥੇ ਜਾਣਗੀਆਂ? ਲਾਈਕ ਇਟ ਇਜ਼ ਸੋ ਪਿਟੀ, ਦੁਨੀਆ ਇੰਨੀ ਬੇਦਰਦ ਹੈ ਨਾ ਕੁਛ ਚੀਜ਼ਾਂ ਨਾਲ। ਦੇ ਆਰ ਇਨਸਾਨੀਅਤ ਹੈ ਹੀ ਨਹੀਂ, ਇਨਸਾਨ ਸਭ ਤੋਂ ਗੰਦਾ ਜਾਨਵਰ, ਸਭ ਤੋਂ ਗੰਦਾ ਜਾਨਵਰ ਜਿੱਥੇ ਇੱਥੇ ਆਉਂਦਾ, ਅਤੇ ਜਿਹੜੇ ਫਿਰ ਵੀ ਦੁਨੀਆ ਟਿਕੀ ਦੀ ਹੈ ਅਤੇ ਕੁਛ ਅੱਛੇ ਲੋਕਾਂ ਕਰਕੇ ਟਿਕੀ ਦੀ ਹੈ, ਅਤੇ ਫਿਰ ਉਹ ਚੀਜ਼ਾਂ ਨਿਕਲਣੀਆਂ ਚਾਹੀਦਾ ਬਾਹਰ, ਉਹਨਾਂ ਦੀ ਆਵਾਜ਼ ਆਉਣੀ ਚਾਹੀਦੀ ਹੈ। ਮੈਂ ਇੱਕ ਵਾਰੀ ਛੋਟਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਫਿਰ ਆਪਣਿਆਂ ਨਾਲ ਹੀ ਮਨਾ ਕਰ ਦਿੱਤਾ ਸੀ ਕਿ ਵੀ ਨਹੀਂ, ਇਹ ਚੀਜ਼ ਡੇਂਜਰਸ ਹੈ, ਲੋਕ ਨਹੀਂ। ਪਰ ਹੁਣ ਮੈਨੂੰ ਲੱਗਦਾ ਕਿ ਉਸ ਵੇਲੇ ਮੇਰੇ ਬੱਚੇ ਛੋਟੇ ਸੀ ਅਤੇ ਮੈਂ ਨਹੀਂ ਕਰ ਸਕਦੀ ਸੀ। ਹੁਣ ਆਉਣ ਨੂੰ ਲੱਗਦਾ ਕਿ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਇਹਦੇ ਬਾਰੇ ਬਹੁਤ ਕੰਮ ਕਰਨਾ ਚਾਹਾਂਗੀ, ਮੈਨੂੰ ਖੁਸ਼ੀ ਮਿਲੇਗੀ, ਮੇਰਾ ਲਾਈਫ ਦਾ ਪਰਪਸ ਯੂਜ਼ਫੁੱਲ ਲੱਗੇਗਾ। ਸ਼ੁਕਰੀਆ, ਬੜਾ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਨੀਰੂ ਸੈਣੀ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਤਮਾਮ ਜਿਹੜੇ ਇਹਨਾਂ ਨੂੰ ਅਸੀਂ ਸਵਾਲ ਪੁੱਛੇ
ਹਾਲਾਂਕਿ ਇਹਨਾਂ ਦੇ ਕਰੀਅਰ ਨੂੰ ਲੈ ਕੇ ਜਾਂ ਇਹਨਾਂ ਦੇ ਸ਼ੌਂਕ ਨੂੰ ਲੈ ਕੇ ਉਹ ਵੀ ਇਹਨਾਂ ਨੇ ਜਿਹੜੀ ਗੱਲਬਾਤ ਹੈ ਖੁੱਲ੍ਹ ਕੇ ਕੀਤੀ। ਇਸ ਤੋਂ ਇਲਾਵਾ ਜੋ ਸਮਾਜ ਦੇ ਵਿੱਚ ਕੁਰੈਤੀਆਂ ਨੇ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਜਿਹੜੀਆਂ ਆਪਣਾ ਪੱਖ ਹੈ ਜੋ ਗੱਲਾਂ ਬਾਤਾਂ ਨੇ ਉਹ ਵੀ ਸਾਡੇ ਸਾਹਮਣੇ ਰੱਖੀਆਂ। ਦੇ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰੋ ਪੰਜਾਬ ਟੀਵੀ।